ਔਰ ਸਕ੍ਰਿਪਟ ਜਿਹਦੇ ਲਈ ਮੜਾ ਕੀਤਾ ਗਿਆ 100 ਪੇजेस ਲਿਖਣ ਦਾ ਚੈਲੰਜ ਦਿੱਤਾ ਗਿਆ 120 ਪੇਜ ਲਿਖ ਕੇ ਦੁਬਾਰਾ ਆਇਆ ਗਿਆ 15 ਮਿੰਟ ਦੀ ਕਹਾਣੀ ਨੂੰ ਤੁਸੀਂ 4 ਘੰਟੇ ਸੁਣਿਆ ਤੇ ਫਿਰ ਗਿਤਾਜ ਕਿਸ ਤਰ੍ਹਾਂ ਇੰਨੇ ਸਾਲਾਂ ਤੋਂ ਬਾਅਦ ਲੱਗਿਆ ਵੀ ਇਸ ਕਹਾਣੀ ਲਈ ਪਰਫੈਕਟ ਨੇ ਜਿੱਦ ਨੂੰ ਨਹੀਂ ਮਿਲਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਆਲਰੇਡੀ ਇਹ ਪਲਾਨ ਕਰ ਚੁੱਕਿਆ ਸੀਗਾ ਕਿ ਉਹ ਹੁਣ ਗਾਣੇ ਨਹੀਂ ਕਰੂਗਾ ਉਹ ਇੰਡਸਟਰੀ ਛੱਡ ਕੇ ਔਰ ਕੁਝ ਹੋਰ ਕੰਮ ਕਰੂਗਾ ਕੀ ਜਿਸ ਨੇ ਵੀ ਹਾਸੇ ਮਸਾਲੇ ਨੇ ਕਿਹਾ ਜਦਦੀ ਵੀ ਰਿਸਕ ਆ ਰਿਹਾ ਹੈ ਰਿਸਕ ਨਾਲ ਹੈ ਜਾਂ ਸੋਚ ਲੈ ਜਾਂ ਹਜੇ ਵੀ ਦੇਖ ਲੈ ਨਹੀਂ ਰਿਸਕ ਤਾਂ ਸਾਰੇ ਗੰਦੇ ਸੀਗੇ ਕਿ ਬਹੁਤ ਰਿਸਕ ਹੈ ਔਰ ਇਨਫੈਕਟ ਜਿਵੇਂ ਸਰਗੁਨ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੌਣ ਹੈਗੀ ਤਜਵੀਦ ਰਖਿਆ ਜਦੋਂ ਮੈਂ ਇਹਨੂੰ ਦੱਸਿਆ ਤਾਂ ਉਹਨੇ ਗੂਗਲ ਕਰਕੇ ਦੇਖਿਆ ਕਿ ਅੱਛਾ ਕੌਣ ਹੈ ਇਹ ਹੈ ਨਾ ਔਰ ਸ਼ੂਟ ਸੀਗਾ ਤਾਂ ਮੈਂ ਉਹਨੇ ਕਿਹਾ ਨਾ ਕੋਈ ਲੇਕ ਚਾਹੀ ਤੇ ਤੂੰ ਆਪਣੀ ਈਮੇਜ ਛੱਡ ਕੇ ਆਈਂ ਤੂੰ ਅਸਿਸਟ ਕਰਨਾ ਹੈ ਤੂੰ ਮੈਨੂੰ ਨਹੀਂ ਜਾਣਦਾ ਤੂੰ ਅਸਿਸਟੈਂਟ ਦੇ ਨਾਲ ਜਾਣਾ ਹੈ ਅਸਿਸਟੈਂਟ ਦੇ ਨਾਲ ਆਉਣਾ ਹੈ ਉਹਨਾਂ ਨਾਲ ਹੀ ਰਹਿਣਾ ਤੂੰ ਮੈਂ ਮੈਂ ਚਾਹ 10 ਵਜੇ ਆਵਾਂ 11 ਵਜੇ ਕਿਉਂਕਿ ਮੈਂ ਰਾਈਟਰ ਸੀ ਉਹਦੇ ਚ ਪਰ ਤੂੰ 6 ਵਜੇ ਜਾਣਾ ਹੈ ਨਾ ਤੂੰ ਹਫਤਾ ਦਸ ਦਿਨ ਲਾ ਔਰ ਤੈਨੂੰ ਪਤਾ ਲੱਗੂਗਾ ਕਿ ਕੀ ਚੀਜ਼ਾਂ ਕੁਝ ਦੇਖੇਗਾ ਤੂੰ ਉਸ ਤੇ ਜੋ ਤੇਰੇ ਕੰਮ ਆਉਣ ਗਿਆ ਤੇ ਉਹ ਆਇਆ ਕੋਈ ਨਾਂ ਨੁਕਰੀ ਕੋਈ ਨਾਂ ਨੁਕਰੀ ਕਹਿੰਦਾ ਠੀਕ ਹੈ ਮੈਂ ਆਉਂਗਾ ਹਨਾ ਅਗਲੇ ਦਿਨ ਸਵੇਰੇ ਸਵੇਰੇ ਮੈਂ ਆਉਦੀ ਇੱਕੋ ਫੋਟੋ ਦੇਖੀ ਮੇਰੇ ਫੋਨ ਤੇ ਕਿ ਸੜਕ ਦੀ ਵਰਤ ਕੀ ਮੈਂ ਨੂੰ ਲੱਗਿਆ ਉਹ ਵੀ ਯਾਰ ਚੱਲ ਸੈੱਟ ਤੇ ਗਿਆ ਹੈ ਹਨਾ ਤੇ ਮੈਨੂੰ ਉਹਦਾ ਮੈਸੇਜ ਆਇਆ ਕਹਿੰਦਾ ਮੈਂ ਤਾਂ ਚੰਡੀਗੜ੍ਹ ਆ ਗਿਆ ਤੇ ਮੈਨੂੰ ਬੜਾ ਐ ਲੱਗਿਆ ਕਿ ਯਾਰ ਮੈਂ ਕਿਹਾ ਇਹ ਨੂੰ ਸਮਝ ਹੀ ਨਹੀਂ ਆਇਆ ਮੈਂ ਇਹਨੂੰ ਬੁਲਾਇਆ ਕਿਉਂ ਗਿਆ ਗਿਆ ਕੀ ਆ ਉਹ ਨੂੰ ਉਹ ਚਲਾ ਗਿਆ ਰੁਕਿਆ ਨਹੀਂ ਮੈਂ ਮੈਂ ਕਰ ਨਹੀਂ ਸਕਦਾ ਮੈਨੂੰ ਲੱਗਿਆ ਕਿ ਯਾਰ ਇਹ ਸ਼ਾਇਦ ਉਹ ਨਾ ਸੀਰੀਅਸ ਨਹੀਂ ਗਾ ਇਹ ਭੱਜ ਜਾਇਆ ਉਹ ਤੋਂ ਤੇ ਮੈਂ ਆ ਉਹਦੀ ਮਦਰ ਨਾਲ ਵੀ ਗੱਲ ਕੀਤੀ ਆਂਟੀ ਨਾਲ ਮੈਂ ਕਿਹਾ ਯਾਰ ਵੀ ਇਹ ਆਏ ਨਹੀਂ ਹੋਣਾ ਜਿਵੇਂ ਇਹ ਕਰ ਰਿਹਾ ਹੈ ਹਨਾ ਮੈਨੂੰ ਵੀ ਉਦੋਂ 1% ਲੱਗਿਆ ਜੀ ਯਾਰ ਕਿਤੇ ਬਹੁਤ ਸਾਰੇ ਰਿਜ਼ਲਟ ਜ ਨਹੀਂ ਕਰ ਲੇਕਿਨ ਉਹ ਲੈ ਕੇ ਸਾਡੀ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਦੇਖਣਾ ਹਾਂ ਪਰ ਮੈਂ ਜ਼ਿਆਦਾ ਮੱਥਾ ਨਹੀਂ ਮਾਰ ਸਕਦਾ ਮੈਂ ਤੈਨੂੰ 1 ਮਹੀਨੇ ਬਾਅਦ ਮਿਲੂੰਗਾ ਹੈਨਾ ਸੋ ਸੋ ਡੇਟ ਤੇ ਇੱਕ ਡੇਟ ਫਿਕਸ ਕਰ ਲੀ ਕਿ ਨਾ ਮੈਂ ਤੈਨੂੰ ਮੈਸੇਜ ਕਰਾਂ ਨਾ ਮੈਂ ਤੈਨੂੰ ਕਾਲ ਕਰਾਂ ਮੈਂ ਤੈਨੂੰ ਇੱਕ ਐਨੀ ਐਨੀ ਤਰੀਕੇ ਨਾਲ ਤਾਂ ਮੈਂ ਉਹ ਜਿਹੜਾ ਮੇਰਾ ਏਡੀ ਦਾ ਮੈਸੇਜ ਹੈ ਮੈਂ ਉਹਨੂੰ ਭੇਜਿਆ ਕਿ ਤੂੰ ਸਵੇਰੇ ਸਵੇਰੇ ਜਾ ਕੇ ਇਹਨੂੰ ਸ਼ੂਟ ਕਰ ਰਿਹਾ ਜੋ ਵੀ ਕਰਦਾ ਹੈ ਵਰਕਆਊਟ ਵਗੈਰਾ ਹੈਨਾ ਤੋਂ ਦੋ ਸਾਈਕਲਿੰਗ ਕਰਦਾ ਹੁੰਦਾ ਸੀ ਸਵੇਰੇ ਰੋਜ਼ ਨਿਕਲ ਜਾਂਦਾ ਸੀ ਦਸੰਬਰ ਉਹਦਾ ਉਹਨੂੰ ਮੈਨੂੰ ਮੈਸੇਜ ਤੇ ਜਾਈ ਉਹ ਹੈਣਾ ਫਿਰ ਉਹਦੇ ਬਾਅਦ ਮੈਂ ਉਹਨੂੰ ਮਿਲਿਆ ਫਿਰ ਨੋਟ ਚੇਂਜਸ ਦੇਖੇ ਕਿ ਕਿਹੜੇ ਦੇਖਿਆ ਫਿਰ ਹੌਲੀ ਹੌਲੀ ਆਇਆ ਲੈਂਡ ਤੇ ਬਟ ਇਲੈਜੈਂਸ ਲੈ ਚੁੱਕੀ ਨੇ ਔਰ ਆ ਜੋ ਦੁਨੀਆਂ ਦੇ ਵਿੱਚ ਨਹੀਂ ਆ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਕਿ ਉਹਨਾਂ ਵਿੱਚ ਉਹਨਾਂ ਟੈਲੈਂਟ ਨਹੀਂ ਆ ਜਾਂ ਉਹ ਆਪਣੇ ਮਾਪੇ ਦਾ ਨਾਮ ਯੂਜ਼ ਕਰਦੇ ਨੇ ਲੇਕਿਨ ਆਪਣਾ ਟੈਲੈਂਟ ਹੈ ਜੋ ਉਹਦੇ ਨਾਲ ਜਸਟੀਫਿਕੇਸ਼ਨ ਉਹਨਾਂ ਦੀ ਨਹੀਂ ਦੇਖੀ ਜਾਂਦੀ ਜਿਵੇਂ ਸਿਫਤਾਜ ਹੈ ਜੋਸ਼ ਹੈ ਹੈਨਾ ਰਾਜ ਬਰਾੜ ਬਾਈ ਦੇ ਬੱਚੇ ਹੈ ਤੇ ਹੁਣ ਕੁਲਵਿੰਦਰ ਢਿੱਲੋਂ ਬਾਈ ਦਾ ਬੇਟਾ ਆਰਮਾਨ ਹਨਾ ਸੋ ਗਿਤਾਜ ਹੋ ਗਿਆ ਦੁਨੀਆ ਨੂੰ ਇਹ ਲੱਗਦਾ ਕਿ ਇਹਨਾਂ ਕੋਲੇ ਬਹੁਤ ਸੋਰਸਸ ਹੈ ਪਰ ਮੈਨੂੰ ਬੀਇੰਗ ਇਨ ਇੰਡਸਟਰੀ ਮੈਨੂੰ ਪਤਾ ਹੈ ਕਿ ਇਹਨਾਂ ਕੋਲੇ ਇਹਨਾਂ ਦਾ ਸਟਰਗਲ ਦੂਜਿਆਂ ਨਾਲੋਂ ਬਹੁਤ ਵੱਡਾ ਹੈ ਔਰ ਇਹਨਾਂ ਕੋਲੇ ਸਪੋਰਟ ਦੇ ਨਾਲ ਤੇ ਕੁਝ ਨਹੀਂ ਹੈ ਅੱਜ ਹੁਣ ਜਿਵੇਂ ਰਾਜਬਰਾੜ ਬਾਈ ਦੀ ਬੇਟੀ ਹੈ ਨਾ ਉਹਨੇ ਕਿੰਨਾ ਆਪਣੇ ਆਪ ਨੂੰ ਸਟਰਗਲ ਕਰਕੇ ਇੱਥੋਂ ਤੱਕ ਆਈ ਔਰ ਉਹ ਆਪਣਾ ਘਰ ਚਲਾਉਂਦੀ ਹੈ ਸੱਚ ਦੀ ਗੱਲ ਕਰਨਾ ਚਾਹਾਂਗੇ ਜਸਟ ਯੂ ਐਂਡ ਮੀ ਹੈਨਾ ਲਿਖੀ ਸੀ ਕਿ ਤੁਸੀਂ ਸੋ ਫਿਲਮ ਨੂੰ ਕੋਈ ਖਾਸ ਰਿਸਪੌਂਸ ਨਹੀਂ ਮਿਲ ਪਾਇਆ ਸੀਗਾ ਐਂਡ ਗਿਤਾਜ ਨੂੰ ਵੀ ਕੋਈ ਬਹੁਤ ਅੱਛਾ ਐਕਸੈਪਟੈਂਸ ਆਡੀਅנס ਕੋਲ ਐਕਟਰ ਦੇ ਤੌਰ ਤੇ ਨਹੀਂ ਮਿਲ ਪਈ ਸੀ ਮੈਨੂੰ ਲੱਗਦਾ ਹੈ ਕਿ ਜੇ ਉਹਨੂੰ ਉਦੋਂ ਸাকਸੈਸ ਮਿਲਦੀ ਜੋ ਮੇਰੀ ਬਾਅਦ ਚ ਆਂਟੀ ਨਾਲ ਗੱਲ ਵੀ ਹੋਈ ਤਾਂ ਉਹ ਕਹਿੰਦੇ ਕਿ ਮੈਂ ਉਹ ਫਿਲਮ ਜਦੋਂ ਆਈ ਸੀ ਤਾਂ ਮੈਂ ਮਨ ਚਾਹੇ ਸੋਚਦੀ ਸੀ ਵੀ ਇਹ ਫਿਲਮ ਬਹੁਤੀ ਨਾ ਚੱਲ ਜੇ ਕਿ ਇਹਨੂੰ ਸੰਭਾਲਣੀ ਨਹੀਂ ਆਉਣੀ ਸੱਚੇ ਸਣਾ ਤੇ ਉਹ ਗਿਤਾਜ ਛੇੜਦਾ ਸੀ ਕਹਿੰਦਾ ਤਾਂ ਇਹੋ ਸ਼ਾਇਦ ਚੱਲੀ ਨਹੀਂ ਤੁਸੀਂ ਸਾਡੇ ਦਾ ਘਰ ਦੇ ਹੀ ਕਹਿੰਦਾ ਐ ਉਹ ਪੱਟੇ ਜਾਂਦੇ ਸੀ ਸਣਾ ਸੋ ਫਰਸਟ ਡੇ ਮੋਹਦਾ ਤੇ ਹੁਣ ਜਦੋਂ ਰੈਪ ਅਪ ਹੋ ਚੁੱਕਿਆ ਡਬਿੰਗ ਸਟਾਰਟ ਹੋਣ ਵਾਲੀ ਹੈ ਗਿਤਾਜ ਨੂੰ ਲੈ ਕੇ ਇੱਕ ਟੀਚਰ ਕੀ ਸੋਚ ਰਿਹਾ ਆਪਣੇ ਸਟੂਡੈਂਟ ਲਈ ਜੇ ਆਪਾਂ ਇਸ ਰਿਲੇਸ਼ਨ ਦੇ ਨਾਲ ਦੇਖੀਏ ਫਿਲਮ ਦੇ ਵਿੱਚ ਇੱਕ ਸੀਨ ਹੈ ਜਦੋਂ ਫਿਲਮ ਆਊਗੀ ਤਾਂ ਮੈਂ ਤੁਹਾਨੂੰ ਦੱਸੂਗਾ ਉਹਦੇ ਵਿੱਚ ਇੱਕ ਸੀਨ ਹੈ ਮੈਨੂੰ ਆਇਆ ਸੀਗਾ ਕਿ ਯਾਰ ਆਹ ਸੀਨ ਤਾਂ ਐਤੋਂ ਹੋਣਾ ਹੀ ਨਹੀਂ ਗਿਤਾਜ ਤੋਂ ਹਨਾ ਮੈਨੂੰ ਸੱਚੀ ਲੱਗਦਾ ਸੀਗਾ ਕਿ ਸਾਡੀ ਇੰਡਸਟਰੀ 'ਚ ਕੋਈ ਕਰ ਸਕਦਾ ਤਾਂ ਸ਼ਾਇਦ ਦਲਜੀਤ ਵਾਈ ਕਰਤ ਹੁੰਦਾ ਉਹ ਇੱਕ ਪਾਰਟਿਕੂਲਰ ਸੀਨ ਹਨਾ ਉਹ ਉਹਨੇ ਨਾ ਜ਼ਿਆਦਾ ਵਧੀਆ ਕੀਤਾ ਕਿ ਮਤਲਬ ਮੈਨੂੰ ਸਮਝ ਹੀ ਨਹੀਂ ਆਇਆ ਕਿ ਯਾਰ ਆ ਕਿਵੇਂ ਹੋ ਗਿਆ ਆ ਫਿਲਮ ਦੀ ਨਾ ਜੈਨੂਅਲੀ ਖਾਸियत ਇਹ ਹੈ ਕਿ ਸਰਗੁਨ ਫਿਲਮ ਤੇ 60% ਔਰ ਗੀਤਾਜ ਫਿਲਮ ਤੇ 100% ਹੈ। ਮਤਲਬ ਜੋ ਸਰਗੁਨ ਦੀ ਜਿੱਥੇ ਮੈਂ ਜਿਹੜੀ ਚਿੜੀ ਦੋ ਤਿੰਨ ਉਹਦੀਆਂ ਬਹੁਤ ਵੱਡੀਆਂ ਮਤਲਬ ਐਪਰੀਸ਼ੀਏਟ ਕਰਨ ਵਾਲੀਆਂ ਗੱਲਾਂ ਬਣਦੀਆਂ। ਕੋਈ ਵੀ ਆਰਟਿਸਟ ਪਹਿਲਾਂ ਤਾਂ ਇਹੋ ਜਿਹਾ ਰਿਸਕ ਨਹੀਂ ਲਊਗਾ ਔਰ ਜੇ ਲਊਗਾ ਤਾਂ ਉਹ ਕਹੂਗਾ ਕਿ ਫਿਲਮ ਮੇਰੇ ਤੇ ਲੈ ਕੇ ਆਓ। ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਚਲਾਕੀ ਜੀ ਨਾਲ ਕਿ ਅਰੇ ਸੀਨ ਸਰਗੁਨ ਤੇ ਰੱਖ ਦੂੰਗਾ ਸਾਰਾ ਹਨਾ ਮੈਂ ਸਰਗੁੰਦੇ ਰਿਐਕਸ਼ਨ ਜਿਆਦਾ ਲਾ ਦੂੰਗਾ ਜਿਵੇਂ ਜੋ ਡਰ ਹੁੰਦਾ ਨਾ ਕਿ ਜੇ ਨਾ ਵਧੀਆ ਹੋਇਆ ਤਾਂ ਬਟੋਨੇ ਵਿੱਚ ਨਾ ਵਧੀਆ ਕੀਤਾ ਕਿ ਉਹ ਲੋੜਦੀ ਨਹੀਂ ਪੈਣੀ ਤਕਦੀਬ ਸਿੱਧੂ ਜਿਹੜੇ ਹੈਗੇ ਨੇ ਉਹ ਪੰਜਾਬੀ ਸਿਨੇਮਾ ਦੇ ਕਰਨ ਜੋਹਰ ਨੇ ਨਿਊ ਆਰਟਿਸਟਸ ਔਰ ਕਿਡ ਕਿਡਸ ਜਿਹੜੇ 스타 ਕਿਡਸ ਹੈਗੇ ਨੇ ਉਹਨਾਂ ਨੂੰ ਬੜੀ ਸਪੋਰਟ ਕਰਦੇ ਨੇ ਅਸੀਂ ਹਮੇਸ਼ਾ ਤੁਹਾਡੀ ਸਟੋਰੀ ਦੇ ਵਿੱਚ ਹਰ ਦਿਨ ਕੋਈ ਨਵਾਂ ਚਿਹਰਾ ਦੇਖਦੇ ਆ ਦੋ ਤਿੰਨ ਫਿਲਮਾਂ ਕਰ ਲੀਆਂ ਉਹ ਕਦੇ ਹੈਮੀ ਨਾ ਕਦੇ ਦੁਰਨਾਮ ਨਾ ਯਾਹ ਉਹਨਾਂ ਸਰਗੋਨ ਦਾ ਹੁਕਮ-ਕਮਾ ਕੇ ਉੱਥੇ ਹੋਈ। ਬਾਕੀ ਅਮਨਿੰਦਰ ਬਾਜੀ ਆਲਰੇਡੀ ਕੰਮ ਹੀ ਬਹੁਤ ਘੱਟ ਕਰਦੇ ਆ। ਦਿਲਜੀਤ ਬਾਜੀ ਉਹ ਵੀ ਕੰਮ ਕੱਟ ਕਰਦੇ ਉਹਨਾਂ ਨੇ ਇੱਕ ਫਿਲਮ ਕਰਨੀ ਹੁੰਦੀ ਸਾਲ ਦੀ। ਤੇ ਬਚਿਆ ਕੋਣ ਕਰਨ ਲੱਗ ਪੀ ਭਾਈ ਉਹ ਫਿਲਮਾਂ ਹੀ ਜੰਨੀਆਂ ਕਰਦੇ ਆ। ਸੋ ਹੈ ਵੀ ਨਹੀਂ ਲੋਕ ਕਹਿੰਦੇ ਕਿ ਤੁਸੀਂ ਮੌਕਾ ਨਹੀਂ ਦਿੰਦੇ ਮੌਕਾ ਸਿਚੁਏਸ਼ਨ ਹੀ ਨਹੀਂ ਬਣਦੀ ਨਾ ਕਿ ਤੁਸੀਂ ਕਿਤੇ ਬਾਹਰ ਜਾ ਕੇ ਪ੍ਰੋਡਿਊਸਰ ਵੀ ਨਹੀਂ ਪੈਸਾ ਲੌਂਦੇ ਬਿਲਿੰਗ ਨਹੀਂ ਹੈ। ਸੋ ਹੁਣ ਜਿਵੇਂ ਮੈਂ ਅਗਲੀ ਫਿਲਮ ਮੈਂ ਉਹਦੇ ਲਈ ਮੈਂ ਅਗੇ ਸਟਰਗਲ ਕਰ ਰਹੇ ਆ। ਕੀ ਪ੍ਰੋਡਿਊਸਰ ਕੋਈ ਮਿਲ ਜੇ ਕਿ ਨਵੇਂ ਬੰਦਿਆਂ ਨਾਲ ਕੰਮ ਕਰਨਾ ਛੋਟੇ ਬੰਦਿਆਂ ਨਾਲ ਕੰਮ ਕਰਨਾ ਕਹਾਣੀ ਬਣਾਉਂਦੇ ਟਾਈਮ ਐਡੀਟਿੰਗ ਕਰਦੇ ਟਾਈਮ ਸ਼ੂਟ ਕਰਦੇ ਟਾਈਮ ਜਗਦੀਪ ਖੁਦ ਕੇ ਨਾ ਹੀ ਇਮੋਸ਼ਨਲ ਹੁੰਦੇ ਨੇ ਮੋਨੀਟਰ ਤੇ ਮੇਰੇ ਐਕਟਰਸ ਨੂੰ ਪਰਫਾਰਮ ਕਰਦੇ ਦੇਖ ਕੇ ਰੋ ਪੈਣਾ ਤਾਂ ਮੈਨੂੰ ਵਧੀਆ ਲੱਗਦਾ ਹੈ ਕਿ ਕਈ ਵਾਰੀ ਕਿ ਜਦੋਂ ਕੋਈ ਇੰਨਾ ਵਧੀਆ ਕਰ ਦਿੰਦਾ ਹਨਾ ਤਾਂ ਮੋਹ ਦੇ ਵਿੱਚ ਵੀ ਇੱਕ ਸੀਨ ਜਿਗਾ ਉਹਦੇ ਚ ਸਰਗੁਣ ਨੇ ਪਰਫਾਰਮ ਕੀਤਾ ਫਮੈਂ ਉਹਦੀ ਵੀਡੀਓ ਬਣਾਈ ਆ ਤੁਹਾਨੂੰ ਖੜਾ ਤੇ ਉਹਨੇ ਇੰਨਾ ਵਧੀਆ ਕੀਤਾ ਮੈਂ ਹੁਣ ਬੋਲਿਆ ਮੈਂ ਕਿਹਾ ਤੇਰੀ ਫਿਲਮ ਹਿੱਟ ਐ ਸਾਡੀ ਇੰਡਸਟਰੀ ਹਜੇ ਇੰਨੀ ਵੱਡੀ ਹੈ ਨਹੀਂ ਕਿ ਡਾਇਰੈਕਟਰ ਰਾਈਟਰ ਦੇ ਨਾਮ ਤੇ ਲੋਕ ਫਿਲਮਾਂ ਦੇਖਣ ਜਾਣ ਕੋਈ ਅੱਜ ਮੰਨ ਲਓ ਮੇਰੇ ਮੇਰੇ ਨਾਮ ਤੇ ਜੇ ਮੈਂ ਕਹਾਂ ਬਾਲੇ ਨਹੀਂ ਬਾਲੇ ਬਹੁਤ ਜ਼ੋਰ ਮਾਰਾਂ ਤਾਂ 10000 ਬੰਦਾ ਵੀ ਨਹੀਂ ਹੋਣਾ ਕਿ ਜਿਹੜਾ ਕਿ ਜਗਦੀਪ ਸਿੱਧੂ ਦੀ ਫਿਲਮ ਐ ਇਸ ਲਈ ਦੇਖਣ ਜਾਊਗਾ ਸੋ ਉਹਨਾਂ ਨਾਲ ਕੰਮ ਨਹੀਂ ਚੱਲਦਾ ਹਨਾ ਤਾਂ ਸਾਡੇ ਐਂਡ ਆਫ ਦਾ ਡੇ ਫਿਲਮ ਚੱਲਦੀ ਐ ਫੇਸਿਸ ਤੇ ਤੋਂ ਕੰਫਰ ਦੇ ਗੱਲ ਜਦੋਂ ਉੱਥੇ ਆ ਜਾਂਦੀ ਹੈ ਫਿਰ ਪ੍ਰੋਡਿਊਸਰ ਨੂੰ ਵੀ ਹੁੰਦਾ ਹੈ ਕਿ ਯਾਰ ਜੇ ਮੈਂ ਪੈਸਾ ਲੌੜਾ ਹੈ ਕੱਲ ਨੂੰ ਸੈਟਲਾਈਟ ਹੈ ਡਿਜੀਟਲ ਹੈ ਸਾਡੇ ਪਲੇਟਫਾਰਮਸ ਨਹੀਂਗੇ ਇੰਨੇ ਜ਼ਿਆਦਾ ਕਿ ਜੋ ਸਾਡੀਆਂ ਫਿਲਮਾਂ ਖਰੀਦ ਸਕਣ ਘੁੰਮ ਫਿਰ ਕੇ ਉਹ ਦੋ ਤਿੰਨ ਪਲੇਟਫਾਰਮ ਹੈ ਉਹ ਪਲੇਟਫਾਰਮ ਬੰਬੇ ਬੈਠੇ ਹੈ ਚਾਹੇ ਉਹ Netflix ਹੈ Amazon Prime ਹੈ G5 ਹੈ ਉਹਨਾਂ ਨੂੰ ਇਥੋਂ ਦੀ ਇੰਡਸਟਰੀ ਦੇ ਡਾਇਰੈਕਟਰਾਂ ਦਾ ਰਾਈਟਰਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਤਾਂ ਪਤਾ ਹੈ ਐਮੀ ਚੱਲਦਾ ਗੁਰਨਾਮ ਚੱਲਦਾ ਕੀ ਚੱਲਦਾ ਸੋ ਉਹਨਾਂ ਨੇ ਤਾਂ ਉਹਨਾਂ ਦੇ ਫੇਸ ਨੂੰ ਫਿਲਮ ਚੱਕਣੀ ਹੈ माड़ी नहीं मतलब। पंजाबी सिनेमा लखा चेहरे बहुत सारा टैलेंट बहुत सारा इमोशन लेकिन एक इमोशनल कहानी दे नाल, एक स्ट्रगल ਔਰ ਫਿਰ ਉਸ ਦੇ ਨਾਲ ਇੱਕ ਚੈਲੰਜ ਔਰ ਫਿਰ ਹਮੇਸ਼ਾ ਹਰੇਕ ਵਾਰ ਹਰੇਕ ਫਿਲਮ ਦੇ थ्रू ਇੱਕ ਨਵੇਂ ਫੇਸ ਨੂੰ ਇੰਟਰੋਡਿਊਸ ਕਰਾਉਣ ਦਾ ਰਿਵਾਜ ਜਿਹਨਾਂ ਨੇ ਚਲਾਇਆ ਹੈ ਉਹ ਹੈ ਵਨ ਐਂਡ ਓਨਲੀ ਬਹੁਤ ਹੀ ਸੁਲਝੇ ਹੋਏ ਨਿਰਦੇਸ਼ਕ ਤੇ ਕਹਾਣੀਕਾਰ ਜਗਦੀਪ ਸਿੱਧੂ ਜੀ ਸੋ ਮੂ ਫਿਲਮ ਆ ਰਹੀ ਹੈ ਔਰ ਜਿਸ ਦੋ ਦਾ ਫਿਲਮ ਦਾ ਪੋਸਟਰ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ ਗਿਆ ਹੈ ਲੱਖਾਂ ਹੀ ਸਵਾਲ ਫਿਲਮ ਦੀ ਕਾਸਟ ਨੂੰ ਲੈ ਕੇ ਸਾਰਿਆਂ ਦੇ ਦਿਲਾਂ ਦੇ ਵਿੱਚ ਸੋ ਬਹੁਤ سارے ਸਵਾਲ ਤੇ ਉਹਨਾਂ ਦੇ ਜਵਾਬ ਅੱਜ ਅਸੀਂ ਸੁਣਾਂਗੇ ਜਗਦੀਪ ਸਿੱਧੂ ਕੋਲ ਉਸ ਦੇ ਲਈ ਉਹਨਾਂ ਦਾ ਕਰ ਲੈਂਦੇ ਆ ਸਵਾਗਤ ਸੋ ਬਹੁਤ-ਬਹੁਤ ਸਵਾਗਤ ਹੈ ਜਗਦੀਪ ਜੀ ਸੋ ਮੋਹ ਮੋਹ ਦੇ ਧਾਗੇ ਹਨ ਉਹ ਧਾਗੇ ਦੇ ਵਿੱਚ ਕਿੰਨੇ ਨਵੇਂ ਚਿਹਰੇ ਤੁਸੀਂ ਫਿਰ ਹੋਏ ਨੇ ਲੇਕਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਲੀਡ ਤੋਂ ਜਦੋਂ ਵੀ ਕੋਈ ਫਿਲਮ ਲੈ ਕੇ ਆਉਣ ਜੋਦੀਪ ਜੀ ਲੇਖ ਲੈ ਕੇ ਆਏ ਸੁਪਨਾ ਲੈ ਕੇ ਆਏ ਹਰ ਵਾਰ ਇੱਕ ਨਵਾਂ ਚਿਹਰਾ ਇਹ ਚੈਲੰਜ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਇੱਕ ਐਡਵੈਂਚਰ ਰਾਈਡ ਬਣ ਚੁੱਕਿਆ ਹੈ ਮਜ਼ਾ ਆਉਂਦਾ ਹੈ ਜਾਂ ਕੁਝ ਇਸ ਦੇ ਪਿੱਛੇ ਕੋਈ ਤੁਹਾਡਾ ਇੱਕ ਥਿੰਕਿੰਗ ਹੈ ਕੋਈ ਥੋਟ ਹੈ ਮੈਨੂੰ ਲੱਗਦਾ ਹੈ ਕਿ ਨਵੇਂ ਬੰਦਿਆਂ ਨਾਲ ਫਰੈਸ਼ਨੈਸ ਆਉਂਦੀ ਹੈ ਔਰ ਸਾਡੀ ਇੰਡਸਟਰੀ ਚ ਜਿਸ ਤਰੀਕੇ ਨਾਲ ਹੁਣ ਗਰੋ ਕਰ ਰਹੀ ਹੈ ਤੇ ਆਲਰੇਡੀ ਇੱਥੇ ਐਕਟਰਸ ਦੀ ਕਮੀ ਹੈ ਡਾਇਰੈਕਟर्स ਦੀ ਰਾਈਟਰ ਦੀ ਹਰ ਡਿਪਾਰਟਮੈਂਟ ਦੇ ਵਧੀਆ ਕੰਮ ਕਰਨ ਵਾਲੇ ਬੰਦਿਆਂ ਦੀ ਕਮੀ ਹੈ ਸੋ ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਨਵੇਂ ਬੰਦੇ ਆਉਣਗੇ ਤਾਂ ਡਿਫਰੈਂਟ ਐਕਸਪੈਰੀਮੈਂਟ ਹੋਣਗੇ ਪਰ ਸਾਡੇ ਹੀ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਧਾਰਨਾ ਵੀ ਬਣ ਚੁੱਕੀ ਹੈ ਕਿ ਜਦੋਂ ਵੱਡੇ ਚਿਹਰੇ ਹੁੰਦੇ ਨੇ ਉਦੋਂ ਹੀ ਫਿਲਮਾਂ ਦਾ ਹਿੱਟ ਹੋਣਾ ਕਿਤੇ ਨਾ ਕਿਤੇ ਮੰਨਿਆ ਜਾਂਦਾ ਹੈ ਔਰ ਮੰਨਿਆ ਜਾਂਦਾ ਹੈ ਕਿ ਉਹ ਚਿਹਰੇ ਜੋ ਹਜੇ ਤੱਕ ਹਿੱਟ ਨਹੀਂ ਹੋਏਗੇ ਜਾਂ ਜਿਨ੍ਹਾਂ ਦੇ ਅੱਛੇ ਵੱਡੇ ਪ੍ਰੋਜੈਕਟਸ ਨਹੀਂ ਆਇਆ ਕਿਤੇ ਨਾ ਕਿਤੇ ਰਿਸਕ ਹੈ ਉਹ ਰਿਸਕ ਤੁਹਾਨੂੰ ਫੀਲ ਨਹੀਂ ਹੁੰਦਾ ਨਹੀਂ ਡੈਫੀਨਿਟਲੀ ਰਿਸਕ ਹੈਗਾ ਬਟ ਰਿਸਕ ਲੈਣਾ ਪਊਗਾ ਹਨਾ ਉਹਦਾ ਕੋਈ ਆਲਟਰਨੇਟ ਹੈ ਨਹੀਂਗਾ ਸੋ ਹੁਣ ਸੇਮ ਫੇਸਿਸ ਆਪਾਂ ਆਲਰੇਡੀ ਦੇਖ ਰਹੇ ਹਾਂ ਕਿ ਹਰ ਮਹੀਨੇ ਉਹੀ ਐਕਟਰ ਉਹੀ ਸ਼ਕਲਾਂ ਵਾਰ-ਵਾਰ ਔਡੀਅנס ਵੀ ਕਿਸੇ ਕਿਤੇ ਨਾ ਕਿਤੇ ਉਸ ਚੀਜ਼ ਤੋਂ ਬੋਰ ਵੀ ਹੁੰਦੀ ਹੈ ਇਰੀਟੇਟ ਵੀ ਹੁੰਦੀ ਹੈ ਕਿ ਸਾਨੂੰ ਜੇ ਉਹ ਅਸੀਂ ਗੱਲ ਕਰਦੇ ਹਾਂ ਵੱਡੇ ਹੋਣ ਦੀ ਤਾਂ ਸਾਨੂੰ ਐਕਸਪੈਰੀਮੈਂਟ ਔਰ ਨਵੀਆਂ ਫਿਲਮਾਂ ਨਵੇਂ ਐਕਟਰ ਅ ਤਾਂ ਕਿ ਇੱਕ ਜਨਰ ਬਣੂਗਾ ਫਿਰ ਉਸ ਜਨਰ ਦੀ ਔਡੀਅנס ਸਾਡੇ ਬਣਦੀ ਹੈ ਫਿਰ ਹੀ ਵੱਡੇ ਔਡੀਅנס ਸਾਡੇ ਨਾਲ ਜੁੜੂਗੀ ਹੌਲੀ ਹੌਲੀ ਹੈਨਾ ਤੇ ਕੁਝ ਕੁ ਬੰਦੇ ਆਏ ਆ ਜੋ ਜਿਨ੍ਹਾਂ ਨੇ ਆ ਕੇ ਆਪਣੀ ਜਗ੍ਹਾ ਬਣਾਈ ਹੈ ਇੱਕ ਆਪਣੀ ਇੱਕ ਆਡੀਅנס ਬਣਾਈ ਹੈ ਜੋ ਉਹਨਾਂ ਨੂੰ ਦੇਖਣਾ ਪਸੰਦ ਕਰਦੀ ਹੈ ਲਾਈਕ ਜਿਵੇਂ ਦੇਵ ਬਾਈ ਹੈ ਹਨਾ ਸੋ ਉਹ ਇੱਕ ਆਡੀਅנס ਹੈ ਜੋ ਉਹਨਾਂ ਨੂੰ ਉਹਨਾਂ ਦੀ ਫੈਨ ਫੋਲੋਇੰਗ ਹੈ ਉਹ ਕਦੇ ਸ਼ਮਿਲ ਲੱਗਦਾ ਹੈ ਕਿ ਸ਼ਾਇਦ ਫਿਲਮਾਂ ਨਹੀਂ ਦੇਖਦੇ ਸੀ ਉਹ ਇੱਕ ੜੀ ਤਬਕਾ ਹੈ ਤੇ ਉਹ ਨੰਬਰ ਆਫ ਆਡੀਅנס ਵੱਧਦੇ ਆ ਜਦੋਂ ਨਵੇਂ ਫੇਸੇ ਆਉਂਦੇ ਆ ਨਵੇਂ ਤਰੀਕੇ ਦੀਆਂ ਫਿਲਮਾਂ ਹੁੰਦੀਆਂ ਲਾਈਕ ਜਦੋਂ ਕਿਸਮਤ ਆਈ ਸੀਗੀ ਤਾਂ ਸ਼ਾਇਦ ਕੋਈ ਸੋਚਦਾ ਨਹੀਂ ਸੀਗਾ ਕਿ ਸੈਡ ਫਿਲਮਾਂ ਪੰਜਾਬ ਵਿੱਚ ਚੱਲ ਸਕਦੀਆਂ ਹਨ ਜਾਂ ਅੰਗਰੇਜ਼ ਆਈ ਸੀ ਤਾਂ ਹੁਣ ਇੱਕ ਉਹ ਪੁਰਾਣਾ ਪੰਜਾਬ ਖੋਲ੍ਹਿਆ ਸੋ ਜਿੱਦੇ ਤੇ ਹੁਣ ਮੈਨੂੰ ਲੱਗਦਾ ਹੈ ਕਿ ਨਾ ਨਾ ਕਰਦੇ 100 200 ਫਿਲਮਾਂ ਬਣ ਗਈਆਂ ਤਾਂ ਹਮੇਸ਼ਾ ਉਹ ਇੱਕ ਰਾਹ ਨਵਾਂ ਜੇ ਕੋਈ ਪ੍ਰੋਜੈਕਟ ਸਕਸੈਸਫੁਲ ਹੁੰਦਾ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਖੋਲ੍ਹਦਾ ਹੁਣ ਜਿਵੇਂ ਐਕਸ਼ਨ ਫਿਲਮਾਂ ਦੇਵ ਤੋਬਈ ਤੋਂ ਬਾਅਦ ਪ੍ਰਿੰਸ ਆ ਗਿਆ ਭਾਈ ਹਨਾ ਜਾਂ ਅਮਰ ਹੁੰਦਲਾ ਉਹ ਐਕਸ਼ਨ ਫਿਲਮਾਂ ਕਰਨ ਲੱਗ ਗਿਆ ਤਾਂ ਜ਼ਰੂਰੀ ਹੈ ਕੀ ਸੋ ਮੋਹ ਦੇ ਨਾਲ ਬਹੁਤ ਕੁਝ ਜਿਹੜਾ ਹੈ ਉਹ ਐਡ ਆਨ ਹੁੰਦਾ ਜਾ ਰਿਹਾ ਹੈ ਹਜੇ ਤੱਕ ਫਿਲਮ ਦਾ ਸਿਰਫ ਇੱਕ ਪੋਸਟਰ ਆਇਆ ਹੈ ਸੋ ਬਹੁਤ ਸਾਰੇ ਸਵਾਲ ਨੇ ਦਿਲ ਦੇ ਵਿੱਚ ਸਭ ਤੋਂ ਪਹਿਲੇ ਗਿਤਾਜ ਦੀ ਗੱਲ ਕਰਨਾ ਚਾਹਾਂਗੇ ਜਸਟ ਯੂ ਐਂਡ ਮੀ ਹੈ ਨਾ ਲਿਖੀ ਸੀ ਕੀ ਤੁਸੀਂ ਸੋ ਫਿਲਮ ਨੂੰ ਕੁਝ ਖਾਸ ਰਿਸਪੌਂਸ ਵੀ ਨਹੀਂ ਮਿਲ ਪਾਇਆ ਸਿਗਾ ਐਂਡ ਗਿਤਾਜ ਨੂੰ ਵੀ ਕੋਈ ਬਹੁਤ ਅੱਛਾ ਐਕਸੈਪਟੈਂਸ ਆਡੀਅנס ਵਾਲੋ ਐਕਟਰ ਦੇ ਤੌਰ ਤੇ ਨਹੀਂ ਮਿਲ ਪਾਈ ਸੀ ਐਨੇ ਸਾਲਾਂ ਦਾ ਵਿੱਚ ਦਿਲ 'ਚ ਕੀ ਦੱਬੇ ਬੈਠੇ ਸੀ ਕਿ ਹੁਣ ਤੁਹਾਨੂੰ ਲੱਗਿਆ ਉਹ ਸਕ੍ਰਿਪਟ ਜਿਹਦੇ ਲਈ ਮਨਾ ਕੀਤਾ ਗਿਆ 100 ਪੇजेस ਲਿਖਣ ਦਾ ਚੈਲੰਜ ਦਿੱਤਾ ਗਿਆ 120 ਪੇਜ ਲਿਖ ਕੇ ਦੁਬਾਰਾ ਆਇਆ ਗਿਆ 15 ਮਿੰਟ ਦੀ ਕਹਾਣੀ ਨੂੰ ਤੁਸੀਂ 4 ਘੰਟੇ ਸੁਣਿਆ ਤੇ ਫਿਰ ਗੀਤਾਜ ਕਿਸ ਤਰ੍ਹਾਂ ਇੰਨੇ ਸਾਲਾਂ ਤੋਂ ਬਾਅਦ ਲੱਗਿਆ ਵੀ ਇਸ ਕਹਾਣੀ ਲਈ ਪਰਫੈਕਟ ਨੇ ਅ ਐਕਚੁਅਲੀ ਉਹ ਜਦੋਂ ਮੈਂ ਕਹਾਣੀ ਸੁਣੀ ਸੀਗੀ ਤਾਂ ਮੈਨੂੰ ਕਹਾਣੀ ਬਹੁਤ ਪਸੰਦ ਸੀਗੀ ਜਿਵੇਂ ਮੈਂ ਕਿਹਾ ਕਿ ਮੈਨੂੰ ਸੀਗਾ ਕਿ ਆਹ ਫਿਲਮ ਕਰਨੀ ਹੈ ਬਟ ਉਹ ਫਿਲਮ ਲਈ ਹੀਰੋ ਕੌਣ ਹੋਊਗਾ ਉਹ ਨਹੀਂ ਸਮਝ ਆ ਰਿਹਾ ਸੀਗਾ ਉਹ ਜਿਹੋ ਜਿਹਾ ਉਹਦਾ ਕੈਰੈਕਟਰ ਦਾ ਸਕੇਪੀਗਾ ਫਿਲਮ ਨੂੰ ਲੈ ਕੇ ਔਰ ਤਾਂ ਮੈਂ ਬਹੁਤ ਕਨਫਿਊਜ਼ ਸੀਗਾ ਕਿ ਉਹ ਉਹਨੂੰ ਕਿਨੂੰ ਉਹਦੇ ਚ ਹੋ ਸਕਦਾ ਤੇ ਮੈਨੂੰ ਸੀਗਾ ਕਿ ਕੋਈ ਸਟੈਬਲਿਸ਼ਡ ਉਹ ਜਿਵੇਂ ਤੁਸੀਂ ਫਿਲਮ ਵੀ ਦੇਖੋਗੇ ਤਾਂ ਤੁਹਾਨੂੰ ਸਮਝ ਆਊਗਾ ਕਿ ਉਹ ਡਿਮਾਂਡ ਨਹੀਂ ਕਰਦਾ ਕਿ ਉਹਨੂੰ ਕੋਈ ਸਟਾਰ ਪਲੇ ਕਰੇ ਹਨਾ ਫਿਰ ਉਸ ਕੈਰੈਕਟਰ ਦੀ ਇਨੋਸੈਂਸ ਖਰਾਬ ਹੋ ਜਾਂਦੀ ਹੈ ਤਾਂ ਮੈਨੂੰ ਸੀਗਾ ਕਿ ਕੋਈ ਨਵਾਂ ਹੀ ਐਕਟਰ ਨਾਲ ਇਹ ਫਿਲਮ ਕਰਨੀ ਹੈ ਤਾਂ ਮੈਂ ਦੋ ਤਿੰਨ ਬੰਦਿਆਂ ਨਾਲ ਗੱਲ ਵੀ ਕਰੀ ਆਲਰੇਡੀ ਸਾਡਾ ਕਾਫੀ ਚੇਰੋਸ ਨੂੰ ਲੈ ਕੇ ਗੱਲਾਂ ਬਾਤਾਂ ਵੀ ਹੁੰਦੀਆਂ ਰਹੀਆਂ ਕਿ ਕਰਨੀ ਹੈ اور ਐਸੇ ਐਂਡ ਐਂਡ ਆਫ ਦਿ ਡੇ ਉਹ ਗੱਲ ਨਹੀਂ ਬਣੀ ਤੇ ਗਿਤਾਜ ਮੇਰੇ ਦੂਰ ਦੂਰ ਤੱਕ ਮਤਲਬ ਜਹਨ ਚ ਨਹੀਂ ਸੀਗਾ ਕਿ ਗਿਤਾਜ ਨੂੰ ਕਾਸਟ ਕਰਨਾ ਤੇ ਮੈਂ ਯੂਕੇ ਦੇ ਵਿੱਚ ਸੀਗਾ ਤੇ ਜਿਨ੍ਹਾਂ ਨਾਲ ਮੇਰੀ ਗੱਲ ਚੱਲ ਰਹੀ ਸੀ ਉਹ ਸਭ ਕੁਝ ਸਿਰੇ ਜੇ ਨਹੀਂ ਚੜ ਰਹੀ ਸੀਗਾ ਹਨਾ ਮੈਨੂੰ ਜਿਵੇਂ ਸ਼ਾਇਦ ਮੈਂ ਫਿਲਮ ਨੂੰ ਦੇਖ ਰਿਹਾ ਸੀਗਾ ਉਹ ਉਸ ਤਰੀਕੇ ਨਾਲ ਉਸ ਫਿਲਮ ਨੂੰ ਨਹੀਂ ਦੇਖ ਪਾ ਰਹੇ ਸੀਗੇ ਔਰ ਹਰ ਬੰਦੇ ਦੇ ਆਪਣੇ ਲਾਈਫ ਨੂੰ ਪਲਾਨਸ ਹੁੰਦੇ ਆ ਸੈਟ ਆਫ ਗੋਲਸ ਹੁੰਦੇ ਆ ਤਾਂ ਉਹਦੇ ਚ ਉਹਨਾਂ ਲਈ ਉਹ ਫਿਲਮ ਸ਼ਾਇਦ ਸੈੱਟ ਨਹੀਂ ਬੈਂਦੀ ਸੀ ਤੇ ਕੋਈ ਹੈਕਟਰ ਨਹੀਂ ਸੀਗਾ ਤੇ ਮੈਂ ਸੋਚ ਰਿਹਾ ਸੀ ਯਾਰ ਕੀ ਦੇਣਾ ਗੱਲ ਕਰਨਾ ਹੈ ਕੀ ਕਰਨਾ ਤੇ ਸਾਡੀ ਕਿਸਮਤ ਫਿਲਮ ਖਤਮ ਹੋਈ ਸੀਗੀ ਤੇ ਸ਼ੂਟ ਤੋਂ ਵਾਪਸ ਅਸੀਂ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਤੇ ਮੈਂ YouTube ਖੋਲਿਆ ਤੇ YouTube 'ਚ ਮੈਨੂੰ ਗਿਤਾਜ ਦਾ ਇੱਕ ਟੀਜ਼ਰ ਦਿਖਿਆ ਉਹਦੇ ਪੁਰਾਣੇ ਗਾਣੇ ਦਾ ਜਿਹੜਾ 3-4 ਸਾਲ ਪਹਿਲਾਂ ਆਇਆ ਸੀਗਾ ਤੇ ਮੈਂ ਦੇਖਿਆ ਮੈਂ ਕਿਹਾ ਯਾਰ ਉਹੀ ਮੇਰਾ ਮਤਲਬ ਬਹੁਤ ਖਾਸ ਦੋਸਤ ਨਹੀਂ ਕਹਿ ਸਕਦੇ ਬਟ ਅਸੀਂ ਇਕੱਠੇ ਫਿਲਮ ਕੀਤੀ ਸੀ ਤਾਂ 10 ਸਾਲਾਂ 'ਚ 10 ਕਵਾਰੀ ਮਿਲੇ ਹੋਵਾਂਗੇ ਪੂਰਾ ਮਿਲਾ ਕੇ ਆਣਾ ਤੇ ਗੱਲ ਸਾਡੀ ਕਈ ਕਈ ਵਾਰੀ ਦੋ ਦੋ ਸਾਲ ਵੀ ਨਹੀਂ ਹੁੰਦੀ ਸੀਗੀ ਤੋਂ ਐ ਨਹੀਂ ਸੀਗਾ ਕਿ ਬਹੁਤ ਵਧੀਆ ਖਾਸ ਦੋਸਤ ਸੀਗਾ ਬਟ ਹਾਈ ਹੈਲੋ ਜੀ ਹੋ ਜਾਂਦੀ ਸੀਗੀ ਠੀਕ ਹੈ ਕਿਤੇ ਨਾ ਕਿਤੇ ਇੱਕ ਦੂਜੇ ਲਈ ਰਿਸਪੈਕਟ ਸੀਗੀ ਮਨ ਚ ਤਾਂ ਮੈਂ ਸੋਚਿਆ ਮੈਂ ਕਿ ਯਾਰ ਇਹਦੇ ਗਾਣੇ ਗੁਣੇ ਵੀ ਨਹੀਂ ਇੰਨੇ ਵਰਕ ਕਰ ਰਹੇ ਹਨਾ ਤੇ ਕੀ ਕਰਦਾ ਹੋਊਗਾ ਕਿਉਂਕਿ ਕਾਫੀ ਟਾਈਮ ਤੋਂ ਮੇਰੀ ਗੱਲ ਨਹੀਂ ਹੋਈ ਸੀ ਤੇ ਮੈਂ ਉਹਨੂੰ ਰਾਤ ਨੂੰ ਉੱਥੋਂ ਮੈਸੇਜ ਕੀਤਾ ਤੇ ਉਹਦਾ ਰਿਪਲਾਈ ਆ ਗਿਆ ਕੁਦਰਤੀ ਉਹ ਜਾਗ ਰਿਹਾ ਸੀ ਇੰਡੀਆ ਦੇ 3-4 ਵਜੇ ਸੀ ਤੇ ਮੈਂ ਕਿਹਾ ਹੋਰ ਕੀ ਹਾਲ ਚਾਲ ਹੈ ਨੋਰਮਲ ਦੋ ਮਿੰਟ ਗੱਲ ਹੋਈ ਔਰ ਮੈਨੂੰ ਅੱਜ ਵੀ ਮੈਂ ਸੱਚੀ ਕਹਿੰਨਾ ਮੈਨੂੰ ਨਹੀਂ ਪਤਾ ਕਿ ਮੇਰੇ ਮਨ ਚੋਂਦੋ ਕੀ ਆਇਆ ਤੇ ਮੈਂ ਕਿਹਾ ਯਾਰ ਇਹ ਵੀ ਤਾਂ ਹੋ ਸਕਦਾ ਹੈ ਨਾ ਜੋ ਹੋਊਗਾ ਦੇਖੀ ਜਾਊਗੀ ਸੋ ਮੈਂ ਉਹਨੂੰ ਦੱਸਿਆ ਵੀ ਨਹੀਂ ਕਿ ਮੈਂ ਕੁਝ ਇਹੋ ਜਿਹਾ ਸੋਚ ਰਿਹਾ ਹਾਂ ਮੈਂ ਕੁਝ ਇਹੋ ਜਿਹਾ ਕਰਨ ਵਾਲਾ ਤੇ ਮੈਂ ਪੋਸਟ ਪਾਤੀ ਪਹਿਲਾਂ ਔਰ ਮੈਂ ਫਿਰ ਉਹਨੂੰ ਪੋਸਟ ਪਾ ਕੇ ਮੈਂ ਉਹਨੂੰ ਇੰਸਟਾ ਦਾ ਉਹ ਭੇਜਿਆ ਉਹਦਾ ਮੈਨੂੰ ਕਾਲ ਆ ਗਿਆ ਹਨਾ ਉਹਨੂੰ ਵੀ ਨਹੀਂ ਸਮਝ ਆਇਆ ਜਦੋਂ ਕਿਸੇ ਬੰਦੇ ਦੇ ਮਨ ਚ ਕੁਝ ਗੱਲ ਵੀ ਹੈ ਨਹੀਂ ਤੁਸੀਂ ਕੁਝ ਡਿਸਕਸ ਵੀ ਨਹੀਂ ਕੀਤਾ ਤੇ ਮੈਂ ਉਹਦਾ ਕਾਲ ਨਹੀਂ ਚੱਕਿਆ ਮੈਂ ਫੋਨ ਕੱਟਤਾ ਮੈਂ ਕਿਹਾ ਯਾਰ ਮੈਸੇਜ 'ਚ ਹੀ ਗੱਲ ਕਰਦੇ ਆਪਾਂ ਤੇ ਕਾਲ 'ਚ ਨਹੀਂ ਗੱਲ ਕਰਦੇ ਫਿਰ ਅਸੀਂ ਬਹੁਤ देर ਬੈਠੇ ਰਹੇ ਫਿਰ ਹੌਲੀ-ਹੌਲੀ ਉਹ ਗੱਲ ਫੈਲਣੀ ਸ਼ੁਰੂ ਹੋ ਗਈ ਜਦੋਂ ਪੋਸਟ ਪਾਤੀ ਐਮੀ ਸੀਗਾ ਉੱਥੇ ਐਮੀ ਨੂੰ ਪਤਾ ਲੱਗਿਆ ਤੇ ਉਹਨੇ ਮੈਨੂੰ ਪੁੱਛਿਆ ਵੀ ਆਹ ਕਿਦੋਂ ਹੋਇਆ ਹਨਾ ਔਰ ਸਭ ਨੂੰ ਇਹ ਲੱਗਦਾ ਹੁੰਦਾ ਹੈ ਕਿ ਪਤਾ ਨਹੀਂ ਕਿੰਨਾ ਚਿਰ ਦੀ ਇਹਨਾਂ ਦੀ ਪਲਾਨਿੰਗ ਹੈ ਔਰ ਇਹ ਸਾਡੇ ਨਾਲ ਰਹਿੰਦੇ ਇਹਨਾਂ ਨੇ ਸਾਨੂੰ ਇਨੀ ਦੱਸਿਆ ਤੇ ਉਸ ਤਰੀਕੇ ਨਾਲ ਫਿਰ ਸਭ ਨੇ ਰੈਐਕਟ ਕਰਨਾ ਸ਼ੁਰੂ ਕੀਤਾ ਪਰ ਫਿਰ ਅਸੀਂ ਦੋਨੇ ਨੇ ਬੈਠ ਕੇ ਅਸੀਂ ਉਹਨੇ ਮੈਨੂੰ ਪੁੱਛਿਆ ਵੀ ਤੇਰੇ ਮਨ ਚ ਕੀ ਆਇਆ ਕਿਉਂ ਆਇਆ ਹਨਾ ਪਰ ਮੇਰੇ ਕੋਲੇ ਐਸਾ ਚ ਕੋਈ ਸਟਰੋਂਗਲੀ ਜਿਹਾ ਜਵਾਬ ਨਹੀਂ ਸੀਗਾ ਫਿਰ ਅਸੀਂ ਕਾਫੀ देर ਗੱਲਾਂ ਕਰਦੇ ਰਹੇ ਬਟ ਇੱਕ ਹੁੰਦਾ ਹੈ ਕਿ ਉਸ ਟਾਈਮ ਤੋਂ ਹੀ ਉਹ ਪੋਸਟ ਪੈਣ ਤੋਂ ਹਨਾ ਜਿਵੇਂ ਉਹ ਪੋਸਟ ਪਈ ਔਰ ਇੱਕ ਵਾਈਬ ਜੀ ਬਣਨੀ ਸ਼ੁਰੂ ਹੋ ਗਈ ਸੀਗੀ ਉਦਨ ਹੀ ਸਾਨੂੰ ਮੈਨੂੰ ਲੱਗਣ ਲੱਗ ਗਿਆ ਸੀਗਾ ਕਿ ਯਾਰ ਇਹ ਬਹੁਤ ਵਧੀਆ ਕਰੂਗਾ ਹਨਾ ਤੇ ਫਿਰ ਉਦੋਂ ਉਹ 92 ਕੇਜੀ ਦਾ ਸੀਗਾ ਸਾਨੂੰ 72 ਦਾ ਚਾਹੀਦਾ ਸੀਗਾ ਸੋ ਮੈਂ ਵਾਚਰ ਤੋਂ ਉਹਨੂੰ ਦੇਖਿਆ ਵੀ ਨਹੀਂ ਸੀਗਾ ਤੇ ਫਿਰ ਉੱਥੋਂ ਬਹੁਤ ਨਾਟ ਫਿਜ਼ੀਕਲ ਹORS ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਸੀਗੀਆਂ ਜੋ ਹਣੇ ਮਿਹਨਤ ਵੀ ਕੀਤੀ ਔਰ ਫਿਰ ਹਰ ਫਿਲਮ ਬਣ ਗਿਆ ਤਾਂ ਵਧੀਆ ਲੱਗਦਾ ਜਿਹਦਾ ਤੁਸੀਂ ਕਿਹਾ ਨਾ ਵੀ ਸਭ ਨੂੰ ਲੱਗਦਾ ਸੀਗਾ ਵੀ ਬਹੁਤ ਦੇਰ ਦਾ ਨਾ ਦਾ ਆਪਸ ਦਾ ਪਲਾਨ ਹੋ ਗਿਆ ਜਾਂ ਕੁਝ ਵੀ ਇਹਦੇ ਨਾਲ ਦੋ ਸਵਾਲ ਜੁੜੇ ਹੋਏ ਨੇ ਪਹਿਲਾਂ ਤਾਂ ਜਦੋਂ ਤੁਸੀਂ ਅਨਾਉਂਸਮੈਂਟ ਕੀਤੀ ਤੇ ਸਭ ਨੂੰ ਨਾ ਕਿਤੇ ਨਾ ਕਿਤੇ ਪਤਾ ਨਹੀਂ ਮਾਈਂਡ ਦੇ ਵਿੱਚ ਇਹ ਬਣ ਗਿਆ ਵੀ ਸਾਡੇ ਮਤਲਬ ਜਿਹੜੇ ਲੈਜੈਂਡ ਨੇਗੇ ਸੁਜੀਤ ਬਿੰਦੜਖਿਆ ਜੀ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਹੀ ਬਾਇਓਪਿਕ ਸ਼ਾਇਦ ਬਣ ਰਹੀ ਹੈ ਪਹਿਲੀ ਪ੍ਰੀਸੈਪਸ਼ਨ ਇਹ ਸੀਗੀ ਧਾਰਨਾ ਫਿਰ ਹੌਲੀ ਹੌਲੀ ਉਹ ਚੀਜ਼ ਕਲੀਅਰ ਹੋਈ ਹੈ ਨਾ ਫਿਰ ਉਸ ਤੋਂ ਬਾਅਦ ਗੱਲ ਇੱਥੇ ਆ ਕੇ ਰੁਕੀ ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀ ਆਡੀਅנס ਨੂੰ ਲੈਣ ਕਰਕੇ ਗੀਤਾਜ ਨੂੰ ਜਿਹੜਾ ਲਿਆ ਗਿਆ ਜੋ ਕਿ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਲੈਰੀਫਿਕੇਸ਼ਨ ਵੀ ਦਿੱਤੀ ਉਹਨਾਂ ਦੀ ਫੋਟੋ ਪਾ ਕੇ ਵੀ ਉਹਨੂੰ ਉਹਦੇ ਕੰਮ ਨਾਲ ਜੱਜ ਕੀਤਾ ਜਾਵੇ ਵੀ ਬਾਪੂ ਜੀ ਵਰਗਾ ਨਹੀਂ ਆ ਲੇਕਿਨ ਜੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇਹਨਾਂ ਦੇ ਕੰਮ ਨੂੰ ਜ਼ਰੂਰ ਦੇਖ ਕੇ ਜਸਟੀਫਾਈ ਜੇ ਕਰਦਾ ਹੋਊਗਾ ਤਾਂ ਦੱਸਿਓ ਹੈਨਾ ਤੇ ਇਦਾਂ ਦੀਆਂ ਕਿੰਨੀ ਗੱਲਾਂ ਤੁਸੀਂ ਸੁਣਿਆ ਨੇ ਹੁਣ ਤੱਕ ਗੀਤਾਜ ਨੂੰ ਲੈ ਕੇ ਹਨ ਇੱਕ ਲੋਕ ਨਹੀਂ ਮੰਨਦੇ ਹਜੇ ਵੀ ਨਹੀਂ ਮੰਨਦਾ ਕੋਈ ਕਿ ਐ ਸਡਨਲੀ ਤੁਸੀਂ ਕਿਸੇ ਨੂੰ ਕਿਵੇਂ ਕਾਸਟ ਕਰ ਲਿਆ ਹਨ ਤੇ ਕੀ ਸਾਡੀ ਕੋਈ ਪਲਾਨਿੰਗ ਹੋਣੀ ਹੈ ਬਟ ਉਹਨੇ ਐਸ ਐਸੱਚ ਵੈਸੀ ਨਹੀਂ ਕੋਈ ਪਲਾਨਿੰਗ ਨਹੀਂ ਸੀਗੀ ਔਰ ਬਟ ਉਹ ਬਹੁਤ ਵੱਡਾ ਕੋਇਨਸੀਡੈਂਸ ਹੈ ਹਨਾ ਉਸ ਤਰੀਕੇ ਨਾਲ ਫਿਲਮ ਦਾ ਉਹਦੇ ਕੋਲੇ ਜਾਣਾ ਔਰ ਉਹਨੂੰ ਮਿਲਣਾ ਤੇ ਫਿਰ ਮੇਰੀ ਗਿਤਾਜ ਨਾਲ ਗੱਲ ਹੋਈ ਤਾਂ ਉਹਨੂੰ ਤਾਂ ਸਾਡੀ ਉਹਦੋਂ ਗੱਲ ਹੋਈ ਤਾਂ ਉਹਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਤੂੰ ਇੰਡੀਆ ਆਏਂਗਾ ਤਾਂ ਤੈਨੂੰ ਇੱਕ ਗੱਲ ਦੱਸੂਗਾ ਹਨਾ ਤੇ ਮੈਂ ਕਿਹਾ ਠੀਕ ਹੈ ਤਾਂ ਫਿਰ ਮੈਂ ਇੰਡੀਆ ਆਇਆ ਤੇ ਜਦੋਂ ਮੈਂ ਉਹਨੂੰ ਮਿਲਿਆ ਤੌਣੇ ਮੈਨੂੰ ਦੱਸਿਆ ਕਿ ਉਹ ਆਲਰੇਡੀ ਇਹ ਪਲਾਨ ਕਰ ਚੁੱਕਿਆ ਸੀਗਾ ਕਿ ਉਹ ਹੁਣ ਗਾਣੇ ਨਹੀਂ ਕਰੂਗਾ ਉਹ ਇੰਡਸਟਰੀ ਛੱਡ ਕੇ ਔਰ ਕੁਝ ਹੋਰ ਕੰਮ ਕਰੂਗਾ ਰਾਈਟ ਰਾਈਟ ਤੌਣ ਲੱਗਦਾ ਸੀਗਾ ਕਿ ਯਾਰ ਬਹੁਤ ਚਿਰ ਹੋ ਗਿਆ ਜ਼ਰੂਰੀ ਥੋੜਾ ਕਿ ਸਾਰੇ ਸਿੰਗਰ ਹੀ ਐ ਔਰ ਨਹੀਂ ਜੇ ਕੋਈ ਚੀਜ਼ ਵਰਕ ਕਰ ਰਹੀ ਤਾਂ ਉਹਨੂੰ ਇੰਨਾ ਚਿਰ ਤੋਂ ਫਾਈਟ ਕਰਿਆ ਕੁਝ ਲਾਈਫ ਸ਼ੋਰ ਕਰ ਦੇ ਸੋ ਉਹ ਆਲਰੇਡੀ ਕੈਨੇਡਾ ਲਈ ਵੀਜ਼ਾ ਵੂਜ਼ਾ ਅਪਲਾਈ ਕਰ ਚੁੱਕਿਆ ਸੀ ਕੋਵਿਡ ਕਰਕੇ ਫਲਾਈਟਾਂ ਕੈਨਸਲ ਹੋਰ ਗਾ ਹੋਣ ਕਰਕੇ ਉਹਨੇ ਫਲਾਈ ਨਹੀਂ ਕੀਤਾ ਤੇ ਔਫੀਰਾ ਫਿਲਮ ਆ ਗਈ ਫਿਰ ਉਹਨੂੰ ਰੋਕ ਲਿਆ ਹੁਣ ਦੇਖੋ ਕੀ ਬਣਦਾ ਸਰਗੁਣ ਸਰਗੁਣ ਦੀ ਗੱਲ ਕਰਨਾ ਚਾਹਵਾ ਜਾਂ ਟੀਮ ਦੀ ਬਾਕੀ ਲੋਕਾਂ ਦੀ ਗੱਲ ਕਰਨਾ ਚਾਹਵਾ ਜੋ ਟੀਮ ਨਾਲ ਜੁੜੇ ਹੋਏ ਨੇ ਜਾਨੀ ਵੀ ਵੱਡੇ ਨਾਮ ਹੈਗੇ ਨੇ ਹੈਨਾ ਉੱਥੇ ਤੁਸੀਂ ਕਹਿ ਰਹੇ ਹੋ ਕਿ ਕਿਸਮਤ ਦੇ ਟਾਈਮ ਦੀ ਗੱਲ ਹੈ ਐਮੀ ਵੀ ਉੱਥੇ ਸੀਗੇ ਜੋ ਇਸ ਟਾਈਮ ਦੇ ਇਹ ਲਿਸਟਸ ਬੰਦੇ ਜਿਹੜੇ ਆਰਟਿਸਟ ਹੈਗੇ ਨੇ ਸਾਡੀ ਇੰਡਸਟਰੀ ਦੇ ਇਹਨਾਂ ਦੀ ਰਿਐਕਸ਼ਨ ਕੀ ਸੀ ਕਿਸੇ ਨੇ ਵੀ ਹਾਸੇ ਮਜ਼ਾਕ ਨਹੀਂ ਕਿ ਜਗਦੀਪ ਵੀ ਰਿਸਕ ਲੈ ਰਿਹਾ ਹੈ ਰਿਸਕ ਨਾਲ ਹੈ ਜਾਂ ਸੋਚ ਲੈ ਜਾਂ ਹਜੇ ਵੀ ਦੇਖ ਲੈ ਨਹੀਂ ਰਿਸਕ ਤਾਂ ਸਾਰੇ ਗੰਦੇ ਸੀਗੇ ਕਿ ਬਹੁਤ ਰਿਸਕ ਹੈ ਔਰ ਇਨਫੈਕਟ ਜਿਵੇਂ ਸਰਗੁਣ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਕੌਣ ਹੈਗੀ ਤਾਜਬੀਨ ਰਖੇ ਜਦੋਂ ਮੈਂ ਇਹਨੂੰ ਦੱਸਿਆ ਤਾਂ ਉਹਨੇ ਗੂਗਲ ਕਰਕੇ ਦੇਖਿਆ ਕਿ ਅੱਛਾ ਕੌਣ ਹੈ ਇਹ ਹਨਾ ਤੇ ਔਰ ਇਨਫੈਕਟ ਜਿਵੇਂ ਜਾਣੀ ਹੋ ਰਹੀ ਵੀ ਹੈ ਔਰ ਲੋਕ ਵੀ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਦੇਖ ਨਹੀਂ ਰਹੇ ਸੀ ਉਹ ਬਹੁਤ ਕੰਮ ਨਹੀਂ ਕਰ ਰਿਹਾ ਸੀਗਾ ਔਰ ਸਡਨਲੀ ਤੁਸੀਂ ਥੋੜੇ ਟਾਈਮ ਬਾਅਦ ਜੇ ਤੁਸੀਂ ਨਹੀਂ ਸਕਸੈਸਫੁਲ ਤਾਂ ਲੋਕ ਤੁਹਾਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਤਾਂ ਬਹੁਤ ਸਾਰੇ ਲੋਕਾਂ ਨੇ ਕੱਢ-ਕੱਢ ਕੇ ਦੇਖਿਆ ਉਹ ਕਿ ਅੱਛਾ ਇਹ ਹੈ ਕੌਣ ਹਨਾ ਇਹ ਫਿਰ ਮੈਂ ਜਾਨੀ ਨਾਲ ਗੱਲ ਕਰੀ ਜਾਨੀ ਨਾਲ ਮੇਰੀ ਆੜੇ ਤਰੀਕੇ ਦੀ ਅੰਡਰਸਟੈਂਡਿੰਗ ਹੈ ਨਾ ਤਾਂ ਉਹ ਬਹੁਤ ਸੁਲਝਿਆ ਹੋਇਆ ਬੰਦਾ ਉਹ ਇੱਕਦਮ ਨਹੀਂ ਰਿਐਕਟ ਕਰਦਾ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਇਹਨੇ ਅਨਾਉਂਸ ਕੀਤੀ ਹੋ ਤਾਂ ਕੁਝ ਸੋਚ ਕੇ ਕੀਤੀ ਹੋਣੀ ਹੈ ਨਾ ਤਾਂ ਫਿਰ ਅਸੀਂ ਜਦੋਂ ਮੈਂ ਉਹਨਾਂ ਨਾਲ ਫਿਲਮ ਡਿਸਕਸ ਕੀਤੀ ਜਦੋਂ ਚੀਜ਼ਾਂ ਹੋਈਆਂ ਔਰ ਹੁਣ ਜਦੋਂ ਮੈਂ ਉਹਨੂੰ ਫਿਲਮ ਦੇ ਕੁਝ ਸੀਨਸ ਦਿਖਾਏ ਤਾਂ ਉਹ ਕਿਉਂਕਿ ਉਹ ਸਭ ਨੂੰ ਆਏ ਸੀ ਕਿ ਉਹਨੇ ਕੀ ਕੀਤਾ ਹੋਣਾ ਹੈ ਸੇਮ ਸੁਪਨੇ ਵਾਂਗ ਹੀ ਸੀਗਾ ਤਾਨੀਆਂ ਨੂੰ ਲੈ ਕੇ ਹਨ ਕਿਉਂਕਿ ਕਿਸਮਤ ਚ ਸਰਗੁਨ ਜੀਗੀ ਤਾਂ ਸਰਗੁਨ ਤਾਂ ਆਪਣੇ ਆਪ ਚ ਬਹੁਤ ਦੁਰੰਦਰ ਹੈ ਤਾਂ ਜਾਨੀ ਨੂੰ ਉਦੋਂ ਵੀ ਸੀਗਾ ਕਿ ਯਾਰ ਆਹ ਕੁੜੀ ਕਿਉਂ ਹਨ ਬਟ ਫਿਰ ਜਦੋਂ ਸੁਪਨਾ ਦੇਖ ਕੇ ਆਇਆ ਤਾਂ ਉਹਨੂੰ ਬਹੁਤ ਉਵੇਂ ਹੋਇਆ ਸੇਮ ਉਹਨੇ ਹੁਣ ਮੈਂ ਉਹਨੂੰ ਜਦੋਂ ਮੋਹ ਦੇ ਹੁਣ ਸੀਨ ਦਿਖਾਏ ਤਾਂ ਉਹਨੇ ਸੀਨ ਦੇਖਦਾ ਰਿਹਾ ਚੁੱਪਚਾਪ ਹਨਾ ਤਾਂ ਦੈਨ ਉਹਨੇ ਸਾਰੇ 5-7 ਸੀਨ ਸੀਗੇ ਦੇਖਣ ਤੋਂ ਬਾਅਦ ਫਿਰ ਉਹਨੇ ਕਿਹਾ ਕਹਿੰਦਾ ਯਾਰ ਇਹਨੇ ਬਹੁਤ ਵਧੀਆ ਕੀਤਾ ਹਨ ਤੇ ਫਿਰ ਉਹੀ ਉਹੀ ਮੇਨ ਸੀਗਾ ਕਿ ਐਟ ਲੀਸਟ ਉਹ ਰਿਜ਼ਲਟ ਆਵੇ ਜੋ ਸੋਚ ਕੇ ਉਹਨੂੰ ਲਿਆ ਗਿਆ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਉਹਦਾ ਕੰਮ ਬਹੁਤ ਵਧੀਆ ਲੱਗੂਗਾ ਐਦਾਂ ਹੀ ਇੱਕ ਮੈਸੇਜ ਤੁਹਾਨੂੰ ਸਵੇਰ ਦੇ 6 ਵਜੇ ਚੰਡੀਗੜ੍ਹ ਦੇ ਰਸਤੇ ਤੋਂ ਤੁਹਾਡੇ ਅਸਿਸਟੈਂਟ ਨੇ ਵੀ ਕੀਤਾ ਸੀਗਾ ਇੱਕ ਡਾਇਰੈਕਟਰ ਨੂੰ ਇੱਕ ਇਨਸਾਨੀਅਤ ਤੌਰ ਤੇ ਕੀ ਮਹਿਸੂਸ ਹੁੰਦਾ ਕਿ ਹਾਂ ਮੈਂ ਰਿਸਕ ਲਿਆ ਸੀ ਸਿਰੇ ਚੜਦਾ ਨਜ਼ਰ ਆ ਰਿਹਾ ਹੈ ਔਰ ਐਕਚੁਅਲੀ ਵਧੀਆ ਲੱਗਦਾ ਹੈ ਕਿ ਜਦੋਂ ਕੋਈ ਬੰਦਾ ਜੇ ਤੁਸੀਂ ਕਿਸੇ ਬੰਦੇ ਨੂੰ ਉਸ ਲੈਵਲ ਤੇ ਹੋ ਕਿ ਤੁਸੀਂ ਕਿਸੇ ਨੂੰ ਕੁਝ ਥੋੜਾ ਬਹੁਤ ਔਪੋਰਚੁਨਿਟੀ ਦੇ ਸਕਦੇ ਹੋ ਤੇ ਜੇ ਉਹ ਬੰਦਾ ਉਹਨੂੰ ਕੈਸ਼ ਕਰਦਾ ਹੈ ਜਾਂ ਉਹਦੇ ਲਈ ਮਿਹਨਤ ਕਰਦਾ ਤਾਂ ਤੁਹਾਨੂੰ ਵਧੀਆ ਲੱਗਦਾ ਕਿ ਯਾਰ ਮੈਂ ਰਾਈਟ ਬੰਦੇ ਤੇ ਆਪਣੀ એનર્ਜੀ ਆਪਣਾ ਟਾਈਮ ਸਪੈਂਡ ਕੀਤਾ ਹਨਾ ਤੇ ਗਿਤਾਜ ਨੂੰ ਅਸੀਂ ਉੱਥੋਂ ਫਾਈਨਲ ਕਰ ਲਿਆ ਠੀਕ ਹੈ ਹਨਾ ਫਿਰ ਅਸੀਂ ਉਹਦੀ ਫਿਜ਼ੀਕਲ ਟਰਾਂਸਫਰਮੇਸ਼ਨ ਤੇ ਆਏ ਸਭ ਤੋਂ ਪਹਿਲਾਂ ਉਹ ਪੜਦਾ ਨਹੀਂਗਾ ਬੁੱਕਸ ਨਹੀਂ ਪੜਦਾ ਤਾਂ ਮੈਂ ਉਹਨੂੰ ਕਿਹਾ ਕਿ ਤੂੰ ਰੋਜ਼ ਬੁੱਕ ਪੜ੍ਹਨੀ ਹੈ ਦੋ ਪੇਜ ਹੀ ਪੜ ਇੱਕ ਹੀ ਪੜ ਹਨਾ ਤੇ ਲਿਖਣਾ ਹੈ ਰੋਜ਼ ਇੱਕ ਪੇਜ ਦੋ ਪੇਜ ਕੁਝ ਲਿਖਣਾ ਹੈ ਫਿਰ ਹੌਲੀ-ਹੌਲੀ ਉਹਦੀ ਐਕਟਿੰਗ ਦੀ ਵਰਕਸ਼ਾਪ ਕੀਤੀ ਅਸੀਂ ਮਹੀਨਾ ਮਹੀਨਾ ਡੇਢ ਮਹੀਨਾ ਤੇ ਉਦੋਂ ਜਦੋਂ ਮੈਂ ਉਹਨੂੰ ਪੁਸ਼ ਕਰ ਰਿਹਾ ਸੀ ਉਹ ਚੀਜ਼ਾਂ ਲਈ ਤਾਂ ਲੇਖ ਦਾ ਸਾਡਾ ਸ਼ੂਟ ਸੀਗਾ ਤਾਂ ਮੈਂ ਉਹਨੂੰ ਕਿਹਾ ਨਾ ਤੂੰ ਲੇਖ ਚ ਆਈ ਤੇ ਤੂੰ ਆਪਣੀ ਈਮੇਜ ਛੱਡ ਕੇ ਆਈਂ ਤੂੰ ਅਸਿਸਟ ਕਰਨਾ ਤੂੰ ਮੈਨੂੰ ਨਹੀਂ ਜਾਣਦਾ ਤੂੰ ਅਸਿਸਟੈਂਟਸ ਦੇ ਨਾਲ ਜਾਣਾ ਹੈ ਅਸਿਸਟੈਂਟ ਦੇ ਨਾਲ ਆਉਣਾ ਹੈ ਔਰ ਉਹਨਾਂ ਨਾਲ ਹੀ ਰਹਿਣਾ ਮੈਂ ਮੈਂ ਚਾਹ 10 ਵਜੇ ਆਵਾਂ 11 ਵਜੇ ਆਵਾਂ ਕਿਉਂਕਿ ਮੈਂ ਰਾਈਟਰ ਸੀ ਉਹਦੇ ਵਿੱਚ ਪਰ ਤੂੰ 6 ਵਜੇ ਜਾਣਾ ਹੈ ਨਾ ਤੂੰ ਹਫਤਾ 10 ਦਿਨ ਲਾ ਔਰ ਤੈਨੂੰ ਪਤਾ ਲੱਗੂਗਾ ਕਿ ਕੀ ਚੀਜ਼ਾਂ ਕੁਝ ਦੇਖੇਗਾ ਤੂੰ ਸ਼ੂਟ ਤੇ ਜੋ ਤੇਰੇ ਕੰਮ ਆਉਣੀਆਂ ਤੇ ਉਹ ਆਇਆ ਉੱਥੇ ਅੱਛਾ ਕੋਈ ਨਾਂ ਨੁਕਰ ਨਹੀਂ ਕੀਤੀ ਕੋਈ ਨਾਂ ਨੁਕਰ ਨਹੀਂ ਕਹਿੰਦਾ ਠੀਕ ਹੈ ਮੈਂ ਆਉਂਗਾ ਹੈ ਨਾ ਉਹ ਆਇਆ ਤੇ ਮੈਂ ਉਹਨੂੰ ਕਿਹਾ ਠੀਕ ਹੈ ਤੂੰ ਇਹਨਾਂ ਨਾਲ ਲੱਗ ਜਾ ਤੇ ਕਹਿੰਦਾ ਮੈਂ ਪਹਿਲਾ ਦਿਨ ਮੈਂ ਦੇਖ ਲਾਂ ਥੋੜਾ ਜਿਹਾ ਮੈਂ ਕਿਹਾ ਚਲ ਠੀਕ ਹੈ ਪਹਿਲੇ ਦਿਨ ਉਹ ਗਿਆ ਸਾਡੇ ਨਾਲ ਦੇਖਿਆ ਦੁਖਿਆ ਉਹਨੇ ਰਾਤ ਨੂੰ ਆਇਆ ਸਭ ਕੁਝ ਗੁੱਡ ਨਾਈਟ ਵਗੈ ਮੈਂ ਉਹਨੂੰ ਕਿਹਾ ਤੂੰ ਸਵੇਰੇ 6 ਵਜੇ ਜਾਣਾ ਹੈ ਸੈੱਟ ਤੇ ਤੇ ਉਹਦਾ ਮੇਰਾ ਉਹਨੂੰ ਰੱਖਿਆ ਵੀ ਇਨਫੈਕਟ ਮੈਂ ਮੇਰੇ ਇੱਕ ਅਸਿਸਟੈਂਟ ਨਾਲ ਹਨਾ ਤੇ ਅਗਲੇ ਦਿਨ ਸਵੇਰੇ ਸਵੇਰੇ ਮੈਂ ਉਹਦੀ ਇੱਕ ਫੋਟੋ ਦੇਖੀ ਮੇਰੇ ਫੋਨ ਤੇ ਕਿ ਸੜਕ 'ਤੇ ਉੱਠ ਕੇ ਮੈਨੂੰ ਲੱਗਿਆ ਵਧੀਆ ਯਾਰ ਚੱਲ ਸੈੱਟ ਤੇ ਗਿਆ ਹੈ ਹਨਾ ਤੇ ਮੈਨੂੰ ਉਹਦਾ ਮੈਸੇਜ ਆਇਆ ਕਹਿੰਦਾ ਮੈਂ ਤਾਂ ਚੰਡੀਗੜ੍ਹ ਆ ਗਿਆ ਤੇ ਮੈਨੂੰ ਬੜਾ ਐ ਲੱਗਿਆ ਕਿ ਯਾਰ ਮੈਂ ਕਿਹਾ ਇਹਨੂੰ ਸਮਝ ਹੀ ਨਹੀਂ ਆਇਆ ਮੈਂ ਇਹਨੂੰ ਬੁਲਾਇਆ ਕਿਉਂ ਆ ਗਿਆ ਕੀ ਆ ਗਿਆ ਫੇਰ ਮੈਂ ਜਿਹੜਾ ਅਸਿਸਟੈਂਟ ਉਹਦੇ ਨਾਲ ਰੱਖਿਆ ਸੀ ਮੁੰਡਾ ਉਹ ਉਹਨੂੰ ਲੱਗਿਆ ਕਿ ਯਾਰ ਇਹ ਆਰਟਿਸਟ ਹੈ ਇਹਨੂੰ ਇਕੱਲੇ ਨੂੰ ਰੂਮ ਹੋਣਾ ਚਾਹੀਦਾ ਨਾ ਤਾਂ ਉਹ ਉਹਦਾ ਰੂਮ ਛੱਡ ਕੇ ਆਪਣੇ ਘਰੇ ਚਲਾ ਗਿਆ ਰਹਿਣੋਂ ਗੰਗਾ ਨਗਰ ਦਾ ਸੀ ਉੱਥੇ ਨਹੀਂ ਰਿਹਾ ਹੋਟਲ ਔਰ ਗਿਤਾਜ ਨੂੰ ਉਹਨੂੰ ਇਕੱਲੇ ਸੌਣ ਤੋਂ ਡਰ ਲੱਗਦਾ ਹਾਂ ਤਾਂ ਉਹਨੂੰ ਫੋਬੀਆ ਹੈ ਉਸ ਚੀਜ਼ ਦਾ ਹਣਾ ਤਾਂ ਉਦੋਂ ਮੈਨੂੰ ਲੱਗਿਆ ਕਿ ਯਾਰ ਇਹ ਚਲਾ ਗਿਆ ਐ ਐਂਡ ਦੈਨ ਉਹਨੇ ਮੈਨੂੰ ਦੱਸਿਆ ਬਾਅਦ ਚ ਕਿ ਯਾਰ ਮੈਂ ਉਹਨੂੰ ਉਹ ਚਲਾ ਗਿਆ ਰੁਕਿਆ ਨਹੀਂ ਮੈਂ ਮੈਂ ਕਰ ਨਹੀਂ ਸਕਦਾ ਪਰ ਮੈਨੂੰ ਵੀ ਲੱਗਿਆ ਉਦੋਂ ਕਿ ਕਿਉਂਕਿ ਕਈ ਵਾਰੀ ਕੋਈ ਬੰਦਾ ਕਿਸ ਚੀਜ਼ ਤੋਂ ਨਿਕਲ ਰਿਹਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਆਪਾਂ ਆਪਾਂ ਨੂੰ ਲੱਗਦਾ ਕਿ ਆਹ ਕਿੱਗਰ ਲੂ ਸੋਣਾ ਹੀ ਤਾਂ ਹੈ ਸੌਂ ਗਿਆ ਬੰਦਾ ਹਨਾ ਤੇ ਮੈਨੂੰ ਲੱਗਿਆ ਕਿ ਯਾਰ ਇਹ ਸ਼ਾਇਦ ਉਹਨਾਂ ਸੀਰੀਅਸ ਨਹੀਂ ਗਾਏ ਭੱਜ ਜਾਇਆ ਉੱਥੋਂ ਤੇ ਮੈਂ ਆ ਉਹਦੀ ਮਦਰ ਨਾਲ ਵੀ ਗੱਲ ਕੀਤੀ ਆਂਟੀ ਨਾਲ ਮੈਂ ਕਿਹਾ ਯਾਰ ਵੀ ਇਹ ਆਏ ਨਹੀਂ ਹੋਣਾ ਜਿਵੇਂ ਇਹ ਕਰ ਰਿਹਾ ਹਨਾ ਤੇ ਮੈਨੂੰ ਵੀ ਉਦੋਂ 1% ਲੱਗਿਆ ਕਿ ਯਾਰ ਇਹ ਕਿਤੇ ਬਹੁਤ ਗਲਤੀ ਤਾਂ ਨਹੀਂ ਕਰ ਲਈ ਇਹਨੂੰ ਲੈ ਕੇ ਸੋ ਮੇਰੇ ਮਨ 'ਚ ਵੀ ਇੱਕ ਡਾਊਟ ਜਾਂ ਸ਼ੁਰੂ ਹੋ ਗਿਆ ਮੇਰੀ ਟੀਮ ਨੇ ਵੀ ਉਹਨੂੰ ਦੇਖਿਆ ਵੀਰ ਅਸੀਂ ਸਾਰਿਆਂ ਨੇ ਕਿਉਂਕਿ ਸਾਰੀ ਟੀਮ ਨੂੰ ਹੀ ਸੀਗਾ ਕਿ ਇਹ ਕਿਉਂ ਹਨਾ ਇਹਨੂੰ ਕਿਉਂ ਲਿਆ ਤਾਂ ਸਭ ਨੇ ਦੇਖਿਆ ਕਿ ਇਹ ਤਾਂ ਡੈਡੀਕੇਸ਼ਨ ਹੀ ਹੈ ਨਹੀਂ ਇਹ ਤਾਂ ਉਹ ਕਰ ਹੀ ਨਹੀਂ ਰਿਹਾ ਔਰ ਇਹਨੇ ਹਜੇ ਜੋ ਸਾਨੂੰ ਵੇਟ ਵੀ ਚਾਹੀਦਾ ਉਹ ਵੀ ਨਹੀਂ ਕੀਤਾ ਤੇ ਕਿਵੇਂ ਕਰੂਗਾ ਸੋ ਫਿਰ ਸਾਡੀ ਮੈਂ ਉਹਨੂੰ ਕਿਹਾ ਮੈਂ ਕਹਿੰਦਾ ਦੇਖ ਮੈਂ ਤੇਰਾ ਨਾਲ ਜ਼ਿਆਦਾ ਮਤਲ ਨਹੀਂ ਮਾਰ ਸਕਦਾ ਮੈਂ ਤੈਨੂੰ ਇੱਕ ਮਹੀਨੇ ਬਾਅਦ ਮਿਲੂੰਗਾ ਹਨਾ ਸੋ ਸੋ ਡੇਟ ਅਸੀਂ ਇੱਕ ਡੇਟ ਫਿਕਸ ਕਰ ਲਈ ਕਿ ਨਾ ਮੈਂ ਤੈਨੂੰ ਮੈਸੇਜ ਕਰਾਂ ਨਾ ਮੈਂ ਤੈਨੂੰ ਕਾਲ ਕਰਾਂ ਮੈਂ ਤੈਨੂੰ ਇੱਕ ਇੰਨੀ ਇੰਨੀ ਤਰੀਕ ਨੂੰ ਦੇਖੂਗਾ ਤਮੇ ਉਹ ਜਿਹੜਾ ਮੇਰਾ ਏਡੀ ਦਾ ਮੈਸੇਜ ਹੈ ਮੈਂ ਉਹਨੂੰ ਭੇਜਿਆ ਜੀ ਕਿ ਤੂੰ ਸਵੇਰੇ ਸਵੇਰੇ ਜਾ ਕੇ ਇਹਨੂੰ ਸ਼ੂਟ ਕਰ ਰਿਹਾ ਜੋ ਵੀ ਕਰਦਾ ਹੈ ਵਰਕਆਊਟ ਵਗੈਰਾ ਹਨਾ ਤੋਂ ਦੋ ਸਾਈਕਲਿੰਗ ਕਰਦਾ ਹੁੰਦਾ ਸੀ ਸਵੇਰੇ ਰੋਜ਼ ਨਿਕਲ ਜਾਂਦਾ ਸੀ ਦਸੰਬਰ ਦਾ ਟਾਈਮ ਸੀ ਤਾਂ ਉਹਦਾ ਉਹਨੂੰ ਮੈਨੂੰ ਮੈਨੂੰ ਮੈਸੇਜ ਭੇਜਿਆ ਸੀ ਉਹ ਹੈ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਮਿਲਿਆ ਫਿਰ ਮੈਂ ਉਹ ਚ ਚੇਂਜਸ ਦੇਖੇ ਚੀਜ਼ਾਂ ਦੇਖੀਆਂ ਫਿਰ ਹੌਲੀ ਹੌਲੀ ਆਇਆ ਲਾਈਨ ਤੇ ਬਟ ਟਾਈਮ ਲੱਗਿਆ ਅੱਛਾ ਇੱਕ ਹੋਰ ਧਾਰਨਾ ਜਿਹੜੀ ਨੇ ਹੈਗੀ ਐ ਉਹ ਬਣੀ ਹੋਈ ਐ ਜਿਹੜੇ ਲੈਜੈਂਡਸ ਰਹਿ ਚੁਕੇ ਨੇ ਔਰ ਅੱਜ ਦੁਨੀਆ ਦੇ ਵਿੱਚ ਨਹੀਂ ਆ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਕਿ ਉਹਨਾਂ ਵਿੱਚ ਉਹਨਾਂ ਟੈਲੈਂਟ ਨਹੀਂ ਆ ਜਾਂ ਉਹ ਆਪਣੇ ਮਾਪੇ ਦਾ ਨਾਮ ਯੂਜ਼ ਕਰਦੇ ਨੇ ਲੇਕਿਨ ਆਪਣਾ ਟੈਲੈਂਟ ਹੈ ਜੋ ਉਸ ਦੇ ਨਾਲ ਜਸਟੀਫਿਕੇਸ਼ਨ ਉਹਨਾਂ ਦੀ ਨਹੀਂ ਦੇਖੀ ਜਾਂਦੀ ਗੀਤਾਜ ਨੂੰ ਤੁਸੀਂ 10-12 ਸਾਲਾਂ ਤੋਂ ਜਾਣਦੇ ਹੋ ਹੈਨਾ ਤੁਸੀਂ ਕਿੰਨਾ ਕੁ ਬਦਲਾਵ ਦੇਖਿਆ ਹੈ ਔਰ ਜਿੱਦਾਂ ਕਿ ਤੁਸੀਂ ਗੱਲ ਕੀਤੀ ਸੀ ਕਿ ਉਹਨਾਂ ਨੂੰ ਇੱਕ ਫੋਬੀਆ ਹੈ ਸੋ ਕਿਤੇ ਨਾ ਕਿਤੇ ਉਹਨਾਂ ਦੇ ਮੈਂਟਲ ਡਿਸਟਰਬੈਂਸ ਵੀ ਆ ਉਹਨਾਂ ਦੇ ਡੈਡ ਦੀ ਡੈਥ ਤੋਂ ਬਾਅਦ ਹੈਨਾ ਬਿੰਦ ਰੱਖਿਆ ਜੀਤੀ ਮੌਤ ਤੋਂ ਬਾਅਦ ਸੋ ਇੱਕ ਇਨਸਾਨੀਅਤ ਔਰਤੇ ਤੁਸੀਂ ਕਿਸ ਤਰ੍ਹਾਂ ਦੇ ਬਦਲਾਵ ਉਹਨਾਂ ਵਿੱਚ ਵੇਖੇ ਨੇ ਤੇ ਹੁਣ ਜਦੋਂ ਉਹ ਇੱਕ ਤੁਸੀਂ ਉਹਨਾਂ ਨੂੰ ਆਪਣੀ ਫਿਲਮ ਦੇ ਵਿੱਚ ਕਾਸਟ ਕਰ ਚੁੱਕੇ ਹੋ ਲੀਡ ਦੇ ਵਿੱਚ ਆ ਰਹੇ ਨੇ ਤੇ ਹੁਣ ਤੁਸੀਂ ਇਨਸਾਨ ਹੋਣ ਦੇ ਨਾਤੇ ਕੀ ਸੋਚਦੇ ਹੋ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਸੁਭਾਅ ਥੋੜਾ ਜਿਹਾ ਵੱਖਰਾ ਹੈ ਉਹਨਾਂ ਦੇ ਥੋੜੇ ਮੂਡ ਸਵਿੰਗਸ ਹੋ ਜਾਂਦੇ ਨੇ ਟੈਲੈਂਟ ਘੱਟ ਹੈ ਜਾਂ ਕੋਈ ਵੀ ਇਹੋ ਜਿਹੀ ਧਾਰਨਾ ਜਿਹੜੀ ਉਹਨਾਂ ਦੇ ਫਾਦਰ ਨਾਲ ਕਿਤੇ ਨਾ ਕਿਤੇ ਜਾ ਕੇ ਕਨੈਕਟ ਕਰਦੀ ਹੈ ਅਕਚੁਅਲੀ ਲੋਕ ਜਿਵੇਂ ਬਹੁਤ ਕਹਿੰਦੇ ਆ ਕਿ ਯਾਰ ਸਟਾਰ ਕਿਡਸ ਹੈ ਨਾ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਮੈਨੂੰ ਲੱਗਦਾ ਹੈ ਕਿ ਉਹ ਕੁਝ ਫਾਇਦਾ ਨਹੀਂ ਹੁੰਦਾ ਹਨਾ ਉਹਨਾਂ ਨੂੰ ਉਹਨਾਂ ਨੂੰ ਸਿਰਫ ਇੰਨਾ ਹੀ ਫਾਇਦਾ ਹੈ ਕਿ ਉਹਨਾਂ ਨੂੰ ਉਹ ਚਾਂਸ ਛੇਤੀ ਮਿਲ ਜਾਂਦਾ ਹੈ ਕਿਉਂ ਨਾਲ ਇਹ ਉਹ ਈਜ਼ੀ ਹੁੰਦਾ ਔਰ ਸਭ ਲਈ ਨਹੀਂ ਹੁੰਦਾ ਮਤਲਬ ਆਪਣੀ ਸਾਡੀ ਪੰਜਾਬੀ ਇੰਡਸਟਰੀ ਜੇ ਆਪਾਂ ਐਜ਼ ਅ ਸਟਾਰ ਕਿਡ ਕਿਸੇ ਦੀ ਗੱਲ ਕਰੀਏ ਤਾਂ ਕੋਈ ਬਹੁਤਾ ਸਕਸੈਸਫੁਲ ਨਹੀਂ ਗਾਇਆ ਜਿਹਨੂੰ ਉਹਨਾ ਸਟਰੋਂਗਲੀ ਵਧੀਆ ਮੌਕਾ ਮਿਲ ਗਿਆ ਹੈ ਨਾ ਤੇ ਉਹਨਾ ਸਟਾਰ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਹੈ ਕਿ ਜਿਨ੍ਹਾਂ ਦੇ ਫਾਦਰ ਜਾਂ ਮਦਰ ਜੋ ਵੀ ਇਸ ਇੰਡਸਟਰੀ ਸੀਗੇ ਜੋ ਛੇਤੀ ਚਲੇ ਗਏ ਸੋ ਉਹਨਾਂ ਨੂੰ ਨਾ ਤਾਂ ਕਿਉਂਕਿ ਉਹ ਲਾਈਫ ਇੱਕਦਮ ਬਦਲ ਜਾਂਦੀ ਹੈ ਜਦੋਂ ਤੁਹਾਡਾ ਫਾਦਰ ਸਟਾਰ ਹੁੰਦਾ ਤੁਹਾਨੂੰ ਦੁਨੀਆ ਤੁਹਾਡੇ ਲਈ ਹੋਰ ਹੁੰਦੀ ਔਰ ਵਿਦਿਨ 10 ਦਿਨ ਤੁਹਾਡੇ ਲਈ ਦੁਨੀਆ ਹੋਰ ਹੋ ਜਾਂਦੀ ਹੈ ਸੋ ਉਹਦੇ ਚ ਮੈਂ ਜਿਵੇਂ ਸਿਫਤਾਜ ਹੈ ਜੋਸ਼ ਹੈ ਹਨਾ ਰਾਜ ਬਰਾੜ ਬਾਈ ਦੇ ਬੱਚੇ ਹੈ ਤੇ ਹੁਣ ਕੁਲਵਿੰਦਰ ਢਿੱਲੋਂ ਬਾਈ ਦਾ ਬੇਟਾ ਆਰਮਾਨ ਹਨਾ ਸੋ ਗਿਤਾਜ ਹੋ ਗਿਆ ਇਹਨਾਂ ਨਾਲ ਮੇਰੀ ਸਭ ਨਾਲ ਹੀ ਉਹ ਵਧੀਆ ਹੈ ਗਈ ਮਤਲਬ ਗੱਲਬਾਤ ਔਰ ਇਸੇ ਕਰਕੇ ਹੈ ਕਿ ਮੈਨੂੰ ਲੱਗਦਾ ਹੈ ਕਿ ਯਾਰ ਦੁਨੀਆ ਨੂੰ ਇਹ ਲੱਗਦਾ ਹੈ ਕਿ ਇਹਨਾਂ ਕੋਲੇ ਬਹੁਤ ਸੋਰਸਸ ਹੈ ਪਰ ਮੈਨੂੰ ਬੀਇੰਗ ਇਨ ਇੰਡਸਟਰੀ ਮੈਨੂੰ ਪਤਾ ਹੈ ਕਿ ਇਹਨਾਂ ਕੋਲੇ ਇਹਨਾਂ ਦਾ ਸਟਰਗਲ ਦੂਜਿਆਂ ਨਾਲੋਂ ਬਹੁਤ ਵੱਡਾ ਹੈ ਹਨਾ ਤੇ ਇਹਨਾਂ ਕੋਲੇ ਸਪੋਰਟ ਦੇ ਨਾਂ ਤੇ ਕੁਝ ਨਹੀਂਗਾ ਅੱਜ ਹੁਣ ਜਿਵੇਂ ਰਾਜਬਰਾੜ ਬਾਈ ਦੀ ਬੇਟੀ ਹੈ ਨਾ ਉਹਨੇ ਕਿੰਨਾ ਆਪਣੇ ਆਪ ਨੂੰ ਸਟਰਗਲ ਕਰਕੇ ਇੱਥੋਂ ਤੱਕ ਆਈ ਔਰ ਉਹ ਆਪਣਾ ਘਰ ਚਲਾਉਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਪਤਾ ਨਹੀਂ ਕੀ ਇਹਨਾਂ ਕੋਲੇ ਕੀ ਕੋਸ਼ ਹੈ ਜਾਂ ਮੈਂ ਗਿਤਾਜ ਨੂੰ ਜਾਣਦਾ ਹੈ ਹਨਾ ਉਹ ਇੱਕ ਟਾਈਮ ਹੁੰਦਾ ਹੈ ਇੱਕ ਆਰਟਿਸਟ ਦੀ ਲਾਈਫ ਦਾ ਪਹਿਲੀ ਗੱਲ ਤਾਂ ਉੱਠ ਕੇ ਇਹਨਾਂ ਜ਼ਮੀਨ ਤੋਂ ਆਏ ਹੁੰਦੇ ਆ ਕਿ ਆਪਣੀ ਬੇਸਿਕ ਨੀਡਸ ਪੂਰੀਆਂ ਕਰਦੇ ਕਰਦੇ ਹੀ ਉਹ ਟਾਈਮ ਜਿੰਨਾ ਕੁ ਸਾਲ ਉਹਨਾਂ ਨੇ ਕੰਮ ਕੀਤਾ ਚਾਹ ਰਾਜਬਾਈ ਹੈ ਚਾਹ ਬਿੰਦਰਖਿਆ ਸਾਹਿਬ ਹੈ ਉਹ ਇੱਕ ਨੋਰਮਲ ਮੀਡੀਓਕਰ ਫੈਮਿਲੀ ਦਾ ਘੋਂਦੇ ਆ ਜਿਹੜਾ ਕਿ ਉਹ ਬੰਦਾ ਜਦੋਂ ਸ਼ੁਰੂ-ਸ਼ੁਰੂ ਚ ਖਰਚੇ ਬਹੁਤ ਹੁੰਦੇ ਆ ਔਰ ਬੰਦਾ ਪਹਿਲਾਂ ਸ਼ੌਂਕ ਹੀ ਪੂਰੇ ਕਰਦਾ ਰਹਿੰਦਾ ਨਾ ਕਿਸੇ ਨੂੰ ਤਾਂ ਇੰਨਾ ਪਤਾ ਹੀ ਨਹੀਂ ਹੁੰਦਾ ਕਿ ਇੰਨੀ ਛੇਤੀ ਆ ਮੈਂ ਇਸ ਦੁਨੀਆ ਤੋਂ ਚਲਾ ਜਾਊਂਗਾ ਕੋਈ ਐ ਸੋਚਦਾ ਨਹੀਂਗਾ ਤੇ ਕੋਈ ਗਾਈਡ ਵੀ ਨਹੀਂ ਕਰਦਾ ਕਿਉਂਕਿ ਆਰਟਿਸਟ ਇੰਨਾ ਇਨੋਸੈਂਸ ਇਨੋ ਇਨੋਸੈਂਟ ਬੰਦਾ ਹੁੰਦਾ ਹੈ ਜਿਹੜਾ ਪਿਓਰ ਆਰਟਿਸਟ ਹੈ ਉਹ ਉਹਨੂੰ ਦੁਨੀਆਦਾਰੀ ਦੀ ਜਿਆਦਾ ਸਮਝ ਨਹੀਂ ਹੁੰਦੀ ਕਿ ਸੋ ਇਹ ਇਹ ਬੱਚੇ ਸਾਰੇ ਤੇ ਸਾਰੇ ਹੀ ਇਹਨਾਂ ਲਈ ਸਟਰਗਲ ਬਹੁਤ ਵੱਡਾ ਹੈ ਦੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਸੇਮ ਗਿਤਾਜ ਵੀ ਸੀਗਾ ਉਦੋਂ ਜਦੋਂ ਉਹਨੇ ਫਿਲਮ ਕਰੀ ਉਹ ਤਾਂ ਬੱਚਾ ਸੀ 19 ਸਾਲ ਦਾ ਸੀਗਾ ਹਨਾ ਤਾਂ ਉਹਨੂੰ ਹਰ ਕੋਈ ਕੈਸ਼ ਕਰਨਾ ਚਾਹੁੰਦਾ ਸੀਗਾ ਗੀਬਿੰਦ ਰਖਿਆ ਸਾਬ ਦਾ ਬੇਟਾ ਹੈ ਉਦੋਂ ਨਾਮ ਬਹੁਤ ਵੱਡਾ ਸੀ ਉਹਨਾਂ ਨੂੰ ਗਏ ਹੋਏ ਘੱਟ ਟਾਈਮ ਹੋਇਆ ਸੀਗਾ ਤਾਂ ਬਹੁਤ ਛੋਟੀ ਉਮਰ ਤੋਂ ਹੀ ਲੋਕ ਉਹਦੇ ਪਿੱਛੇ ਪੈ ਗਏ ਸੀ ਫਿਲਮਾਂ ਉਹਦੇ ਕੋਲੇ ਕਾਫੀ ਫਿਲਮਾਂ ਆਫਰ ਸੀਗੇ ਤੇ ਬਟ ਉਦੋਂ ਉਹ ਬਹੁਤ ਇਮੈਚੁਰ ਸੀਗਾ ਮੈਂ ਵੀ ਇੰਡਸਟਰੀ ਚ ਪਹਿਲੀ ਦੂਜੀ ਫਿਲਮ ਸੀ ਮੇਰੀ ਮੈਂ ਵੀ ਕੋਈ ਬਹੁਤਾ ਵਧੀਆ ਨਾ ਤਾਂ ਮੇਰੀ ਸੋਚ ਸੀਗੀ ਉਦੋਂ ਨਾ ਮੈਨੂੰ ਇੰਨਾ ਕੰਮ ਆਉਂਦਾ ਸੀਗਾ ਤੇ ਬਟ ਮੈਨੂੰ ਉਦੋਂ ਜਿਵੇਂ ਐਜ਼ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਯਾਰ ਇਹ ਇਨਸਾਨ ਦਿਲ ਦਾ ਬਹੁਤ ਵਧੀਆ ਹੈ ਨਾ ਬਾਈ ਹਾਰਟ ਉਦੋਂ ਵੀ ਚੰਗਾ ਸੀਗਾ ਬਟ ਉਦੋਂ ਮੈਚਓ ਮੈਚਿਓਰਟੀ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਜੇ ਉਹ ਨੂੰ ਉਦੋਂ ਸਕਸੈਸ ਮਿਲਦੀ ਜੋ ਮੇਰੀ ਬਾਅਦ ਚ ਆਂਟੀ ਨਾਲ ਗੱਲ ਵੀ ਹੋਈ ਤਾਂ ਉਹ ਕਹਿੰਦੇ ਕਿ ਮੈਂ ਉਹ ਫਿਲਮ ਜਦੋਂ ਆਈ ਸੀ ਤਾਂ ਮੈਂ ਮਨ ਚਾਹੇ ਸੋਚਦੀ ਸੀ ਵੀ ਇਹ ਫਿਲਮ ਬਹੁਤੀ ਨਾ ਚੱਲ ਜੇ ਕਿ ਇਹਨੂੰ ਸੰਭਾਲਣੀ ਨਹੀਂ ਆਉਣੀ ਸੱਕਦੇ ਸਣਾ ਤੇ ਉਹ ਗਿਤਾ ਚੇੜਦਾ ਸੀ ਕਹਿੰਦਾ ਤਾਂ ਇਹੋ ਸ਼ਾਇਦ ਚੱਲੀ ਨਹੀਂ ਤੁਸੀਂ ਸਾਡੇ ਦਾ ਘਰ ਦੇ ਹੀ ਕਹਿੰਦਾ ਉਹ ਪੱਟੇ ਜਾਂਦੇ ਸੀ ਹਨ ਸੋ ਹੁਣ ਹੁਣੇ ਵੀ ਦੁਨੀਆ ਦੇਖੀ ਹੈ ਇੰਡਸਟਰੀ ਚ ਕੰਮ ਕੀਤਾ ਹੈ ਔਰ ਰਿਸਪੌਂਸਿਬਿਲਟੀ ਪੂਰੀ ਫੈਮਿਲੀ ਦੀ ਉਹਦੇ ਤੇ ਹੈ ਸੋ ਹੁਣ ਪਹਿਲਾਂ ਨਾਲੋਂ ਉਹਦੋਂ ਬੱਚਾ ਸੀਗਾ ਹੁਣ ਮੈਚ्योर ਹੈ ਹੁਣ ਉਹਨੂੰ ਚੰਗੇ ਮਾੜੇ ਦੀ ਸਮਝ ਹੈ ਔਰ ਹੁਣ ਬਹੁਤ ਸੋਲਜਿਆ ਹੈ ਮਤਲਬ ਹੁਣ ਉਹਦੇ ਚ ਸ਼ੋਹਰਤ ਦੀ ਭੁੱਖ ਨਹੀਂ ਗਈ ਮਤਲਬ ਉਹਨੂੰ ਆਏ ਨਹੀਂ ਲੱਗਦਾ ਕਿ ਮੈਂ ਬਹੁਤ ਵੱਡਾ ਸਟਾਰ ਬਣ ਜਾ ਜਾਂ ਉਹ ਜਿਵੇਂ ਹੁਣ ਹੁੰਦਾ ਹੈ ਕਿ ਇੱਕ ਟੀਮ ਬਣ ਜਾਂਦੀ ਹੈ ਤਾਂ ਤੁਹਾਨੂੰ ਬੰਦਾ ਇੰਨਾ ਇਨਸਿਕਿਉਰ ਹੁੰਦਾ ਹਰ ਬੰਦਾ ਕਿ ਯਾਰ ਚੰਗੇ ਚੰਗੇ ਆਰਟਿਸਟ ਜਿਹੜੇ 10-10 ਫਿਲਮਾਂ ਕਰ ਰਹੇ ਸਾਡੇ ਇੰਡਸਟਰੀ ਚ ਉਹ ਵੀ ਇੰਨੇ ਇਨਸਿਕਿਉਰ ਰਹਿੰਦੇ ਆ ਕਿ ਆ ਵੀ ਫਿਲਮ ਮੈਂ ਕਰ ਲਾ ਆ ਵੀ ਮੈਂ ਉਹ ਜੇ ਹਨਾ ਮੇਰਾ ਕੀ ਹੋਊਗਾ ਸੋ ਉਹ ਉਹ ਸਭ ਚੀਜ਼ਾਂ ਉਹਦੇ ਚ ਬਹੁਤ ਸੁਲਝੀਆਂ ਵੀ ਉਹਨੂੰ ਐ ਹੈ ਨਹੀਂਗਾ ਕਿ ਉਹਨੇ ਮੈਨੂੰ ਇੱਕ ਵਾਰੀ ਵੀ ਕਦੇ ਨਹੀਂ ਕਿਹਾ ਕਿ ਆਪਾਂ ਇਸ ਤੋਂ ਬਾਅਦ ਕੀ ਕਰਾਂਗੇ ਅੱਛਾ ਮਤਲਬ ਯਾ ਮੈਂ ਮੇਰੇ ਨਾਲ ਫਿਲਮ ਕਰ ਲਈ ਕਦੇ ਕਦੇ ਕੋਈ ਐਸੀ ਗੱਲ ਹੀ ਹੈ ਨਹੀਂ ਹਨਾ ਇਹ ਗੱਲ ਕਦੇ 10 ਸਾਲਾਂ ਚ ਵੀ ਨਹੀਂ ਹੋਈ ਹੈਲੋ ਹਾਈ ਦੇ ਦੌਰਾਨ ਕਿ ਜੇ ਕੁਝ ਫਿਲਮ ਕਰੂੰਗੇ ਤਾਂ ਮੇਰੇ ਬਾਰੇ ਜ਼ਰੂਰ ਖਿਆਲ ਰੱਖਿਓ ਆਪਾਂ ਯਾਰੀ ਦੋਸਤੀ ਚ ਕਹਿ ਦਿੰਨੇ ਆ ਨਾ ਨਹੀਂ ਉਹਨੇ ਕਦੇ ਮੈਨੂੰ ਐ ਨਹੀਂ ਕਿਹਾ ਕਿ ਤੂੰ ਮਤਲਬ ਮੇਰੇ ਨਾਲ ਫਿਲਮ ਕਰੀ ਹਨਾ ਜਾਂ ਮੇਰੇ ਲਈ ਕੁਝ ਕਰਦੀ ਹਨਾ ਉਹਨੇ ਇੱਕ ਦੋ ਵਾਰੀ ਮੇਰੇ ਤੋਂ ਸਲਾਹ ਲਈ ਹੈ ਕਿਉਂਕਿ ਅਮ ਬਿੰਦਰਕੀਆ ਸਾਹਿਬ ਨੂੰ ਲੋਕ ਇੰਨਾ ਪਿਆਰ ਕਰਦੇ ਆ ਤਾਂ ਬਹੁਤ ਸਾਰੇ ਲੋਕ ਕੀਨ ਸੀ ਹਉਤੇ ਪੈਸਾ ਲਾਉਣ ਨੂੰ ਕਿ ਆਪਾਂ ਫਿਲਮ ਪ੍ਰੋਡਿਊਸ ਕਰ ਦਿੰਨੇ ਆ ਤੂੰ ਕਰ ਤੂੰ ਕਰ ਹੈਨਾ ਕਿਉਂਕਿ ਬਾਹਰ ਦੇ ਲੋਕਾਂ ਨੂੰ ਨਹੀਂ ਜੋ ਨਹੀਂ ਦੇਖ ਰਹੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਅੱਜ ਵੀ ਉਹ ਲੱਗਦਾ ਹੈ ਕਿ ਉਹ ਬਿੰਦਰਕੀਆ ਸਾਹਿਬ ਦਾ ਬੇਟਾ ਹੈ ਉਹ ਸਟਾਰ ਹੈ ਹੈਨਾ ਤਾਂ ਮੈਂ ਉਹਨੂੰ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਿ ਯਾਰ ਆਏ ਨਾ ਕਰੀ ਫਿਲਮ ਵੀ ਤੂੰ ਹਜੇ ਕਾਲੀ ਨਾ ਗਾਹ ਹੈਨਾ ਇਨਫੈਕਟ ਉਹਨੇ ਜਿੰਨੇ ਵੀ ਗਾਣੇ ਕਰੇ ਆ ਤਾਂ ਮੋਸਟਲੀ ਮੈਂ ਉਹਨੂੰ ਹਰ ਗਾਣੇ ਲਈ ਮਨਾ ਕੀਤਾ ਕੀ ਆ ਗਾਣਾ ਨੀਵਦੀਆ ਗਾਣਾ ਨੀਵਦੀਆ ਹਣਾ ਤੇ ਉਹ ਮੈਨੂੰ ਕਹਿੰਦਾ ਹੁੰਦਾ ਤੈਨੂੰ ਪਤਾ ਨਹੀਂ ਕੀ ਆਈ ਪਸੰਦ ਆਉਂਦਾ ਤੈਨੂੰ ਕੁਝ ਪਸੰਦ ਹੀ ਨਹੀਂ ਆਉਂਦਾ ਫਿਰ ਉਹਨੇ ਮੈਨੂੰ ਹੌਲੀ ਹੌਲੀ ਗਾਣੇ ਸੁਣਾਉਣੇ ਵੀ ਬੰਦ ਕਰ ਦਿੱਤੇ ਜੋ ਕਰਨੇ ਹੁੰਦੇ ਸੀਗੇ ਤੇ ਉਸ ਚੀਜ਼ ਲਈ ਮੈਂ ਉਹਨੂੰ ਹਮੇਸ਼ਾ ਰੋਕ ਕੇ ਰੱਖਿਆ ਕਿ ਤੂੰ ਚੱਲ ਗਾਣੇ ਕਰ ਰਿਹਾ ਹੈ ਬਟ ਤੂੰ ਫਿਲਮ ਨਾ ਕਰੀਂ ਮਤਲਬ ਫਿਲਮ ਮੈਂ ਕਹਿੰਦਾ ਜਦੋਂ ਰਾਈਟ ਟਾਈਮ ਆਊਗਾ ਕੋਈ ਸਹੀ ਤੇਰੇ ਕੋਲੇ ਪ੍ਰੋਜੈਕਟ ਆਊਗਾ ਮੈਨੂੰ ਲੱਗੂਗਾ ਤਾਂ ਮੈਂ ਤੈਨੂੰ ਕਹਿ ਦਊਂਗਾ ਵਿਆਹ ਕਰ ਲੈ ਪਰ ਜਿਵੇਂ ਆਏ ਇਸ ਤਰੀਕੇ ਨਾਲ ਆਪ ਹੀ ਪ੍ਰੋਜੈਕਟ ਬਣਾਉਣਾ ਤਾਂ ਉਹ ਨਾਗਰੀ ਸੋ ਮੈਂ ਉਹਨੂੰ ਉਸ ਚੀਜ਼ ਤੋਂ ਰੋਕ ਕੇ ਰੱਖਿਆ ਬਟ ਹਾਂ ਉਹਨੇ ਮੈਨੂੰ ਕਦੇ ਨਹੀਂ ਕਿਹਾ ਵੀ ਆਪਾਂ ਕੰਮ ਕਰਦੇ ਆ ਯਾਰ ਆਪਾਂ ਫਿਲਮ ਕਰਦੇ ਆ ਜੀ ਅੱਛਾ ਉਹਨਾਂ ਦੀ ਮਦਰ ਦੇ ਨਾਲ ਜਦੋਂ ਵੀ ਗੱਲ ਹੁੰਦੀ ਹੈ ਹੈਨਾ ਸੋ ਗਿਤਾਜ ਨੂੰ ਲੈ ਕੇ ਉਹਨਾਂ ਦੀ ਕਿਸ ਤਰ੍ਹਾਂ ਦੀ ਇਸ ਟਾਈਮ ਦੇ ਵਿੱਚ ਇੱਕ ਸੋਚ ਬਣੀ ਹੈ ਇੱਕ ਮਾਂ ਦੀ ਕਿਉਂਕਿ ਉਹ ਸਿੰਗਲ ਮਦਰ ਨੇ ਉਹਨਾਂ ਨੇ ਗਿਤਾਜ ਨੂੰ ਦੇਖਿਆ ਹੁਣ ਬਹੁਤ ਟਾਈਮ ਤੋਂ ਬਾਅਦ ਮੈਨੂੰ ਲੱਗਦਾ ਇੱਕ ਬ੍ਰਾਈਟ ਫੇਸ ਉਹਨਾਂ ਦੀ ਲਾਈਫ ਦਾ ਜਿਹੜਾ ਸਟਾਰਟ ਹੋਇਆ ਮੋਹ ਤੋਂ ਬਾਅਦ ਉਹ ਉਹੀ ਗੱਲ ਹੁੰਦੀ ਹੈ ਨਾ ਕਿ ਇੱਕ ਤਾਂ ਮਾਂ ਵੈਸੇ ਮਾਂ ਬਹੁਤ ਵੱਡੀ ਚੀਜ਼ ਹੈ ਔਰ ਦੂਜਾ ਉਹਨਾਂ ਨੇ ਇਹ ਇਹ ਇੰਡਸਟਰੀ ਬਹੁਤ ਨੇੜੇ ਤੋਂ ਦੇਖੀ ਵੀ ਹੈ ਹਨਾ ਤਾਂ ਉਹ ਸ਼ੌਹਰਤ ਤੋਂ ਸਭ ਚੀਜ਼ਾਂ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਉਹ ਹੰਡਾਈਆਂ ਵੀ ਹੈ ਸੋ ਉਹਨਾਂ ਦਾ ਵੀ ਅਗੇਨ ਉਹੀ ਚੀਜ਼ ਹੈ ਕਿ ਉਹ ਬਹੁਤ ਐਕਸਾਈਟਡ ਨੇਗੇ ਮਤਲਬ ਉਦੋਂ ਜੁੱਤੇ ਕੀ ਦੇਖ ਲੈਣਗੇ ਨਾ ਬਿਦਨ ਬਿਦਨ ਦੇ ਰੱਖਿਆ ਸਾਬ ਤਾਂ ਬਹੁਤ ਵੱਡੀ ਚੀਜ਼ ਸੀ ਹਨਾ ਤਾਂ ਐਸਾ ਨਹੀਂ ਹੈ ਕਿ ਉਹਨਾਂ ਦੀ ਉਹਨਾਂ ਨੂੰ ਸੱਡਨਲੀ ਕੋਈ ਬਹੁਤ ਚਮਕ ਹੈ ਉਸ ਚੀਜ਼ ਤੋਂ ਕਿ ਆਏ ਹੋ ਜਾਊਗਾ ਤੇ ਇਹ ਹੋ ਜਾਊਗਾ ਬਟ ਉਹਨਾਂ ਨੂੰ ਇਹ ਹੈ ਕਿ ਚਲੋ ਉਹ ਹੀ ਜਿਹੜੀ ਗੱਲ ਸਭ ਤੋਂ ਖੁਸ਼ ਹੋਏ ਇਸ ਚੀਜ਼ ਲਈ ਹੈ ਕਿ ਉਹ ਕੈਨੇਡਾ ਨਹੀਂ ਜਾ ਰਿਹਾ ਹਨਾ ਉਹ ਇੱਥੇ ਰਹਿ ਗਿਆ ਰਹਿ ਗਿਆ ਤਾਂ ਉਹਨਾਂ ਲਈ ਤਾਂ ਜਿਹੜਾ ਸਭ ਤੋਂ ਵੱਡੀ ਖੁਸ਼ੀ ਜਾਂ ਸਭ ਤੋਂ ਵੱਡਾ ਪਲੱਸ ਉਹ ਹੈ ਕਿ ਉਹ ਰੁਕ ਗਿਆ ਇੱਥੇ ਇਸ ਫਿਲਮ ਕਰਕੇ ਜੀ ਤੁਸੀਂ ਜਦੋਂ ਬਠਿੰਡਾ ਸ਼ੂਟ ਕਰ ਰਹੇ ਸੀ ਫਿਲਮ ਦਾ ਤੇ ਤੁਸੀਂ ਉਸ ਦੌਰਾਨ ਬਿੰਦ ਰੱਖਿਆ ਜਿੱਦੀ ਇੱਕ ਫੋਟੋ ਸ਼ੇਅਰ ਕਰਦੇ ਹੋਇਆ ਕਿ ਅਸੀਂ ਵੀ ਬਾਪੂ ਜੀ ਸਾਡੇ ਨਾਲ ਰਹਿੰਦੇ ਨੇ ਮੌਜੂਦ ਨੇ ਸੈੱਟ ਤੇ ਹਨਾ ਉਹ ਦੇ ਬਾਰੇ ਜ਼ਰੂਰ ਜਾਨਣਾ ਚਾਹਾਂਗੀ ਕਿ ਉਹ ਅਹਿਸਾਸ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕੁਝ ਖਾਸ ਇਹੋ ਜਿਹੀਆਂ ਚੀਜ਼ਾਂ ਔਰ ਚੇਂਜਸ ਵੇਖੇ ਗਏ ਨੇ ਕਿ ਤੁਹਾਨੂੰ ਹਰ ਪਲਸ ਲੱਗਿਆ ਹੈ ਕਿ ਬਿੰਦ ਰੱਖਿਆ ਜੀ ਖੁਦ ਇੱਥੇ ਮੌਜੂਦ ਨੇ ਅ ਬਹੁਤ ਸਾਰੀਆਂ ਚੀਜ਼ਾਂ ਹੈ ਮਤਲਬ ਮੈਂ ਉਵੇਂ ਨਹੀਂ ਕਹਿ ਰਿਹਾ ਕਿ ਬਟ ਫਿਲਮ ਦੇ ਵਿੱਚ ਨਾ ਕਈ ਐਸੀ ਚੀਜ਼ਾਂ ਹੈ ਜੋ ਮੈਂ ਨਹੀਂ ਕਹਾਂਗਾ ਕਿ ਉਹ ਉਹਨਾ ਕਰਕੇ ਹੈ ਜਾਂ ਪਤਾ ਨਹੀਂ ਕੀ ਹੈ ਬਟ ਛੋਟੇ ਛੋਟੇ ਮੈਰਕਲ ਦੇਖੇ ਹੈ ਮੈਂ ਆਪਦੇ ਅੱਗੇ ਹੁੰਦੇ ਹਨ ਤਾਂ ਜਿਹੜੇ ਮੈਨੂੰ ਫਿਲਮ ਦੇ ਵਿੱਚ ਇੱਕ ਸੀਨ ਹੈ ਜਦੋਂ ਫਿਲਮ ਆਊਗੀ ਤਾਂ ਮੈਂ ਤੁਹਾਨੂੰ ਦੱਸੂਗਾ ਉਹਦੇ ਵਿੱਚ ਇੱਕ ਸੀਨ ਹੈ ਮੈਨੂੰ ਆਇਆ ਸੀਗਾ ਕਿ ਯਾਰ ਆਹ ਸੀਨ ਤਾਂ ਇਤੋਂ ਹੋਣਾ ਹੀ ਨਹੀਂ ਗਿਤਾਜ ਤੋਂ ਹਨਾ ਤੇ ਉਹ ਜਦੋਂ ਮੈਂ ਸੀਨ ਦੇਖਦਾ ਤਾਂ ਮੈਨੂੰ ਲੱਗਦਾ ਕਿ ਉਹਨੇ ਸਾਰੀ ਫਿਲਮ ਚੋਂ ਸਭ ਤੋਂ ਵਧੀਆ ਉਹ ਕੀ ਉਹ ਡਾਇਲੋਗ ਆਇਆ ਸੀਗਾ ਕਿ ਉਹਨੂੰ ਜੇ ਤੁਸੀਂ ਤਰੀਕੇ ਨਾਲ ਨਹੀਂ ਪਰਫਾਰਮ ਕੀਤਾ ਤਾਂ ਉਹ ਬਫੂਨਰੀ ਲੱਗਦਾ ਉਹ ਨਾ ਆਡੀਅנס ਇੰਨੀ ਡਿਸਕਨੈਕਟ ਹੋ ਸਕਦੀ ਹੈ ਕਿ ਤੁਹਾਨੂੰ ਫਿਲਮ ਹੀ ਖਰਾਬ ਲੱਗਣੀ ਸ਼ੁਰੂ ਹੋ ਸਕਦੀ ਹੈ ਇਹੋ ਜਿਹਾ ਸੀਨ ਹੁੰਦਾ ਹੈ ਕਈ ਵਾਰੀ ਬਹੁਤ ਫਿਲਮੀ ਜਿਹੇ ਡਾਇਲੋਗ ਹੁੰਦੇ ਆ ਜਿਹੜੇ ਉਹ ਇਮੋਸ਼ਨ ਚ ਜੇ ਰਾਈਟ ਤਰੀਕੇ ਨਾਲ ਨਾ ਕਨਵੇ ਹੋਣ ਤਾਂ ਤੁਹਾਨੂੰ ਲੱਗਦਾ ਕਿ ਕਿੰਨੀ ਬਚਕਾਨੀ ਜੀ ਗੱਲ ਹੈ ਕਿਆ ਬੋਲ ਰਿਹਾ ਇਹ ਹਨਾ ਤਾਂ ਉਹ ਬਿਲੀਵ ਚਲਾ ਜਾਂਦਾ ਤੁਹਾਡਾ ਕਰੈਕਟਰ ਚ ਤੇ ਉਸ ਤਰੀਕੇ ਦਾ ਉਹ ਡਾਇਲੋਗ ਸੀਗਾ ਤਾਂ ਮੈਨੂੰ ਉਹ ਮੈਂ ਜਦੋਂ ਦਾ ਲਿਖਿਆ ਹੋਇਆ ਸੀਗਾ ਤਾਂ ਮੈਨੂੰ ਜਦੋਂ ਗਿਤਾਜ ਦੇ ਕਾਸਟ ਤੋਂ ਪਹਿਲਾਂ ਲਿਖਿਆ ਹੋਇਆ ਸੀਗਾ ਔਰ ਜਦੋਂ ਤੋਂ ਉਹ ਕਾਸਟ ਸੀਗਾ ਮੈਨੂੰ ਉਹ ਸੀਨ ਮੈਂ ਟਾਲਦਾ ਹੁੰਦਾ ਸੀਗਾ ਦੀ ਬਾਤ ਕਰਾਂਗੇ ਬਾਤ ਕਰਾਂਗੇ ਤਾਂ ਮੈਨੂੰ ਅਸੀਂ ਮੈਂ ਬਦਲ ਦੂੰਗਾ ਮਤਲਬ ਆ ਲਾਈਨਾਂ ਨਹੀਂ ਹੈ ਇਸ ਤਰੀਕੇ ਨਾਲ ਨਹੀਂ ਬੋਲ ਸਕਦਾ ਤੇ ਅਸੀਂ ਉਹ ਸੀਨ ਜਦੋਂ ਕਰ ਵੀ ਰਹੇ ਹਾਂ ਤੇ ਉਹਦੋਂ ਕਿਉਂਕਿ ਉਹਦੇ ਲਈ ক্লোਜ਼ ਚਾਹੀਦਾ ਸੀ ਥੋੜਾ ਜਿਹਾ ਮਿਡ ਜਾਂ ਸ਼ਾਟ ਲੱਗਿਆ ਹੋਇਆ ਸੀਗਾ ਤੇ ਮੈਂ ਪਤਾ ਨਹੀਂ ਸੋਚਿਆ ਮੈਂ ਕਿ ਚੱਲ ਜੇ ਤਾਂ ক্লোਜ਼ ਰੱਖਣਾ ਤਾਂ ক্লোਜ਼ ਹੀ ਉਹ ਇਹੋ ਜੀ ਲਾਈਨ ਹੈ ਕਿ ক্লোਜ਼ ਤੇ ਵਧੀਆ ਲੱਗੂਗੀ ਬਟ ਇਹਦੇ ਚ ਚੱਲ ਬੋਲ ਲੈਣ ਦੇ ਆਪਾਂ ਆ ਲਾਉਣਾ ਤਾਂ ਹੈ ਨਹੀਂ ਤਾਂ ਜਸਟ ਸੀਨ ਦਿਖਾਉਣ ਲਈ ਹੈ ਉਹਨੇ ਨਾ ਜ਼ਿਆਦਾ ਵਧੀਆ ਕੀਤਾ ਕੀ ਮਤਲਬ ਮੈਨੂੰ ਸਮਝ ਹੀ ਨਹੀਂ ਆਇਆ ਕਿ ਯਾਰ ਆ ਕਿਵੇਂ ਹੋ ਗਿਆ ਫਿਰ ਮੈਂ ਉਹ ਉਵੇਂ ਹੀ ਰੱਖਿਆ ਮਤਲਬ ਉਹਦਾ ਕਲੋਜ਼ ਨਹੀਂ ਲਿਆ ਕਿ ਉਹਨੇ ਪਰਫਾਰਮ ਹੀ ਇੰਨਾ ਵਧੀਆ ਕਰਤਾ ਉਹਦੇ ਚ ਤੇ ਮੈਨੂੰ ਸੱਚੀ ਲੱਗਦਾ ਸੀਗਾ ਕਿ ਸਾਡੀ ਇੰਡਸਟਰੀ ਚ ਕੋਈ ਕਰ ਸਕਦਾ ਤਾਂ ਸ਼ਾਇਦ ਦਿਲਜੀਤ ਬਾਈ ਕਰ ਸਕਦਾ ਉਹ ਇੱਕ ਪਾਰਟिकुलर ਸੀਨ ਹਨਾ ਤੇ ਉਹਨੇ ਬਹੁਤ ਵਧੀਆ ਕੀਤਾ ਔਰ ਇਹੋ ਜਿਹਾ ਫਿਰ ਉਸ ਤੋਂ ਬਾਅਦ ਉਹ سلسلہ ਚੱਲ ਪਿਆ ਹਨਾ ਪੈਨੂੰ ਮਤਲਬ ਆਏ ਸੀਗਾ ਕਿ ਬਹੁਤ ساری ਜਗ੍ਹਾ ਕੀ ਆ ਰਹੀ ਹੋਣਾ ਇਹਦੇ ਤੋਂ ਆ ਨਹੀਂ ਹੋਣਾ ਤਾਂ ਜਿਹੜੇ ਚੀਜ਼ਾਂ ਮੈਨੂੰ ਲੱਗਦਾ ਸੀ ਕਿ ਇਹ ਤੋਂ ਨਹੀਂ ਹੋਣੀਆਂ ਉਹ ਉਹਦੇ ਬੈਸਟ ਆਫ ਦਾ ਬੈਸਟ ਕੰਮ ਹੋਗਾ ਉਹਦਾ ਗੁੱਡ ਸੋ ਮੈਨੂੰ ਲੱਗਾ ਬਹੁਤ ਮਜ਼ਾ ਆਣ ਵਾਲਾ ਹੈ ਵੇਖਣ ਦੇ ਵਿੱਚ ਹੁਣ ਮੈਂ ਗੱਲ ਕਰੀ ਸੀ ਕੰਪੈਟੀਬਿਲਟੀ ਔਰ ਫਲੈਕਸੀਬਲ ਆਰਟਿਸਟ ਦੀ ਜੋ ਕਿ ਸਰਗੁਨ ਸਭ ਨੂੰ ਹੀ ਪਤਾ ਹੈ ਹੈ ਨਾ ਕਿ ਉਹਨਾਂ ਦਾ ਜਿਹੜਾ ਕੋ ਆਰਟਿਸਟ ਹੁੰਦਾ ਸਰਗੁਨ ਬਹੁਤ ਉਹਨਾਂ ਨੂੰ ਕੰਫਰਟੇਬਲ ਫੀਲ ਕਰਵਾ ਦਿੰਦੇ ਨੇ ਲੇਕਿਨ ਇੱਕ ਡਾਇਰੈਕਟਰ ਦੇ ਤੌਰ ਤੇ ਜੇਕਰ ਦੇਖਿਆ ਕਿ ਕੁਝ ਸੀਨਸ ਐਦਾਂ ਦੇ ਵੀ ਸੀਗੇ ਜਗਦੀਪ ਜਿੱਥੇ ਤੁਹਾਨੂੰ ਲੱਗ ਰਿਹਾ ਸੀਗਾ ਵੀ ਇਥੇ ਔਕਰ ਹੋ ਜਾਣਾ ਇੱਥੇ ਡੋਮਿਨੈਂਸ ਆਏਗੀ ਸਰਗੁਨ ਦੀ ਐਕਟਿੰਗ ਦੀ ਕਿਉਂਕਿ ਗੀਤਾਜ ਲਈ ਇਹ ਚੀਜ਼ਾਂ ਨਵੀਆਂ ਨੇ ਆਹ ਫਿਲਮ ਦੀ ਨਾ ਜੈਨੂਅਲੀ ਖਾਸियत ਇਹ ਹੈ ਕਿ ਸਰਗੁਨ ਫਿਲਮ ਚ 60% ਹੈ ਹਾਂ ਔਰ ਗੀਤਾਜ ਫਿਲਮ ਚ 100% ਹੈ ਓਕੇ ਮਤਲਬ ਜੋ ਸਰਗੁਨ ਦੀ ਜਿੱਥੇ ਮੈਂ ਜਿਹੜੀ ਜਿਹੜੀ ਦੋ ਤਿੰਨ ਉਹਦੀਆਂ ਬਹੁਤ ਵੱਡੀਆਂ ਮਤਲਬ ਐਪਰੀਸ਼ੀਏਟ ਕਰਨ ਵਾਲੀਆਂ ਗੱਲਾਂ ਬਣਦੀਆਂ ਕੋਈ ਵੀ ਆਰਟਿਸਟ ਪਹਿਲਾਂ ਤਾਂ ਇਹੋ ਜਿਹਾ ਰਿਸਕ ਨਹੀਂ ਲਊਗਾ ਔਰ ਜੇ ਲਾਊਗਾ ਤਾਂ ਉਹ ਕਹੂਗਾ ਕਿ ਫਿਲਮ ਮੇਰੇ ਤੇ ਲੈ ਕੇ ਆਓ ਜੀ ਕੀ ਯਾਰ ਮੈਂ ਸੰਭਾਲ ਲੂੰਗਾ ਇਹ ਕਿਵੇਂ ਸੰਭਾਲੂਗਾ ਹਨ ਤਾਂ ਸਰਗੁਨ ਨੂੰ ਜਦੋਂ ਮੈਂ ਪਹਿਲੀ ਵਾਰ ਫਿਲਮ ਸੁਣਾਈ ਸੀ ਤਾਂ ਉਹਨੇ ਮੈਨੂੰ ਉਦੋਂ ਵੀ ਕਿਹਾ ਸੀਗਾ ਕਿ ਯਾਰ ਇਸ ਫਿਲਮ ਚ ਮੈਂ ਕੋੜੇ ਵੀ ਖੋਲਣਾ ਨਾ ਤਾਂ ਵੀ ਇਹਨੂੰ ਪਰਫਾਰਮ ਕਰਨਾ ਪਊਗਾ ਜੇ ਇਹ ਫਿਲਮ ਚਲਾਉਣੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ ਹਨ ਕਿਉਂਕਿ ਫਿਲਮ ਉਹਦੀ ਹੈ ਮੁੰਡੇ ਦੀ ਫਿਲਮ ਹੈ ਤੇ ਫੇਰ ਸਰਗੁਨ ਦਾ ਜਿਹੜਾ ਉਹਨੇ ਮੈਨੂੰ ਕਦੇ ਨਹੀਂ ਕਿਹਾ ਕਿ ਕੋਈ ਵੀ ਸੀਨ ਕਿ ਤੂੰ ਇਹਨੂੰ ਗਰਾਫ ਚੇਂਜ ਕਰ ਜਾਂ ਮੈਂ ਘਟ ਕਿਉਂ ਆ ਮੈਨੂੰ ਵਧਾ ਸ਼ਿਫਟ ਕਰ ਉਹਨ ਇੱਕ ਵੀ ਚੀਜ਼ ਕਦੇ ਉਹਨੇ ਉਸ ਬਾਰੇ ਗੱਲ ਹੀ ਨਹੀਂ ਕੀਤੀ ਹਨਾ ਤਾਂ ਉਹ ਮੈਨੂੰ ਉਹਦੀ ਬਹੁਤ ਵਧੀਆ ਖਾਸ ਲੱਗੀ ਔਰ ਸੈਕਿੰਡ ਸੀਗਾ ਜਿਹੜਾ ਕਿ ਉਹ ਦਾ ਜਿਹੜਾ ਫਰੈਂਡਲੀ ਨੇਚਰ ਹੈ ਉਹਨੇ ਗਿਤਾਜ ਨੂੰ ਬਹੁਤ ਸਪੋਰਟ ਕੀਤਾ ਕਿ ਉਹ ਇੰਨਾ ਕੰਫਰਟੇਬਲ ਕਰਾਤਾ ਉਹਨੂੰ ਕਿ ਪਰਫਾਰਮ ਕਰਨ ਉਹਨੂੰ ਨਹੀਂ ਬਹੁਤ ਸਾਰੇ ਕਿਉਂਕਿ ਤੁਸੀਂ ਜਿਹੜੇ ਹੁਣੇ ਨਵੇਂ ਦੇਖੇ ਆ 8 9 ਜਣੇ ਉਹਨਾਂ ਦਾ ਸਭ ਦਾ ਸਰਗੁਣ ਨਾਲ ਕੰਮ ਹੈ ਤੇ ਉਹ ਸਭ ਨੂੰ ਡਰਤਾ ਲੱਗਦਾ ਹੀ ਹੈ ਸਰਗੁਣ ਤੋਂ ਕਿ ਯਾਰ ਇੰਨੀ ਸੀਨੀਅਰ ਆਰਟਿਸਟ ਔਰ ਇੰਨੀ ਬਦ ਸੀਨੀਅਰ ਵੀ ਹੈ ਵਧੀਆ ਵੀ ਹੈ ਤੋਂ ਦੇ ਸਾਹਮਣੇ ਖੜੇ ਹੋਣਾ ਪਰਫਾਰਮ ਕਰਨਾ ਹਨਾ ਜਾਂ ਫਿਜ਼ੀਕਲੀ ਉਹਨੂੰ ਹੱਗ ਕਰਨਾ ਫੜਨਾ ਹੱਥ ਫੜਨ ਤੋਂ ਹੀ ਡਰ ਲੱਗਦਾ ਹੈ ਤਾਂ ਉਹਨੇ ਬਹੁਤ ਕੰਫਰਟੇਬਲ ਕਰਾਇਆ ਸਾਰਿਆਂ ਨੂੰ ਔਰ ਇਹ ਨਹੀਂ ਗਿਆ ਕਿ ਮੈਂ ਇਹਦੇ ਨਾਲ ਨਹੀਂ करूंगी ਮੈਂ ਉਹਨੂੰ ਕਿਉਂ करूंगी ਤੋਂ ਉਹ ਬਹੁਤ ਉਹਦਾ ਸਪੋਰਟ ਰਿਆ ਔਰ ਫਿਲਮ ਚ ਵੀ ਕਿਤੇ ਨਾ ਕਿਤੇ ਮੈਂ ਉਹੀ ਕਹਿੰਨਾ ਕਿ ਸਰਗੋ ਨੇ ਏਡੀ ਵਧੀਆ ਪਰਫਾਰਮਰ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਯਾਰ ਥੋੜੇ-ਬਹੁਤ ਨਾਲ ਤਾਂ ਕੰਮ ਹੀ ਚੱਲਣਾ ਸਾਹਮਣੇ ਵਾਲਾ ਬੰਦਾ ਦੇਖਣਾ ਨਹੀਂਗਾ ਤਾਂ ਹੀ ਮੈਂ ਇੰਨਾ ਜ਼ਿਆਦਾ ਉਹਨੂੰ ਗੀਤਾਜ ਬਾਰੇ ਇਸ ਲਈ ਬੋਲ ਰਿਹਾ ਹਾਂ ਕਿ ਉਹ ਸਰਗੁੰਦੇ ਸਾਹਮਣੇ ਉਹਨੇ ਪਰਫਾਰਮ ਕੀਤਾ ਔਰ ਉਹ ਉਹ ਦਿਖਦਾ ਹੈ ਤੁਹਾਨੂੰ ਤੇ ਬਹੁਤ ਸਾਰੇ ਸੀਨ ਜਿਵੇਂ ਮੈਂ ਕਹਿੰਦਾ ਮੈਨੂੰ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਚਲਾਕੀ ਜੀ ਨਾਲ ਕਿ ਯਾਰ ਇਹ ਸੀਨ ਸਰਗੁੰਤੇ ਰੱਖ ਦੂੰਗਾ ਸਾਰਾ ਹਨਾ ਮੈਂ ਸਰਗੁੰਦੇ ਰਿਐਕਸ਼ਨ ਜ਼ਿਆਦਾ ਲਾ ਦੂੰਗਾ ਜਿਵੇਂ ਜੋ ਡਰ ਹੁੰਦਾ ਨਾ ਕਿ ਜੇ ਨਾ ਵਧੀਆ ਹੋਇਆ ਤਾਂ ਬਟ ਉਹਨੇ ਵੀ ਨਵ ਦਿਆ ਕੀਤਾ ਕਿ ਹੋਰ ਲੋੜ ਨਹੀਂ ਪੈਣੀ ਓਕੇ ਅੱਛਾ ਇਹ ਵੀ ਕਿਤਨਾ ਕਿਤੇ ਕਿਹਾ ਜਾਣ ਲੱਗ ਗਿਆ ਹੈ ਕਿ ਜਗਦੀਪ ਸਿੱਧੂ ਜਿਹੜੇ ਹੈਗੇ ਨੇ ਉਹ ਪੰਜਾਬੀ ਸਿਨੇਮਾ ਦੇ ਕਰਨ ਜੋਹਰ ਨੇ ਨਿਊ ਆਰਟਿਸਟਸ ਔਰ ਕਿਡ ਕਿਡਸ ਜਿਹੜੇ 스타 ਕਿਡਸ ਹੈਗੇ ਨੇ ਉਹਨਾਂ ਨੂੰ ਬੜੀ ਸਪੋਰਟ ਕਰਦੇ ਨੇ ਅਸੀਂ ਹਮੇਸ਼ਾ ਤੁਹਾਡੀ ਸਟੋਰੀ ਦੇ ਵਿੱਚ ਹਰ ਦਿਨ ਕੋਈ ਨਵਾਂ ਚਿਹਰਾ ਵੇਖਦੇ ਆ ਚਾਹੇ ਉਹ ਕੋਈ ਗਾਇਕ ਕਲਾਕਾਰ ਹੈ ਚਾਹੇ ਉਹ ਕੋਈ ਐਕਟਰ ਹੈ ਤੁਸੀਂ ਕੱਲ ਪਰਸੋ ਹੀ ਬਹੁਤ ਸਾਰੇ ਕਲਾਕਾਰ ਪੰਜਾਬੀ ਇੰਡਸਟਰੀ ਦੇ ਤਸਵੀਰਾਂ ਸਾਂਝੀਆਂ ਕਰਦਿਆ ਹੋਇਆ ਕਿਹਾ ਵੀ 20% ਟੈਲੈਂਟ ਵੀ ਹਜੇ ਸਿਨੇਮਾ ਨੇ ਸਾਡਾ ਨਹੀਂ ਵੇਖਿਆ ਜੋ ਹੁਣ ਦੇਖਣ ਨੂੰ ਮਿਲੇਗਾ ਹੈਨਾ ਤੇ ਕੀ ਇਹ ਸੱਚ ਹੈ ਕਿ ਵਾਕਈ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਬਾਲੀਵੁੱਡ ਪਾਲੀਵੁੱਡ ਦਾ ਕੰਪੈਰੀਜ਼ਨ ਹੋ ਰਿਹਾ ਹੈ ਉੱਥੇ ਹੀ ਤੁਹਾਡੇ ਵੱਲੋਂ ਬਹੁਤ ਸਾਰਾ ਟੈਲੈਂਟ ਸਿਨੇਮਾ ਦੇ ਵਿੱਚ ਵੇਖਣ ਨੂੰ ਮਿਲੇਗਾ ਮੋਹ ਦੇ ਵਿੱਚ ਤੇ ਅਸੀਂ ਜਾਣੀ ਗਏ ਹਾਂ ਕਿ ਬਹੁਤ ਸਾਰੇ ਨਿਊ ਫੇਸਿਸ ਨੇ ਨਹੀਂ ਜੈਨੂਅਲੀ ਬਹੁਤ ਸਾਰੇ ਹੈਗੇ ਇੱਥੇ ਐਕਟਰ ਔਰ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਕਿਉਂਕਿ ਪ੍ਰੋਬਲਮ ਇਹ ਹੈ ਕਿ ਸਾਡੇ ਇੱਥੇ ਕਾਮਿਕ ਫਿਲਮਾਂ ਜ਼ਿਆਦਾ ਚੱਲਦੀਆਂ ਤੇ ਕਮੇਡੀ ਇੰਨੀ ਜ਼ਿਆਦਾ ਚੱਲਦੀ ਹੈ ਤਾਂ ਕਮੇਡੀ ਲਈ ਜਿਹੜੇ ਵਿਚਾਰੇ ਥੀਏਟਰ ਐਕਟਰ ਹੈ ਔਰ ਕਮੇਡੀ ਹਰ ਕਿਸੇ ਦੇ ਬਸ ਦੀ ਰੋਗ ਨਹੀਂ ਉਂਦਰ ਕਮੇਡੀ ਚ ਸਾਡੇ ਕੋਲੇ ਇੰਨੇ ਦਰੰਦਰ ਹੈ ਕਿ ਉਹ ਛੋਟਾ ਮੋਟਾ ਬੰਦਾ ਤਾਂ ਸਟੈਂਡ ਹੀ ਨਹੀਂ ਕਰ ਸਕਦਾ ਉਹਨਾਂ ਦੇ ਸਾਹਮਣੇ ਸੋ ਉਹ ਉਹਨਾਂ ਲੋਕਾਂ ਨੂੰ ਕੰਮ ਨਹੀਂ ਮਿਲਦਾ ਹਨਾ ਤਾਂ ਉਹਨਾਂ ਲਈ ਜ਼ਿਆਦਾ ਫਿਲਮਾਂ ਨਹੀਂ ਬਣਦੀਆਂ ਤਾਂ ਮੈਨੂੰ ਹੈਗਾ ਕਿ ਯਾਰ ਕਿ ਉਹ ਕੰਮ ਹੋਣਾ ਚਾਹੀਦਾ ਉਹ ਜੀਆਂ ਫਿਲਮਾਂ ਬਣਨੇ ਔਰ ਅਗੇਨ ਇੱਕ ਵਾਰੀ ਤੁਹਾਡਾ ਜੇਬ ਜਾ ਉਹ ਇਮੇਜ ਬਣ ਜਾਂਦੀ ਹੈ ਫਿਰ ਲੋਕ ਤੁਹਾਨੂੰ ਉਵੇਂ ਹੀ ਕਹਿੰਦੇ ਯਾਰ ਠੀਕ ਹੈ ਸੋ ਮੈਨੂੰ ਲੱਗਦਾ ਹੈ ਕਿ ਜੇ ਮੋਹ ਨੂੰ ਲੋਕਾਂ ਨੇ ਵਧੀਆ ਪਸੰਦ ਕੀਤਾ ਤਾਂ ਮੈਂ ਤਾਂ ਫਿਰ ਆਈ ਫਿਲਮਾਂ ਬਣਾਉਂਗਾ ਨਵੇਂ ਨਵੇਂ ਲੋਕਾਂ ਨਾਲ ਕਿ ਕਿ ਮੇਨ ਚੀਜ਼ ਹੁੰਦੀ ਹੈ ਪ੍ਰੋਡਿਊਸਰ ਨੂੰ ਕਨਵਿੰਸ ਕਰਨਾ ਹਨਾ ਕਿ ਉਹਨਾਂ ਦੇ ਮੈਨ ਨੂੰ ਵੀ ਆਪ ਵੀ ਰਹਿੰਦਾ ਕਿ ਯਾਰ ਉਹਨਾਂ ਦੇ ਪੈਸੇ ਵਾਪਸ ਆਉਣ ਹਨਾ ਬਟ ਜੇ ਆਡੀਅנס ਵੀ ਹੈ ਜਿਹੜੀਆਂ ਫਿਲਮਾਂ ਨੂੰ ਅਪਰੀਸ਼ੀਏਟ ਕਰਦੀ ਹੈ ਉਹਨਾਂ ਨੂੰ ਜਾਂਦੀ ਹੈ ਤਾਂ ਫਿਰ ਕੀ ਲੋੜ ਹੈ ਫਿਰ ਵਧੀਆ ਨਾ ਤੁਸੀਂ ਐਵਜੀਆਂ ਫਿਲਮਾਂ ਬਣਾਓ ਬਾਕੀ ਤਾਂ ਹੋ ਹੀ ਰਿਹਾ ਹੈ ਇਹ ਵੀ ਸਹੀ ਹੈ ਨਹੀਂ ਬਹੁਤ ਅੱਛਾ ਇਨੀਸ਼ੀਏਟਿਵ ਹੈ ਅਗਰ ਤੁਹਾਡੇ ਵੱਲੋਂ ਲਿੱਤਾ ਜਾਂਦਾ ਹੈ ਕਿਉਂਕਿ ਸੱਚੀ ਬਹੁਤ ਸਾਰਾ ਨਿਊ ਟੈਲੈਂਟ ਜਿਹੜਾ ਨੀਡੀ ਵੀ ਹੈ ਔਰ ਟੈਲੈਂਟਡ ਵੀ ਹੈ ਸੋ ਪਲੇਟਫਾਰਮ ਮਿਲਣਾ ਜ਼ਰੂਰੀ ਹੈ ਤੁਹਾਡੀ ਫਿਲਮ ਦੇਖ ਕੇ ਮੈਨੂੰ ਲੱਗਦਾ ਕੋਈ ਹੋਏਗਾ ਜਿਹੜਾ ਐਂਡ ਦੇ ਵਿੱਚ ਇਮੋਸ਼ਨਲ ਨਹੀਂ ਹੁੰਦਾ ਇੱਕ ਇਮੋਸ਼ਨਲ ਐਂਗਲ ਤੁਹਾਡੀ ਫਿਲਮ ਦੀ ਸਪੈਸ਼ialਟੀ ਹੁੰਦੀ ਹੈ ਤੁਹਾਡੀ ਕਹਾਣੀ ਦੀ ਤੁਹਾਡੇ ਇਮੋਸ਼ਨਸ ਦੀ ਕਹਾਣੀ ਬਣਾਉਂਦੇ ਟਾਈਮ ਐਡੀਟਿੰਗ ਕਰਦੇ ਟਾਈਮ ਸ਼ੂਟ ਕਰਦੇ ਟਾਈਮ ਜਗਦੀਪ ਖੁਦ ਕੇ ਨਹੀਂ ਇਮੋਸ਼ਨਲ ਹੁੰਦੇ ਨੇ ਹਾਂ ਮੈਂ ਬਹੁਤ ਬਹੁਤ ਜ਼ਿਆਦਾ ਇਮੋਸ਼ਨਲ ਹੁੰਨਾ ਮੈਂ ਸੀਨ ਮਤਲਬ ਮੋਨੀਟਰ ਤੇ ਮੇਰੇ ਐਕਟਰਸ ਨੂੰ ਪਰਫਾਰਮ ਕਰਦੇ ਦੇਖ ਕੇ ਰੋ ਪੈਣਾ ਤਾਂ ਮੈਨੂੰ ਵਧੀਆ ਲੱਗਦਾ ਹੈ ਕਿ ਕਈ ਵਾਰੀ ਕਿ ਜਦੋਂ ਕੋਈ ਇੰਨਾ ਵਧੀਆ ਕਰ ਦਿੰਦਾ ਹਨਾ ਤਾਂ ਮੋਹ ਦੇ ਵਿੱਚ ਵੀ ਇੱਕ ਸੀਨ ਜਿਹਾ ਉਹਦੇ ਚ ਸਰਗੁਣ ਨੇ ਪਰਫਾਰਮ ਕੀਤਾ ਫਮੈਂ ਉਹਦੀ ਵੀਡੀਓ ਬਣਾਈ ਆ ਥੱਲੋਂ ਹਨਾ ਤੇ ਉਹਨੇ ਇੰਨਾ ਵਧੀਆ ਕੀਤਾ ਤੇ ਮੈਂ ਹੁਣ ਬੋਲਿਆ ਮੈਂ ਕਿਹਾ ਤੇਰੀ ਫਿਲਮ ਹਿੱਟ ਹੈ ਜੀ ਸੋ ਜਿਦ ਵੀ ਬਿਕ ਆਨੈਸਟਲੀ ਮੈਨੂੰ ਗੱਲ ਦੱਸਿਓ ਸਾਡੀ ਇੰਡਸਟਰੀ ਦੇ ਵਿੱਚ ਆਪਾਂ ਕਹਿੰਨੇ ਆ ਲੇਕਿਨ ਕੰਪੀਟੀਸ਼ਨ ਵੀ ਬਹੁਤ ਹੈ ਜੈਲਸ ਫੈਕਟਰ ਵੀ ਬਹੁਤ ਹੈ ਅੱਗੇ ਕੋਈ ਜਾਵੇ ਨਾ ਅਸੀਂ ਅੱਗੇ ਜਾਈਏ ਭਾਵੇਂ ਨਾ ਜਾਈਏ ਸੋ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਜਿੱਥੇ ਇੱਕ ਪਾਸੇ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨਿਊ ਫੇਸਿਸ ਇੰਟਰੋਡਿਊਸ ਕੀਤੇ ਨੇ ਹੁਣ ਵੀ ਤੁਹਾਡੀ ਕੋਸ਼ਿਸ਼ ਹੈ ਨਵਾਂ ਦੇ ਨਾਲ ਕੁਝ ਚੈਲੈਂਜਿੰਗ ਕਰ ਦਿਓ ਤੁਹਾਨੂੰ ਸਪੋਰਟ ਕਰਨ ਵਾਲੇ ਕਿੰਨੇ ਕਨੇ ਇੱਕ ਡਾਇਰੈਕਟਰ ਦਾ ਵੈਲਕਮ ਔਰ ਇੱਕ ਡਾਇਰੈਕਟਰ ਦੀ ਸਪੋਰਟ ਕਿੰਨੀ ਹੈ ਸਾਡੀ ਪੰਜਾਬੀ ਸਿਨੇਮਾ ਦੀ ਜੇਕਰ ਇੰਡੀਵਿਜੂਅਲੀ ਤੁਹਾਡੀ ਗੱਲ ਕੀਤੀ ਜਾਵੇ ਅ ਨਹੀਂ ਹੈਗੇ ਬਹੁਤ ਸਾਰੇ ਵਧੀਆ ਲੋਕ ਵੀ ਹੈ ਜੋ ਤੁਹਾਨੂੰ ਸਪੋਰਟ ਵੀ ਕਰਦੇ ਆ ਔਰ ਬਹੁਤਾਰੇ ਨਹੀਂ ਵੀ ਕਰਦੇ ਆ ਤੋ ਬਟ ਜਿਵੇਂ ਐਮੀ ਐ ਉਹਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਸਰਗੁਣ ਨੇ ਹਮੇਸ਼ਾ ਸਪੋਰਟ ਕੀਤਾ ਹਣਾ ਸੋਨਮ ਸੋ ਜਿਹੜੇ ਲੋਕ ਤੁਹਾਨੂੰ ਜਾਣਦੇ ਆ ਜਾਂ ਮੇਰੇ ਪ੍ਰੋਡਿਊਸਰਸ ਹੈ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਨਰੋਤਮ ਜੀ ਨੇ ਹਣਾ ਸੋ ਉਹਨਾਂ ਨੇ ਵੀ ਯਾਰ ਮੈਨੂੰ ਮੈਂ ਜੈਨੂਅਲੀ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਗੱਲ ਕਿ ਮੈਂ ਕਹਾਂ ਮੈਂ ਜਦੋਂ ਇਹ ਫਿਲਮ ਅਨਾਉਂਸ ਕਰਤੀ ਸੀਗੀ ਤਾਂ ਮੈਨੂੰ ਮੈਂ ਮਨ ਚ ਆਇਆ ਸੋਚਦਾ ਸੀਗਾ ਕਿ ਯਾਰ ਜੇ ਕੋਈ ਬੰਦਾ ਇਸ ਫਿਲਮ ਤੇ ਪੈਸੇ ਲਾ ਦੂਗਾ ਨਾ ਮੈਨੂੰ ਫੀਸ ਨਹੀਂ ਵੀ ਦੇਊਗਾ ਤਾਂ ਵੀ ਮੈਂ ਫਿਲਮ ਕਰ ਲਊਗਾ ਹਨਾ ਤੇ ਜਦੋਂ ਕਿ ਉਹਨਾਂ ਨੇ ਮੈਨੂੰ ਉਹੀ ਫੀਸ ਦਿੱਤੀ ਹੈ ਜਿਹੜੀ ਉਹਨਾਂ ਨੇ ਮੈਨੂੰ ਕਿਸਮਤ ਚ ਦਿੱਤੀ ਹੈ ਸੋ ਇਸ ਇੱਕ ਤਰੀਕੇ ਦਾ ਸਪੋਰਟ ਹੀ ਹੈ ਹਨਾ ਕਿ ਉਹਨਾਂ ਨੇ ਤੁਹਾਨੂੰ ਇਮੋਸ਼ਨਲੀ ਐਕਸਪਲੋਇਟ ਨਹੀਂ ਕੀਤਾ ਕਿ ਨਹੀਂ ਵੀਰੇ ਅੱਜ ਤਾਂ ਹੀਰੋ ਹੈ ਨਹੀਂ ਆਪਾਂ ਨਹੀਂ ਕਰ ਸਕਦੇ ਆਪਾਂ ਜਾਂ ਇਨ ਟਰਮਸ ਆਫ ਸ਼ੂਟਿੰਗ ਕਿ ਕਿਤੇ ਵੀ ਕੋਈ ਚੀਜ਼ ਕੀ ਨਹੀਂ ਵੀ ਆ ਨਹੀਂ ਲਿਆ ਸਕਦੇ ਉਹ ਨਹੀਂ ਲੈ ਮੈਂ ਜਿਵੇਂ ਮੇਰੀ ਫਿਲਮਾਂ ਚ ਰੇਨ ਯੂਜ਼ ਕਰਦਾ ਹੈ ਤਾਂ ਇਹਦੇ ਚ ਵੀ ਰੇਨ ਯੂਜ਼ ਹੈ ਅਸੀਂ ਇਹਦੇ ਡਲਹੋਜੀ ਸ਼ੂਟ ਕਰਕੇ ਆਏ ਹਾਂ ਹਨਾ ਉੱਥੇ ਕਾਸਟਲੀ ਪੈਂਦਾ ਥੋੜਾ ਜਿਆਦਾ ਬਠਿੰਡੇ ਸ਼ੂਟ ਕੀਤਾ ਚੰਡੀਗੜ ਸ਼ੂਟ ਕੀਤਾ ਸੋ ਬਹੁਤ ਸ਼ਿਫਟਿੰਗ ਹੈ ਦਿਨ ਨੰਬਰ ਆਫ ਡੇਸ ਵੀ ਕਿਸਮਤ ਤੋਂ ਜ਼ਿਆਦਾ ਲੱਗੇ ਇਹਦੇ ਚ ਕਿਸਮਤ ਚ ਸ ਹੈ 39 ਡੇਸ ਸੀਗੇ ਇਹਦੇ ਚ ਅਸੀਂ ਕੀਤੇ 43 44 ਡੇਸ ਸੋ ਉਹ ਸਪੋਰਟ ਹੈ ਤਾਂ ਕਾਫੀ ਲੋਕ ਹੈਗੇ ਜਿਹੜੇ ਵਧੀਆ ਸਪੋਰਟ ਕਰਦੇ ਆ ਓਕੇ ਸੋ ਫਰਸਟ ਡੇ ਮੋਹਦਾ ਤੇ ਹੁਣ ਜਦੋਂ ਰੈਪ ਅਪ ਹੋ ਚੁੱਕਿਆ ਡਬਿੰਗ ਸਟਾਰਟ ਹੋਣ ਵਾਲੀ ਹੈ ਗਿਤਾਜ ਨੂੰ ਲੈ ਕੇ ਇੱਕ ਟੀਚਰ ਕੀ ਸੋਚ ਰਿਹਾ ਆਪਣੇ ਸਟੂਡੈਂਟ ਲਈ ਜੇ ਆਪਾਂ ਇਸ ਰਿਲੇਸ਼ਨ ਦੇ ਨਾਲ ਦੇਖੀਏ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਕੀ ਉਹਨੇ ਵਧੀਆ ਕੀਤਾ ਜਨੂਨਲੀ ਬਹੁਤ ਵਧੀਆ ਕੀਤਾ ਤੇ ਬਾਕੀ ਦਾ ਚਲੋ ਜਦੋਂ ਫਿਲਮ ਆਊਗੀ ਉਦੋਂ ਸਭ ਦੇਖਣਗੇ ਔਰ ਮੈਨੂੰ ਹੁਣ ਇਹ ਹੈ ਕਿ ਬਸ ਲੋਕ ਦੇਖਣ ਲੋਕ ਉਹਦਾ ਕੰਮ ਪਸੰਦ ਕਰਨ ਤੇ ਹੋਰ ਡਾਇਰੈਕਟਰ ਉਹਦੇ ਨਾਲ ਕੰਮ ਕਰਨ ਤਾਂ ਵਧੀਆ ਕਿਹੜਾ ਇੱਕ इमोਸ਼ਨ ਤੇ ਫੀਲ ਆਪਸ ਦੇ ਵਿੱਚ ਐਕਸਚੇਂਜ ਕੀਤਾ ਤੁਸੀਂ ਚਾਹੇ ਉਹ ਕੋਈ ਕੰਪਲੀਮੈਂਟ ਹੈ ਚਾਹੇ ਇਹੀ ਕਹਿਣਾ ਉਹਨਾਂ ਨੇ ਵੀ ਵੀਰੇ ਮੈਨੂੰ ਸੱਚੀ ਇਸ ਟਾਈਮ ਤੇ ਤੁਸੀਂ ਸੰਭਾਲਿਆ ਜਾਂ ਮੈਨੂੰ ਲਾਈਫ ਦੇ ਉਸ ਟਰੈਕ ਤੇ ਤੁਸੀਂ ਲੈ ਕੇ ਆਇਓ ਜਿਹੜਾ ਮੈਂ ਚਾਹੁੰਦਾ ਸੀ ਇਹੋ ਜਿਹੀ ਕੋਈ ਇਮੋਸ਼ਨਸ ਵੀ ਐਕਸਚੇਂਜ ਹੋਇਆ ਤੁਹਾਡੇ ਦੋਨਾਂ ਨਾਲ ਮੈਨੂੰ ਕਿਉਂਕਿ ਨਾ ਜਦੋਂ ਸਾਡੇ ਇੰਡਸਟਰੀ ਚ ਕੋਈ ਵੀ ਬੰਦਾ ਹੈ ਔਰ ਆਰਟਿਸਟ ਇਮੋਸ਼ਨਲ ਇੰਨਾ ਹੁੰਦਾ ਹੈ ਕਿ ਹਰਟ ਬਮਾੜੇ ਦੇ ਨਾਲ ਹੋ ਜਾਂਦਾ ਹੈ ਹਨਾ ਸੋ ਮੈਨੂੰ ਇੱਕ ਦਿਨ ਗਿਤਾਜ ਨੇ ਆਏ ਗੱਲ ਦੱਸੀ ਸੀ ਹੋਰ ਸਿੰਗਰਸ ਬਾਰੇ ਵੀ ਦੱਸੀ ਹੈ ਤੇ ਬਟ ਮੈਂ ਤੁਹਾਨੂੰ ਇੱਕ ਬੰਦੇ ਦਾ ਐਗਜ਼ਾਮਪਲ ਦੇ ਕੇ ਗੱਲ ਦੱਸਦਾ ਤਾਂ ਮੈਨੂੰ ਉਹਨੇ ਦੱਸੀ ਸੀ ਕਿ ਕਿ ਯਾਰ ਮੈਂ ਨਾ ਹੈਪੀ ਰਾਏ ਕੋਟੀ ਤੋਂ ਗਾਣੇ ਮੰਗੇ ਸੀਗੇ ਤੇ ਉਹਨੇ ਮੇਰੇ ਫੋਨ ਨਹੀਂ ਚੱਕੇ ਮੇਰੇ ਮੈਸੇਜ ਦੇਖ ਕੇ ਅਨਸੀਨ ਕਰਤੇ ਹਨਾ ਤਾਂ ਗੱਲ ਚੱਲੀ ਸੀ ਐਵੇਂ ਕੋਈ ਤਾਂ ਮੈਨੂੰ ਲੱਗਿਆ ਕਿ ਯਾਰ ਇਹਦੇ ਮਨ 'ਚ ਨਾ ਹੈਪੀ ਨੂੰ ਲੈ ਕੇ ਗਰਜ ਹੈ ਸੋ ਜਦੋਂ ਕਿਸੇ ਬੰਦੇ ਦੇ ਆਰਟਿਸਟ ਤੇ ਪਹਿਲਾਂ ਇੰਨਾ ਭਰਿਆ ਹੁੰਦਾ ਨਾ ਹੋਰ ਬੰਦਿਆਂ ਤੋਂ ਵੀ ਹੈਗਾ ਹਰਟ ਹਰ ਬੰਦਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਚੱਲ ਨਹੀਂ ਰਿਹਾ ਜਾਂ ਮੇਰਾ ਟਾਈਮ ਨਹੀਂਗਾ ਹਨਾ ਤਾਂ ਇਹ ਮੇਰੇ ਨਾਲ ਐ ਬਿਹੇਵ ਕਰਦਾ ਔਰ ਇਹ ਹੋ ਜਾਂਦਾ ਜਦੋਂ ਤੁਸੀਂ ਥੋੜਾ ਪਿੱਛੇ ਰਹਿ ਜਾਂਦੇ ਹੋ ਹੋਰ ਜਿਹੜੇ ਲੋਕ ਵਧੀਆ ਕੰਮ ਕਰ ਰਹੇ ਉਹਨਾਂ ਦਾ ਸਰਕਲ ਬਦਲ ਜਾਂਦਾ ਤੁਸੀਂ ਨਾ ਚਾਹੁੰਦੇ ਹੋਏ ਵੀ ਤੁਹਾਡੇ ਤੋਂ ਬੰਦੇ ਛੁੱਟ ਜਾਂਦੇ ਅੱਜ ਕੁਝ ਹੋ ਸਕਦਾ ਹੈ ਕਈਆਂ ਨੂੰ ਮੈਂ ਵੀ ਹਰਟ ਕਰਕੇ ਬੈਠਾ ਹਾਂ ਸੋ ਕਿਉਂਕਿ ਹੈਪੀ ਨੂੰ ਮੈਂ ਜਾਣਦਾ ਤਾਂ ਹੈਪੀ ਵਿਚਾਰਾ ਤਾਂ ਬਹੁਤ ਹੀ ਸਭ ਤੋਂ ਭਲਾਮਾਨਸ ਬੰਦਾ ਹਨਾ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਇਹ ਉਹਦੇ ਲਈ ਮਨ 'ਚ ਨਾ ਗਰਜ ਰੱਖੀ ਬੈਠਾ ਕੱਲ ਨੂੰ ਜੇ ਜੇ ਬਹੁਤ ਵੱਡਾ ਸਟਾਰ ਬਣ ਵੀ ਗਿਆ ਨਾ ਤਾਂ ਇਹਦੇ ਮਨ 'ਚ ਹਮੇਸ਼ਾ ਉਹੀ ਐਟੀਟਿਊਡ ਰਹੂਗਾ ਉਹਦੇ ਲਈ ਕਿ ਯਾਰ ਅੱਛਾ ਤੂੰ ਮੈਨੂੰ ਗਾਣੇ ਨਹੀਂ ਦਿੱਤੇ ਸੀਗੇ ਹਨਾ ਤਾਂ ਮੈਂ ਕਿਹਾ ਯਾਰ ਇਹ ਖਤਮ ਹੋਣਾ ਚਾਹੀਦਾ ਔਰ ਨਹੀਂ ਫਿਰ ਇਹਨੇ ਐ ਉਹ ਕਿਦੋਂ ਪਨਪ ਜਾਂਦੀ ਆ ਤੁਹਾਨੂੰ ਪਤਾ ਹੀ ਨਹੀਂ ਲੱਗਦੀ ਗੱਲ ਤੇ ਮੈਂ ਫਿਰ ਹੈਪੀ ਨੂੰ ਹੋਰ ਬੰਦਿਆਂ ਨੂੰ ਵੀ ਮੈਸੇਜ ਕੀਤਾ ਜਿਹਦੇ ਜਿਹਦੇ ਲਈ ਮੈਨੂੰ ਲੱਗਿਆ ਕਿ ਇਹਦਾ ਇਸ਼ੂ ਹੈਗਾ ਤੇ ਮੈਂ ਹੈਪੀ ਨੂੰ ਕਿਹਾ ਮੈਂ ਕੈਰ ਵੀਰੇ ਅਸੀਂ ਐ ਐ ਕਰਕੇ ਫਿਲਮ ਸ਼ੂਟ ਕਰ ਰਹੇ ਆਂ ਤੇ ਗਿਤਾਜ ਦੀ ਪਹਿਲੀ ਫਲਾਮ ਹੈ ਤੇ ਜੇ ਟਾਈਮ ਲੱਗੂਗਾ ਨਾ ਤੂੰ ਸੈਟ ਤੇ ਢੀੜਾ ਮਾਰ ਲਈ ਸਭ ਨੂੰ ਕਿਹਾ ਸੀ ਮੈਂ ਜਿਹੜੇ ਵੀ 2-4 ਸੀਗੇ ਤੇ ਮੈਨੂੰ ਲੱਗਿਆ ਕਿ ਉਹ ਆਊਗਾ ਤਾਂ ਇਹਨੂੰ ਵਧੀਆ ਲੱਗੂਗਾ ਕਿ ਉਹ ਆਇਆ ਹਨਾ ਤੇ ਦੋ ਆਇਆ ਹੈਪੀ ਬਾਈ ਉਹ ਸਾਡੇ ਸ਼ੂਟ ਤੇ ਆਏ ਤਾਂ ਇਹਨੂੰ ਵੀ ਇੱਕਦਮ ਆਏ ਹੋਇਆ ਕਿ ਇਹਨੂੰ ਥੋੜਾ ਪਤਾ ਕਿ ਮੈਂ ਬੁਲਾਇਆ ਹੈ ਹਨਾ ਹੈਪੀ ਤੇ ਆਇਆ ਐਮ.ਐਲ.ਏ ਅਸੀਂ ਨਾਰਮਲ ਗੱਲਾਂ ਗੁੱਲਾਂ ਕੀਤੀਆਂ ਹਨਾ ਫੇਰ ਇਹਦੇ ਦਿਮਾਗ 'ਚ ਐਜ ਐ ਹਿਊਮਨ ਗਲਤ ਗੱਲ ਜਾਂਦੀ ਹੈ ਤਾਂ ਗਿਤਾਜ ਨੂੰ ਲੱਗਿਆ ਕਿ ਸ਼ਾਇਦ ਹੁਣ ਮੈਂ ਫਿਲਮ ਕਰ ਰਹੇ ਤਾਂ ਆਇਆ ਹੈ ਹੈਨਾ ਤਾਂ ਫੇਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਉਹ ਤਾਂ ਨਹੀਂ ਆਇਆ ਵੀ ਯਾਰ ਐ ਉਹਨੂੰ ਮੈਂ ਜਾਣਦਾ ਬਹੁਤ ਚੰਗੇ ਤਰੀਕੇ ਤੋਂ ਔਰ ਮੈਂ ਕਹੇ ਹੁੰਦਾ ਤੂੰ ਜਦੋਂ ਤੇਰਾ ਕੰਮ ਚੱਲੂਗਾ ਤੈਨੂੰ 10 ਰਾਈਟਰ 10 ਡਾਇਰੈਕਟਰ ਅਪਰੋਚ ਕਰਨਗੇ ਤੂੰ ਸਭ ਨੂੰ ਜਵਾਬ ਨਹੀਂ ਦੇ ਪਾਏਗਾ ਕੋਈ ਨਾ ਕੋਈ ਛੁੱਟ ਜਾਊਗਾ ਆਈ ਆਈ ਇੰਡਸਟਰੀ ਬਿਹੇਵ ਕਰਦੀ ਆਈ ਚੀਜ਼ਾਂ ਚੱਲਦੀਆਂ ਉਹਦੇ ਕੋਲੇ ਆਲਰੇਡੀ ਕਮ ਇੰਨਾ ਜ਼ਿਆਦਾ ਹੈ ਕਿ ਉਹ ਚਾਹ ਕੇ ਵੀ ਤੇਰੇ ਲਈ ਗਾਣਾ ਨਹੀਂ ਕਰ ਸਕਦਾ ਸੀ ਉਹ ਸਰਕਮਸਟੈਂਸ ਹੈ ਨਾ ਤਾਂ ਫਿਰ ਉਹਨੂੰ ਉਹ ਗੱਲ ਸਮਝ ਆਈ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਉਹ ਹਮੇਸ਼ਾ ਹੈਪੀ ਨੂੰ ਉਸੇ ਨਜ਼ਰ ਨਾਲ ਦੇਖੂਗਾ ਤੁਸੀਂ ਹਮੇਸ਼ਾ ਬਹੁਤ ਹੀ ਜ਼ਿਆਦਾ ਗਰਾਊਂਡਡ ਹੋ ਕੇ ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀਆਂ ਸਟੋਰੀਜ਼ ਵੀ ਇਹ ਗੱਲ ਬਿਆਨ ਕਰਦੀਆਂ ਨੇ ਕਿ ਕਿ ਕਲਾਕਾਰ ਉਹੀ ਪਿਰੋਂਦਾ ਤੇ ਪਰ ਉਸ ਦਾ ਜੋ ਉਹਦੇ ਅੰਦਰ ਹੁੰਦਾ ਬੇਸਿਕਲੀ ਲੇਕਿਨ ਤੁਹਾਡੇ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਸ਼ਿਕਾਇਤਾਂ ਹੋਣਗੀਆਂ ਕਿ ਹਾਂਜੀ ਰਿਵਰਟ ਨਹੀਂ ਆਉਂਦੇ ਜਾਂ ਸਾਡੇ ਕੰਮ ਨੂੰ ਇਹਨਾਂ ਵੱਲੋਂ ਚੰਗੀ ਤਰ੍ਹਾਂ ਨਹੀਂ ਦੇਖਿਆ ਜਾਂਦਾ ਗੌਰ ਨਹੀਂ ਕੀਤਾ ਜਾਂਦੀ ਇਹਨਾਂ ਦੇ ਇੱਕ ਟੀਮ ਬਣ ਚੁੱਕੀ ਹੈ ਐਮਈ ਹੋ ਗਿਆ ਸਰਗੁਣ ਹੋ ਗਈ ਤਾਨੀਆਂ ਹੋ ਗਈ ਹੁਣ ਗੁਰਨਾਮ ਐਡ ਹੋ ਗਏ ਨੇ ਕਿਉਂਕਿ ਲੋਕਾਂ ਦੀ ਮਿੱਥ ਹੈ ਹੁਣ ਇਦਾਂ ਸਮਝਾ ਜਾਣ ਲੱਗ ਗਏ ਕਿ ਪੰਜਾਬੀ ਸਿਨੇਮਾ ਦੇ ਵਿੱਚ ਗਰੁੱਪਸ ਬਣ ਚੁੱਕੇ ਨੇ ਬੇਸਿਕਲੀ ਮੂਵੀ ਮਾਫੀਆਜ਼ ਹੋ ਚੁੱਕੇ ਨੇ ਇਹਨਾਂ ਨੇ ਇਹਨਾਂ ਬੰਦਿਆਂ ਨੂੰ ਇਹ ਚਾਂਸ ਦੇਣਾ ਹੈ ਸੈਕੰਡ ਲੀਡ ਜਾਂ ਕੈਰੈਕਟਰ ਦੇ ਵਿੱਚ ਕੋਈ ਚਾਂਸ ਮਿਲ ਸਕਦਾ ਹੈ ਤੇ ਤੁੱਕੇ ਦੇ ਨਾਲ ਅਦਰਵਾਈਜ਼ ਨਹੀਂ ਪਰ ਅਸੀਂ ਤੁਹਾਡੀ ਫਿਲਮਾਂ ਦੇ ਵਿੱਚ ਹਮੇਸ਼ਾ ਬਹੁਤ ਸਾਰੇ ਨਵੇਂ ਚਿਹਰੇ ਵੇਖਦੇ ਆ ਸੋ ਤੁਸੀਂ ਖੁਦ ਤੇ ਇਹ ਚੀਜ਼ਾਂ ਤੁਸੀਂ ਫੇਸ ਕਰਦੇ ਹੋ ਨਹੀਂ ਡੈਫੀਨਟਲੀ ਕਰਦੇ ਆ ਕਿਉਂਕਿ ਉਹੀ ਗੱਲ ਹੈ ਨਾ ਕਿ ਇਹ ਲਾਈਨ ਐਸ ਸੀ ਐਚ ਐਮਬੀਸ਼ਸ ਐਨੇ ਹੁੰਦੇ ਆ ਨਾ ਲੋਕ ਐਮਬੀਸ਼ਸ ਹਰ ਬੰਦੇ ਨੂੰ ਆਏ ਹੁੰਦਾ ਹੈ ਕਿ ਔਰ ਤੁਸੀਂ ਹਰ ਨਾਲ ਨਹੀਂ ਕਰ ਸਕਦੇ ਜਿਵੇਂ ਮੈਂ ਹੁਣ ਨਾਮ ਨਹੀਂ ਲਾਉਂਗਾ ਬਟ ਸਾਡੀ ਇੰਡਸਟਰੀ ਤੇ ਵਧੀਆ ਆਰਟਿਸਟ ਜਿਹੜੇ ਬਹੁਤ ਵੱਡੇ ਮੁਕਾਮ ਤੇ ਹੈ ਹਨਾ ਉਹ ਵਿਚਾਰੇ ਮੇਰੇ ਤੋਂ ਟਾਈਮ ਲੈ ਲੈ ਕੇ ਕਿ ਭਾਈ ਮਿਲ ਲਓ ਭਾਈ ਮਿਲ ਲਓ ਹਨਾ ਜਿਹੜੇ ਆਲਰੇਡੀ ਸਟੈਬਲਿਸ਼ ਹੈ ਵਧੀਆ ਕੰਮ ਕਰ ਰਿਹਾ ਹੈ ਕਿ ਯਾਰ ਆਪਾਂ ਕੋਈ ਫਿਲਮ ਕਰਦੇ ਆ ਕੋਈ ਫਿਲਮ ਕਰ ਲਓ ਹਨਾ ਤੋਂ ਪਰ ਮੈਨੂੰ ਹੁੰਦਾ ਹੈ ਕਿ ਯਾਰ ਮੈਂ ਤਾਂ ਇੱਕ ਹੀ ਫਿਲਮ ਕਰਨੀ ਹੈ ਇੱਕ ਜਾਂ ਦੋ ਹੀ ਫਿਲਮ ਕਰਨੀ ਹੈ ਸਾਲ ਦੀਆਂ ਤਾਂ ਮੈਂ ਚਾਹ ਕੇ ਵੀ ਨਹੀਂ ਕਰ ਸਕਦਾ ਟੋ ਉਹਦੇ ਚੋਂ ਵੀ ਜਿਵੇਂ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਜਿਵੇਂ ਹੁਣ ਤੁਸੀਂ ਕਹਿੰਦੇ ਆ ਕਿ ਸਰਕਲ ਸਰਕਲ ਇਹ ਹੁੰਦਾ ਹੈ ਕਿ ਯਾਰ ਉਹ ਉਹ ਭਾਈਚਾਰਾ ਹੈ ਉਹ ਸੁਸਾਇਟੀ 'ਚ ਵੀ ਹੁੰਦਾ ਹੈ ਸਾਡੇ ਮਹੱਲੇ 'ਚ ਜਿਹੜੇ ਘਰਾਂ ਸਾਡਾ ਆਉਣਾ ਜਾਣਾ ਜ਼ਿਆਦਾ ਹੈ ਉਹਨਾਂ ਦੇ ਵਿਆਹਾਂ 'ਚ ਅਸੀਂ ਜ਼ਿਆਦਾ ਸ਼ਰੀਕ ਹੁੰਨੇ ਆਂ ਜਾਂ ਦੁੱਖ ਦੇ ਸੁੱਖ ਦੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਫੋਨ ਕਰਦੇ ਆ ਹਨਾ ਤਾਂ ਉਹ ਆਲਰੇਡੀ ਇੱਕ ਸਰਕਲ ਤੁਹਾਡਾ ਕਿਤੇ ਵੀ ਤੁਸੀਂ ਆਫਿਸ 'ਚ ਕਿਤੇ ਵੀ ਬਣ ਜਾਂਦਾ ਹੈ ਐਂਡ ਆਈ ਥਿੰਕ ਇਟ ਟਰਸਟ ਬਿਲਟ ਹੋ ਜਾਂਦਾ ਹੈ ਹਾਂ ਟਰਸਟ ਬਿਲਟ ਹੋ ਜਾਂਦਾ ਹੈ ਉਹ ਗਰੁੱਪੀਜ਼ਮ ਕੋਈ ਐਂ ਗਰੁੱਪੀਜ਼ਮ ਨਹੀਂ ਗੱਗਿਆ ਨਾ ਅਸੀਂ ਇਹਦੇ ਨਾਲ ਕੰਮ ਨਹੀਂ ਕਰਨਾ ਉਹਦੇ ਨਾਲ ਨਹੀਂ ਕਰਨਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਲਾਈਕ ਜਿਵੇਂ ਹੁਣ ਮੈਂ ਗਿਤਾਜ ਨਾਲ ਫਿਲਮ ਕਰਨਾ ਤਾਂ ਉਹ ਗੁਰਨਾਮ ਨੇ ਵੀ ਉਹਨਾਂ ਨੇ ਹੀ ਸਪੋਰਟ ਕੀਤਾ ਸਰ ਗੁਰ ਨੇ ਵੀ ਤਾਨਿਆ ਨੇ ਵੀ ਜਾਂ ਹੁਣ ਜਿਵੇਂ ਤਾਨਿਆ ਤੇ ਗੁਰ ਗਿਤਾਜ ਹੁਣ ਵਧੀਆ ਦੋਸਤ ਹੈ ਹਨਾ ਤਾਂ ਉਹ ਮਿਲੇ ਮੇਰੇ ਥਰੂ ਬਟ ਫਿਰ ਉਹਨਾਂ ਦੀ ਚਲੋ ਦੋਸਤੀ ਵਧੀਆ ਹੋਊਗੀ ਤਾਂ ਉਹ ਹਰ ਕੋਈ ਸਪੋਰਟ ਕਰ ਰਿਹਾ ਉਹਨੂੰ ਐਮੀ ਵੀ ਵਧੀਆ ਕਰ ਰਿਹਾ ਤਾਂ ਇਹ ਨਹੀਂਗਾ ਕਿ ਗਰੁੱਪ ਕੋਈ ਆਏ ਕਿ ਤੂੰ ਬਾਹਰ ਨਹੀਂ ਕੰਮ ਕਰਨਾ ਜਾਂ ਐਮੀ ਹੁਣ ਬਾਹਰ ਕੰਮ ਕਰ ਰਿਹਾ ਸਰ ਗੁਰ ਕਰ ਰਹੀ ਹੈ ਉਹ ਗਰੁੱਪ ਆਪਸ ਵਿੱਚ ਇੱਕ ਯਾਰੀ ਦੋਸਤੀ ਬਣ ਜਾਂਦੀ ਹੈ ਇੱਕ ਟਰਸਟ ਬਿਲਡ ਹੋ ਜਾਂਦਾ ਹੈ ਕਿ ਯਾਰ ਜਿਵੇਂ ਹੁਣ ਮੰਨ ਲਓ ਕਿ ਹੁਣ ਗੁਰਨਾਮ ਹੈ ਹਨਾ ਪਿਛਲੀਆਂ ਦੋ ਤਿੰਨ ਫਿਲਮਾਂ ਨਹੀਂ ਵਧੀਆ ਗਈਆਂ ਤਾਂ ਆਬਵੀਅਸ ਇਹ ਵਾਲਾ ਨਾ ਯਾਰ ਫਿਰ ਮੈਂ ਦੋਸਤੀ ਕਰਦਾ ਜੇ ਮੈਂ ਉਹਦੀ ਲਈ ਫਿਲਮ ਨਹੀਂ ਕਰਦਾ ਜੀ ਤਾਂ ਹੁਣ ਉਹਦੇ ਜਰੂਰ ਨੀਡ ਦੇ ਟਾਈਮ 'ਚ ਮੈਂ ਉਹਦੇ ਨਾਲ ਨਹੀਂ ਕੰਮ ਕਰਦਾ ਤਾਂ ਫਿਰ ਫਾਇਦਾ ਕੀ ਉਹ ਐਂ ਹੋ ਜਾਂਦਾ ਦੋ ਤਿੰਨ ਫਿਲਮਾਂ ਕਰਨੀਆਂ ਹੁੰਦੀਆਂ ਉਹ ਕਦੇ ਐਮੀ ਨਾਲ ਕਦੇ ਗੁਰਨਾਮ ਨਾਲ ਜਾਂ ਹੁਣ ਸਰਗੁਣ ਨਾਲ ਉਹ ਕਮ ਕਮਾ ਕੇ ਉੱਥੇ ਹੋ ਜਾਂਦਾ ਬਾਕੀ ਅਮਨਿੰਦਰ ਬਾਜੀ ਆਲਰੇਡੀ ਕੰਮ ਹੀ ਬਹੁਤ ਘੱਟ ਕਰਦੇ ਆ ਦਿਲਜੀਤ ਬਾਜੀ ਉਹ ਵੀ ਕੰਮ ਘੱਟ ਕਰਦੇ ਉਹਨਾਂ ਨੇ ਇੱਕ ਫਿਲਮ ਕਰਨੀ ਹੁੰਦੀ ਹੈ ਸਾਲ ਦੀ ਤੇ ਬਚਿਆ ਕੌਣ ਕਰਨ ਲੱਗੀ ਪੀ ਭਾਈ ਉਹ ਫਿਲਮਾਂ ਹੀ ਨਹੀਂ ਕਰਦੇ ਸੋ ਹੈ ਵੀ ਨਹੀਂ ਲੋਕ ਕਹਿੰਦੇ ਕਿ ਤੁਸੀਂ ਮੌਕਾ ਨਹੀਂ ਦਿੰਦੇ ਮੌਕਾ ਸਿਚੁਏਸ਼ਨ ਹੀ ਨਹੀਂ ਬਣਦੀ ਨਾ ਕਿ ਤੁਸੀਂ ਕਿਤੇ ਬਾਹਰ ਜਾ ਕੇ ਪ੍ਰੋਡਿਊਸਰ ਵੀ ਨਹੀਂ ਪੈਸਾ ਲਾਉਂਦੇ ਬਿਲਿੰਗ ਨਹੀਂ ਹੈ ਸੋ ਹੁਣ ਜਿਵੇਂ ਮੈਂ ਅਗਲੀ ਫਿਲਮ ਮੈਂ ਉਹਦੇ ਲਈ ਮੈਂ ਅਗੇਨ ਸਟਰਗਲ ਕਰ ਰਹੇ ਹਾਂ ਕਿ ਪ੍ਰੋਡਿਊਸਰ ਕੋਈ ਮਿਲ ਜਾਏ ਕਿ ਨਵੇਂ ਬੰਦਿਆਂ ਨਾਲ ਕੰਮ ਕਰਨਾ ਛੋਟੇ ਬੰਦਿਆਂ ਨਾਲ ਕੰਮ ਕਰਨਾ ਤੇ ਉਹ ਇਹੀ ਹੈ ਕਿ ਹੋਰ ਉਹਦੇ ਚ ਇਹ ਨਹੀਂਗਾ ਕੋਈ ਔਰ ਹੁਣ ਜਿਨ੍ਹਾਂ ਨੂੰ ਵਿਚਾਰੇ ਚਾਰ ਚਾਰ ਪੰਜ ਪੰਜ ਵਾਰ ਜੋ ਮਿਲਲੇ ਹੈ ਹੁਣ ਉਹਨਾਂ ਨੇ ਜੇ ਮੈਂ ਕੰਮ ਨਹੀਂ ਕਰਦਾ ਤਾਂ ਉਹਨਾਂ ਦੇ ਮਨ ਚ ਵੀ ਗੱਲ ਤਾਂ ਜਾਊਗੀ ਨਾ ਕਿ ਫਿਰ ਉਹ ਆਈ ਜਾਂਦਾ ਹੈ ਕਿ ਨਹੀਂ ਇਹ ਗਰੁੱਪ ਚ ਹੀ ਕੰਮ ਕਰਦਾ ਪਰ ਉਹ ਗੱਲ ਉਹ ਨਹੀਂ ਕਿ ਗਰੁੱਪ ਚ ਕੰਮ ਕਰਦਾ ਔਰ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਸਕ੍ਰਿਪਟ ਨਹੀਂ ਹੁੰਦੀ ਉਹ ਜੀ ਕਿ ਤੁਹਾਡੇ ਕੋਲ ਜੇਬ ਦਾ ਬੰਦਾ ਤੁਹਾਡੇ ਕੋਲ ਆ ਰਿਹਾ ਹੁੰਦਾ ਤੁਹਾਡੇ ਕੋਲ ਉਹਦੇ ਨਾਲ ਸਕ੍ਰਿਪਟ ਨਹੀਂ ਹੁੰਦੀ ਜਾਂ ਉਹ ਉਹਨੇ ਜੋ ਕਰਨਾ ਹੈ ਹੁਣ ਜਿਵੇਂ ਮੇਰੇ ਮੈਨੂੰ ਇੱਕ ਐਕਟਰ ਮਿਲੇ ਆ ਉਹ ਕਹਿੰਦੇ ਕਿ ਯਾਰ ਮੈਂ ਸੈਡ ਲਵ ਸਟੋਰੀ ਕਰਨੀ ਹੈ ਬਟ ਮੈਨੂੰ ਹੈਗਾ ਕਿ ਯਾਰ ਹੁਣ ਮੋਹ ਤੋਂ ਬਾਅਦ ਮੈਂ ਸੈਡ ਨਹੀਂ ਕਰਨੀ ਐ ਕਿ ਫਿਲਮ ਕੁਝ ਹੋਰ ਕਰ ਲਾਂ ਰੋਮਾਂਟਿਕ ਉਸ ਫਿਲਮ ਉਹ ਜੀ ਫਿਲਮ ਚ ਨਾ ਬੰਦਾ ਐਗਜੌਸਟ ਹੋ ਜਾਂਦਾ ਤੁਸੀਂ ਬਹੁਤ ਕੁਝ ਦੇ ਦਿੰਨੇ ਹੋ ਫਿਰ ਤੁਹਾਨੂੰ ਹੁੰਦਾ ਹੈ ਕਿ ਥੋੜਾ ਜਿਹਾ ਦੁਬਾਰਾ ਚੀਜ਼ਾਂ ਕਲੈਕਟ ਕਰਕੇ ਭਰ ਲਓ ਆਪਣੇ ਆਪ ਨੂੰ ਤਾਂ ਹੁਣ ਉਹਨਾਂ ਨੇ ਜੋ ਕਰਨਾ ਉਹ ਮੈਂ ਨਹੀਂ ਕਰਨਾ ਤਾਂ ਇਹ ਚੀਜ਼ਾਂ ਨਹੀਂ ਕਈ ਵਾਰ ਕਲੈਸ਼ ਚੀਜ਼ਾਂ ਵਰਕਆਊਟ ਨਹੀਂ ਕਰਦੀਆਂ ਤੇ ਨਹੀਂ ਤਾਂ ਐਸਾ ਉਹ ਹੋਰ ਕੋਈ ਕੋਈ ਐਡਾ ਕੋਈ ਰੂਲ ਰੈਗੂਲੇਸ਼ਨ ਨਹੀਂਗਾ ਉਨੇ ਜਿਵੇਂ ਸਰਗੁਨ ਅੰਬਰ ਨਾਲ ਵੀ ਕੰਮ ਕਰਦੀ ਆ ਅਮਰ ਨਾਲ ਵੀ ਕਰਦੀ ਹੈ ਸਰ ਤੋਂ ਉਵੇਂ ਹੀ ਹੈ ਮੈਂ ਵੀ ਐਡ ਐਡ ਕਰਦਾ ਅੱਛਾ ਇੱਕ ਡਾਇਰੈਕਟਰ ਹੋਣ ਦੇ ਨਾਤੇ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹਾਂਗਾ ਜਿੱਦਾਂ ਤੁਸੀਂ ਕਿਹਾ ਕਿ ਹਰ ਵਾਰ ਤੁਸੀਂ ਇੱਕ ਨਾਮੀ ਡਾਇਰੈਕਟਰ ਬਣ ਚੁੱਕੇ ਹੋ ਇੱਕ ਨਾਮੀ ਕਹਾਣੀਕਾਰ ਬਣ ਚੁੱਕੇ ਹੋ ਠੀਕ ਹੈ ਬਾਵਜੂਦ ਉਸ ਦੇ ਮਤਲਬ ਮੈਨੂੰ ਵੀ ਸੁਣ ਕੇ ਹੈਰਾਨੀ ਹੋ ਰਹੀ ਹੈ ਕਿ ਪ੍ਰੋਡਿਊਸਰ ਦੇ ਲਈ ਹਜੇ ਵੀ ਮੁਸ਼ਕਲ ਕਰਨੀ ਪੈਂਦੀ ਹੈ ਸਟਰਗਲ ਕਰਨਾ ਪੈਂਦਾ ਹੈ ਕਿ ਮੇਰੀ ਸਟੋਰੀ ਇਹੋ ਜਿਹੀ ਹੈ ਨਾਲ ਇੱਕ ਨਿਊ ਫੇਸ ਦਾ ਤੁਹਾਡਾ ਚੈਲੰਜ ਚੱਲਦਾ ਹੀ ਆ ਰਿਹਾ ਸੋ ਪ੍ਰੋਡਿਊਸਰ ਨੂੰ ਕਿਸ ਤਰ੍ਹਾਂ ਇਨਫਲੂਐਂਸ ਕਰਨਾ ਹੈ ਇਸ ਤੋਂ ਇਲਾਵਾ ਜੇ ਆਪਾਂ ਮੂਵੀ ਰਿਲੀਜ਼ਸ ਦੀ ਗੱਲ ਕਰ ਲਈਏ ਫਿਰ ਸਕਰੀਨਸ ਨੰਬਰ ਦੀ ਗੱਲ ਕਰ ਲਈਏ ਆਪਾਂ ਹਮੇਸ਼ਾ ਤੋਂ ਦੇਖਿਆ ਇੱਕ ਹਿਸਟਰੀ ਆਈ ਹੈ ਕਿ ਜੂਨ ਜੁਲਾਈ ਦੇ ਵਿੱਚ ਫਿਲਮਸ ਬਹੁਤ ਜ਼ਿਆਦਾ ਹਿੱਟ ਹੁੰਦੀਆਂ ਨੇ ਅਨਫੋਰਚੂਨੇਟਲੀ ਪਿਛਲੇ ਕੁਝ ਟਾਈਮ ਤੋਂ ਕੁਝ ਮੂਵੀਜ਼ ਮਤਲਬ ਮੋਸਟਲੀ ਮੂਵੀਜ਼ ਬਾਕਸ ਆਫਿਸ ਤੇ ਵੱਡਾ ਧਮਾਲ ਨਹੀਂ ਕਰ ਪਾਰੀਆਂ ਸੋ ਇੱਕ ਡਾਇਰੈਕਟਰ ਦੇ ਕਿਹੜੇ ਕਿਹੜੇ ਚੈਲੰਜਸ ਆ ਜਗਦੀਪ ਜਿਹੜੇ ਐਵਰੀ ਡੇ ਔਰ ਹਰ ਫਿਲਮ ਤੇ ਤੁਸੀਂ ਫੇਸ ਕਰਦੇ ਹੋ ਨਹੀਂ ਉਹ ਹੀ ਲੱਗਦਾ ਕਿ ਹੁਣ ਜਿਵੇਂ ਬਹੁਤ ਸਾਰੇ ਮੈਸੇਜ ਵੀ ਆਉਂਦੇ ਕਿ ਤੁਸੀਂ ਮੌਕਾ ਨਹੀਂ ਦਿੰਦੇ ਤੁਸੀਂ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਬਟ ਉਹ ਇਜ਼ੀ ਨਹੀਂ ਹੈ ਫਿਲਮ ਮੇਕਿੰਗ ਕੈਨ ਨੂੰ ਇੱਕ ਆਰਟ ਹੈ ਬਰੇ ਇਹ ਆਰਟ ਇੰਨੀ ਸਸਤੀ ਆਰਟ ਨਹੀਂ ਗਈ 6-7 ਕਰੋੜ ਰੁਪਏ ਦਾ ਮਿਨੀਮਮ ਮਿਨੀਮਮ ਟੂ ਮਿਨੀਮਮ ਸਿੰਪਲ ਜੀ ਫਿਲਮ ਲਈ ਚਾਹੀਦਾ ਜੇ ਤੁਸੀਂ ਵੱਡੀ ਫਿਲਮ ਬਣਾਉਣੀ ਆ ਤਾਂ ਉਹਨੂੰ ਰਿਲੀਜ਼ ਕਰਦੇ ਕਰਦੇ 12-13 ਕਰੋੜ ਰੁਪਏ ਤੇ ਚਲੀ ਜਾਂਦੀ ਹੈ ਗੱਲ ਸੋ ਉਹ ਕਿਸੇ ਬੰਦੇ ਨੇ ਪੈਸਾ ਲਾਉਣਾ ਔਰ ਸਾਡੀ ਇੰਡਸਟਰੀ ਹਜੇ ਇੰਨੀ ਵੱਡੀ ਹੈ ਨਹੀਂ ਗਈ ਕਿ ਡਾਇਰੈਕਟਰ ਰਾਈਟਰ ਦੇ ਨਾਮ ਤੇ ਲੋਕ ਫਿਲਮਾਂ ਦੇਖਣ ਜਾਣ ਕੋਈ ਅੱਜ ਮੰਨ ਲਓ ਮੇਰੇ ਮੇਰੇ ਨਾਮ ਤੇ ਜੇ ਮੈਂ ਕਹਾਂ ਬਾਲੇ ਨਹੀਂ ਬਾਲੇ ਬਹੁਤ ਜ਼ੋਰ ਮਾਰਾਂ ਤਾਂ 10000 ਬੰਦਾ ਵੀ ਨਹੀਂ ਹੋਣਾ ਕਿ ਜਿਹੜਾ ਕਿ ਜਗਦੀਪ ਸਿੱਧੂ ਦੀ ਫਿਲਮ ਹੈ ਇਸ ਲਈ ਦੇਖਣ ਜਾਊਗਾ ਸੋ ਉਹਨਾਂ ਨਾਲ ਕੰਮ ਨਹੀਂ ਚੱਲਦਾ ਹਨਾ ਤਾਂ ਸਾਡੇ ਐਂਡ ਆਫ ਦਾ ਡੇ ਫਿਲਮ ਚੱਲਦੀ ਹੈ ਫੇਸਿਸ ਤੇ ਤੋਂ ਕੰਪੇਅਰ ਕੇ ਗੱਲ ਜਦੋਂ ਉੱਥੇ ਆ ਜਾਂਦੀ ਹੈ ਫਿਰ ਪ੍ਰੋਡਿਊਸਰ ਨੂੰ ਵੀ ਹੁੰਦਾ ਹੈ ਕਿ ਯਾਰ ਜੇ ਮੈਂ ਪੈਸਾ ਲੌੜਾ ਹੈ ਕੱਲ ਨੂੰ ਸੈਟਲਾਈਟ ਹੈ ਡਿਜੀਟਲ ਹੈ ਸਾਡੇ ਪਲੇਟਫਾਰਮਸ ਨਹੀਂ ਗਏ ਨੇ ਜਿਆਦਾ ਕਿ ਜੋ ਸਾਡੀਆਂ ਫਿਲਮਾਂ ਖਰੀਦ ਸਕਣ ਘੁੰਮ ਫਿਰ ਕੇ ਹੋਈ ਦੋ ਤਿੰਨ ਪਲੇਟਫਾਰਮ ਹੈ ਉਹ ਪਲੇਟਫਾਰਮ ਬੰਬੇ ਬੈਠੇ ਹੈ ਚਾਹੇ ਨੈਟਫਲਿਕਸ ਹੈ ਐਮਾਜਨ ਪ੍ਰਾਈਮ ਹੈ ਜੀ5 ਹੈ ਉਹਨਾਂ ਨੂੰ ਇਥੋਂ ਦੀ ਇੰਡਸਟਰੀ ਦੇ ਡਾਇਰੈਕਟਰਾਂ ਦਾ ਰਾਈਟਰਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਤਾਂ ਪਤਾ ਐਮ ਹੀ ਚੱਲਦਾ ਗੁਰਨਾਮ ਚੱਲਦਾ ਕੀ ਪੀ ਚੱਲਦਾ ਸੋ ਉਹਨਾਂ ਨੇ ਤਾਂ ਉਹਨਾਂ ਦੇ ਫੇਸ ਨੂੰ ਫਿਲਮ ਚੱਕਣੀ ਹੈ ਚੰਗੀ ਮਾੜੀ ਉਹਨਾਂ ਨੂੰ ਉਹਦੇ ਨਾਲ ਨਹੀਂ ਮਤਲਬ ਇਹ ਹੈ ਤਾਂ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਇੱਕ ਸਟਰਗਲ ਹੈ ਬਹੁਤ ਸਾਰਾ ਹਮ ਸੋ ਫਿਲਹਾਲ ਤੇ ਜਿਹੜਾ ਸਟਰਗਲ ਔਰ ਚੈਲੰਜ ਹੈ ਉਹ ਔਰ ਚਰਚਾ ਵੀ ਗਿਤਾਜ ਨੂੰ ਲੈ ਕੇ ਬਣੀ ਹੋਈ ਹੈ ਐਂਡ ਆਮ ਸ਼ੋਰ ਕਿ ਸਾਰੇ ਨਿੱਦਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਔਰ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਵੀ ਹੈ ਕਿ ਸਾਰੇ ਸਵਾਲਾਂ ਦਾ ਜਵਾਬ ਹੌਲੀ ਹੌਲੀ ਮਿਲਨੇ ਸ਼ੁਰੂ ਹੋ ਜਾਣਗੇ ਐਂਡ ਆਮ ਸ਼ੋਰ ਕਿ ਜੇ ਇਹਨਾਂ ਨੂੰ ਇੰਨਾ ਯਕੀਨ ਹੈ ਕਿ ਇਹਨਾਂ ਨੇ ਇੱਕ ਫੁੱਲ ਫਲੇਜਡ ਫਿਲਮ ਬਣਾਈ ਹੈ ਸੋ ਵਾਕਈ ਉਸ ਯਕੀਨ ਦੇ ਉੱਤੇ ਸਾਨੂੰ ਯਕੀਨ ਰੱਖਣਾ ਪੈਣਾ ਹੈ ਤਾਂ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਕਲਾ ਤੇ ਯਕੀਨ ਹੋਰ ਵਧਦਾ ਰਹੇ ਸੋ ਜ਼ਰੂਰ ਜਾਨਣਾ ਚਾਹਾਂਗੇ ਜਨ ਤੋਂ ਪਹਿਲਾਂ ਮੋਹਨ ਨੂੰ ਲੈ ਕੇ ਚੈਲੰਜ ਨੂੰ ਲੈ ਕੇ ਤੇ ਜਿਹੜੀ ਚਰਚਾ ਚਾਰੇ ਪਾਸੇ ਇਸ ਟਾਈਮ ਚੱਲ ਰਹੀ ਹੈ ਉਸ ਨੂੰ ਲੈ ਕੇ ਜਗਦੀਪ ਕੀ ਕਹਿਣਾ ਚਾਹੁੰਦੇ ਨੇ ਇਹ ਹੈ ਕਿ ਸਾਡੀ ਇੰਡਸਟਰੀ ਜਿਵੇਂ ਹਰ ਤਰ੍ਹਾਂ ਦੇ ਸਾਰੇ ਕਹਨੇ ਹੋ ਕਿ ਨਵੇਂ ਲੋਕ ਨਹੀਂ ਆਉਂਦੇ ਡਿਫਰੈਂਟ ਫਿਲਮਾਂ ਨਹੀਂ ਆਉਂਦੀਆਂ ਸੋ ਮੋ ਮੈਨੂੰ ਲੱਗਦਾ ਕਿ ਇਨ ਟਰਮਸ ਆਫ ਸਟੋਰੀ ਰਾਈਟਰ ਦੋਨੇ ਨਵੇਂ ਆ ਜਿਨ੍ਹਾਂ ਨੇ ਫਿਲਮ ਲਿਖੀ ਹੈ ਕਹਾਣੀ ਜਿੰਨਾ ਦੀ ਹੈ ਸੋ ਹੀਰੋ ਸਾਡਾ ਨਵਾਂ ਹੀ ਹੈ ਤੇ ਹੋਰ ਤੁਸੀਂ 8 10 ਨਵੇਂ ਫੇਸਿਸ ਦੇਖੇ ਆ ਜਿਹੜੇ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੇ ਆ ਸੋ ਕਾਫੀ ਸਾਰੇ ਨਵੇਂ ਫੇਸਿਸ ਹੈ ਔਰ ਕਹਾਣੀ ਆਪਣੇ ਆਪ ਚ ਬਹੁਤ ਅੱਡ ਹੈ ਇੱਕ ਨਵਾਂ ਜਨਰ ਪੰਜਾਬ ਲਈ ਓਪਨ ਕਰੂ ਇੱਕ ਕੱਲੀ सिंपल जी रोमांटिक फिल्म ਨਹੀਂ ਗੀ ਇਹ ਬਹੁਤ ਬਹੁਤ ਕੋ ਸ਼ਾਇਦ ਤੁਸੀਂ ਦੇਖੋਗੇ ਤਾਂ ਪਤਾ ਲੱਗੂਗਾ ਸੋ ਐਵ ਜੀ ਫਿਲਮ ਨੂੰ ਤੁਸੀਂ ਜਾ ਕੇ ਸਪੋਰਟ ਕਰੋ ਜੋ ਵੀ ਐਵ ਜੀਆਂ ਡਿਫਰੈਂਟ ਫਿਲਮਾਂ ਬਣਦੀਆਂ ਕਿਉਂਕਿ ਫੇਰ ਹੀ ਡਿਫਰੈਂਟ ਮਟੀਰੀਅਲ ਆਊਗਾ ਜੇ ਫਿਲਮਾਂ ਚੱਲਣੀਆਂ ਨਹੀਂ ਤਾਂ ਫਿਰ ਉਹ ਜੋ ਚੱਲ ਰਿਹਾ ਉਹ ਸਾਡੇ ਲਈ ਕਰਨਾ ਬਹੁਤ ਈਜ਼ੀ ਹੈ ਔਰ ਫਿਰ ਤੁਸੀਂ ਵੀ ਅੱਕ ਜਾਓਗੇ ਸੇਮ ਸਟਾਈਲ ਦੀਆਂ ਫਿਲਮਾਂ ਦੇਖ-ਦੇਖ ਕੇ ਤਾਂ ਜਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਆਪਾਂ ਹੋਰ ਚਾਹੇ ਸਾਊਥ ਚ ਲਾ ਲਓ ਚਾਹੇ ਹਾਲੀਵੁੱਡ ਚ ਲਾ ਲਓ ਅਸੀਂ ਉਧਰ ਦੇਖ ਰਹੇ ਹਾਂ ਉਹ ਅਸੀਂ ਵੀ ਕ੍ਰੀਏਟ ਕਰ ਸਕਦੇ ਹਾਂ ਸਾਡੀ ਇੰਡਸਟਰੀ 'ਚ ਬਰਤੋ ਤਾਂ ਹੀ ਜੇ ਸਾਨੂੰ ਆਡੀਅנס ਦਾ ਸਾਥ ਮਿਲੂਗਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਪੋਰਟ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ ਸਾਡਾ ਮਾਣ ਹੈ ਔਰ ਪੰਜਾਬੀ ਸਿਨੇਮਾ ਤੇ ਸਾਡੀ ਪਛਾਣ ਹੈ ਸੋ ਹੇਟਿਆ ਫਲॉप ਦੱਸਣ ਦੀ ਬਜਾਏ ਇਹ ਦੱਸਣਾ ਜ਼ਰੂਰੀ ਹੈ ਕਿ ਆਖਿਰ ਕਮੀ ਕਿੱਥੇ ਹੈ ਨਵੇਂ ਕਲਾਕਾਰ ਹੋਣ ਜਾਂ ਫਿਰ ਨਵੇਂ ਵਿਸ਼ੇ ਹੋਣ ਉਹਨਾਂ ਦੀਆਂ ਕਮੀਆਂ ਦੱਸ ਕੇ ਉਹਨਾਂ ਨੂੰ ਆਪਣਾ ਭੰਦ ਦੱਸ ਕੇ ਆਪਣਾ ਸਪੋਰਟ ਦਿਓ ਤਾਂ ਕਿ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਹੋ ਸਕੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਕੀ ਵਾਚਿੰਗ ਪੰਜਾਬੀ ਫਿਲਮਾਂ ਐਂਡ ਸੁਨੇ ਪੰਜਾਬੀ ਆਪਣਾ ਤੇ ਆਪਣੇ ਆ ਦਾ ਰੱਖੋ ਖਿਆਲ ਸਟੇ ਪੋਜ਼ਿਟਿਵ ਦਿਓ ਇਜਾਜ਼ਤ ਸਸ੍ਰੀ ਕਾ